ਸ੍ਰੀ ਰਾਗ ਮਹਲਾ ਪੰਜਵਾਂ। ਸਭੇ ਥੁਕ ਪ੍ਰਾਪਤੇ ਜੇ ਆਵੈ ਇੱਕ ਹੱਥ, ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕੱਥ। ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ, ਮੇਰੇ ਮਨ ਏਕ ਸਿਉ ਚਿਤ ਲਾਈ, ਏਕ ਸਬੈਨਾ ਸਭ ਧੰਦ ਹੈ ਸਭ ਮਿਥਿਆ ਮੋਹ ਮਾਇ। ਮੇਰੇ ਮਨ ਏਕ ਸਿਉ ਚਿਤ ਲਾਈ, ਏਕ ਸਬੈਨਾ ਸਭ ਧੰਦ ਹੈ ਸਭ ਮਿਥਿਆ ਮੋਹ ਮਾਇ। ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋ। ਜਿਸ ਕਾ ਪੂਰਬ ਲਿਖਿਆ ਤਿੰਨ ਸਤਿਗੁਰ ਚਰਨ ਗਹੇ, ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰੋ, ਦੁੱਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਅਦਾ। ਬਾਹਾਂ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ, ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ, ਕੋਈ ਤਿਸ ਹੀ ਨੂੰ ਮਿਲੇ ਜਿਨ ਪੂਰਾ ਗੁਰੂ ਲੱਭਾ। ਨਾਨਕ ਬੱਧਾ ਕਰ ਤਹਾਂ, ਨਾਨਕ ਬੱਧਾ ਕਰ ਤਹਾਂ, ਜਿੱਥੇ ਮ੍ਰਿਤ ਨਾ ਜਨਮ ਜਰਾ। ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ, ਕੋਈ ਤਿਸ ਹੀ ਨੂੰ ਮਿਲੇ ਜਿਨ ਪੂਰਾ ਗੁਰੂ ਲੱਭਾ। ਨਾਨਕ ਬੱਧਾ ਕਰ ਤਹਾਂ, ਜਿੱਥੇ ਮ੍ਰਿਤ ਨਾ ਜਨਮ ਜਰਾ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਦਿਨ ਵੇਲੇ ਦੇ ਹਫ਼ਤਾਵਾਰੀ ਇਸ ਗੁਰਮਤਿ ਸਮਾਗਮ ਵਿੱਚ ਹਾਜ਼ਰੀਆਂ ਭਰ ਰਹੇ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰ ਜੀ ਦੀ ਗੋਦ ਵਿੱਚ ਬੈਠ ਕੇ ਸਤਿਕਾਰਯੋਗ ਭਾਈ ਸਾਹਿਬ ਹੋਣਾ ਪਾਸੋਂ
ਬੜੇ ਟਿਕਾਅ ਵਿੱਚ ਬੈਠ ਕੇ ਪਾਵਨ ਬਾਣੀ ਦਾ ਕੀਰਤਨ ਆਪਾਂ ਸਾਰਿਆਂ ਨੇ ਸਰਵਣ ਕੀਤਾ ਹੈ। ਆਓ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜਿਸ ਦਾ ਆਪਾਂ ਹੁਣੇ ਪਾਠ ਕੀਤਾ। ਆਮ ਕਰਕੇ ਸ਼ਬਦ ਹੈ ਇੱਕ ਐਸਾ ਬੰਦ ਹੈ, ਜਦੋਂ ਸਾਡੇ ਘਰਾਂ ਵਿੱਚ ਵਿਆਹ ਸ਼ਾਦੀ ਹੁੰਦੀ ਹੈ, ਬੱਚੇ ਦਾ ਜਨਮ ਹੁੰਦਾ ਹੈ, ਕੋਈ ਵੀ ਖੁਸ਼ੀ ਦਾ ਕਾਰਜ ਹੁੰਦਾ ਹੈ, ਖਾਸ ਕਰਕੇ ਜਦੋਂ ਅਸੀਂ ਵਿਆਹਾਂ ਸ਼ਾਦੀਆਂ ਦੇ ਕਾਰਜ ਪਾਉਣੇ ਉੱਪਰ ਇੱਕ ਟੁੱਕ ਲਿਖੀ ਜਾਂਦੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ। ਸਾਡੇ ਘਰ ਪੁੱਤਰ ਨੇ ਜਨਮ ਲਿਆ ਹੋਵੇ, ਸਾਡੇ ਘਰ ਬੇਟੇ ਦਾ ਬੇਟੀ ਦਾ ਆਨੰਦ ਕਾਰਜ ਹੋਵੇ, ਇਹ ਸ਼ਬਦ ਨਾ ਪੜਿਆ ਜਾਏ ਤੇ ਸਾਨੂੰ ਇੰਝ ਲੱਗਦਾ ਹੈ ਕਿ ਸਾਡਾ ਕਾਰਜ ਅਜੇ ਅਧੂਰਾ ਹੈ। ਜਿਹਨਾਂ ਨੂੰ ਬਾਣੀ ਦਾ ਕੋਈ ਗਿਆਨ ਨਹੀਂ ਹੁੰਦਾ, ਉਹ ਵੀ ਕਈ ਵਾਰੀ ਸਿਫਾਰਸ਼ ਕਰਦੇ ਨੇ ਭਾਈ ਸਾਹਿਬ ਜੀ ਆਹ ਸ਼ਬਦ ਜ਼ਰੂਰ ਪੜ੍ਹੇ, ਉਹਨਾਂ ਨੂੰ ਇੰਝ ਲੱਗਦਾ ਵੀ ਇਹ ਜਿਹੜਾ ਅਸੀਂ ਹੁਣ ਕਾਰਜ ਕਰ ਰਹੇ ਹਾਂ, ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਸਾਨੂੰ ਗੁਰੂ ਸਾਹਿਬ ਨੇ ਦੇ ਦੇਣੀਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ, ਗੁਰੂ ਕੋਲੋਂ ਸਭ ਕੁਝ ਮਿਲਦਾ। ਪਰ ਸ਼ਬਦ ਇਹ ਕੁਝ ਕਹਿੰਦਾ ਹੋਰ ਹੈ, ਇਹ ਸ਼ਬਦ ਦਾ ਕੋਈ ਮੈਸੇਜ ਹੋਰ ਹੈ। ਸਾਨੂੰ ਕਈ ਵਾਰੀ ਭੁਲੇਖਾ ਇਹ ਲੱਗਦਾ ਵੀ ਇਹ ਸਾਡੇ ਬੱਚੇ ਦੇ ਆਨੰਦ ਕਾਰਜ ਵਾਸਤੇ ਜਾਂ ਸਾਡੀ ਘਰ ਦੀ ਖੁਸ਼ੀ ਵਾਸਤੇ ਮਹਾਰਾਜ ਨੇ ਉਚਾਰਨ ਕੀਤਾ ਹੈ। ਤੋ ਕਈ ਵਾਰੀ ਅਸੀਂ ਆਪਣੇ ਮਤਲਬ ਵਾਸਤੇ, ਆਪਣੇ ਸਵਾਰਥ ਵਾਸਤੇ, ਹੁਣ ਕਿਸੇ ਦੇ ਘਰ ਪੁੱਤਰ ਦਾ ਜਨਮ ਹੋਵੇ ਤੇ ਤੁਸੀਂ ਆਹ ਸਲੋਕ ਪੜੋ ਵੀ ਪੁੱਤੀ ਗੰਢ ਪਵੇ ਸੰਸਾਰ, ਤੇ ਉਹਨੂੰ ਤੇ ਬੈਠੇ ਨੂੰ ਇੰਝ ਲੱਗਣਾ ਵੀ ਲਓ ਲੋਕੋ ਮੇਰੀ ਤੇ ਗੰਢ ਪੈ ਗਈ ਜੀ, ਇੰਝ ਭੁਲੇਖਾ ਪੈਂਦਾ ਨਾ। ਪੁੱਤਾਂ ਨਾਲ ਗੰਢ, ਪੁੱਤਾਂ ਨਾਲ ਗੰਢ ਪੈਂਦੀ, ਜੇ ਪੁੱਤਾਂ ਨਾਲ ਗੰਢ ਪੈਂਦੀ ਹੋਵੇ ਤੇ ਫਿਰ ਜਿਨ੍ਹਾਂ ਦੇ ਹੈਗੇ ਨੇ ਉਹਨਾਂ ਦੀ ਤੇ ਫਿਰ ਸੰਸਾਰ ਤੇ ਪੈ ਜਾਣੀ ਚਾਹੀਦੀ ਸੀ, ਪਰ ਨਹੀਂ ਪਈ। ਜੇ ਪੁੱਤਾਂ ਨਾਲ ਗੰਢ ਪੈਂਦੀ, ਗੁਰੂ ਨੂੰ ਕੀ ਲੋੜ ਸੀ ਚਾਰ ਵਾਰ ਦੀ, ਇੱਕ ਅੱਧੇ ਰੱਖ ਲੈਂਦੇ। ਮਾਫ਼ ਕਰਨਾ ਜੀ, ਕਲੀਅਰ ਦੀ ਗੱਲ ਕਹਾਂ, ਗੁਰਦੁਆਰਿਆਂ ਵਿੱਚ 95% ਮਨਮਤ ਦਾ ਪ੍ਰਚਾਰ ਕੀਤਾ ਜਾ ਰਿਹਾ, 95% ਹੈ ਜਿਹੜਾ ਅਸੀਂ ਥੋੜ੍ਹਾ ਬਹੁਤਾ ਗੁਰਮਤ ਦੇ ਕੋਲੋਂ, ਨਹੀਂ ਤੇ ਇੱਕ ਵੀਰ ਦੇਈਏ ਰੱਬਾ ਮੇਰਾ ਰੱਖੜੀ ਬੰਨਣ ਨੂੰ ਚਿੱਤ ਕਰਦਾ, ਇੱਦਾਂ ਦੀਆਂ ਕਹਾਣੀਆਂ ਸੁਣ ਕੇ ਅਸੀਂ ਘਰ ਨੂੰ ਤੁਰ ਜਾਂਦੇ। ਇਹ ਜਿਹਨਾਂ ਭੈਣਾਂ ਦੇ ਘਰ ਪੁੱਤਰ ਨਹੀਂ ਹੁੰਦਾ, ਉਹਨਾਂ ਵਿਚਾਰੀਆਂ ਨੂੰ ਮੁੜ ਕੇ ਅੱਧੀ ਦੀ ਰਾਤ ਉੱਠ ਕੇ ਰੋਣਾ ਪੈਂਦਾ। ਜੇ ਪੁੱਤਰਾਂ ਨਾਲ ਗੰਢ ਪੈਂਦੀ ਹੋਵੇ ਫਿਰ ਬੇਬੇ ਨਾਨਕੀ ਦੇ ਘਰ ਨਾਲ ਧੀ ਸੀ ਨਾ ਪੁੱਤ ਸੀ, ਕਹਿ ਸਕਦਾ ਦੁਨੀਆਂ ਦਾ ਕੋਈ ਮਨੁੱਖ ਵੀ ਬੇਬੇ ਨਾਨਕੀ ਦੀ ਦੁਨੀਆਂ ਨਾਲ ਗੰਢ ਨਹੀਂ ਹੈ। ਜਿੱਡੀ ਵੱਡੀ ਗੰਢ ਬੇਬੇ ਨਾਨਕੀ ਬਿਨਾਂ ਔਲਾਦ ਤੋਂ ਦੁਨੀਆਂ ਨਾਲ ਪਾ ਕੇ, ਹੋ ਸਕਦਾ ਅਸੀਂ ਬੱਚਿਆਂ ਵਾਲੇ ਪਾ ਵੀ ਨਾ ਸਕੀ, ਹੋ ਸਕਦਾ ਸਾਡੇ ਕੋਲ ਗੰਢ ਪੁੱਤਰਾਂ ਨਾਲ ਗੰਢ ਨਹੀਂ ਪੈਂਦੀ ਦੁਨੀਆਂ 'ਤੇ, ਨਾ ਔਲਾਦ ਨਾਲ ਗੰਢ ਪੈਂਦੀ ਨਹੀਂ ਦੁਨੀਆਂ ਨਾਲ, ਦੁਨੀਆਂ ਨਾਲ ਗੰਢ ਪੈਣੀ ਤੇਰੇ ਕੰਮਾਂ ਕਰਕੇ, ਮੋਇਆ ਗੰਢ ਨੇਕੀ ਸੱਤ ਹੋਏ ਮਰਿਆਂ ਬੰਦਿਆਂ ਦੀ ਦੁਨੀਆਂ ਨਾਲ ਗੰਢ ਪੈਂਦੀ, ਜੇ ਤੇਰੀ ਜ਼ਿੰਦਗੀ 'ਚ ਆਪਣੇ ਪੱਲੇ ਕੁਝ ਹੈ ਤੇ ਬੱਚਿਆਂ ਕਰਕੇ ਨਹੀਂ। ਪਰ ਸਵਾਰਥੀ ਲੋਕ ਨੇ, ਤਾਂ ਹੀ ਤੁਸੀਂ ਦੇਖੋ ਡੇਰਿਆਂ ਵੱਲ ਭੱਜਾ ਫਿਰਦਾ, ਕੋਈ ਬਾਬਾ ਜੀ ਪੁੱਤਰ ਹੋ ਜਾਏ ਕੋਈ ਭੱਜਾ, ਤਾਂ ਹੀ ਸਾਡੇ ਲੋਕ ਭੱਜੇ ਫਿਰਦੇ। ਬੇਬੇ ਨਾ ਬੇਬੇ ਨਾਨਕੀ ਵੇਲੇ ਗੁਰਬਾਣੀ ਨਹੀਂ ਸੀ ਹੈਗੀ, ਉਹ ਗੁਰੂ ਨਾਨਕ ਸਾਹਿਬ ਨੂੰ ਕਹਿ ਸਕਦੇ ਸਨ ਮੈਨੂੰ ਕੋਈ ਸ਼ਬਦ ਦੇ ਦਿਓ, ਜਿਹੜੇ ਲੋਕ ਸ਼ਬਦ ਲੈਣ ਜਾਂਦੇ ਨੇ ਬਾਬਿਆਂ ਕੋਲ ਵੀ ਆਹ ਸ਼ਬਦ ਦੇ ਦਿਓ ਸਾਨੂੰ, ਬੇਬੇ ਨਾਨਕੀ ਕੋਲ ਬਾਣੀ ਨਹੀਂ ਸੀ ਹੈਗੀ। ਕਿਰਪਾ ਕਰੋ, ਤਰਸ ਕਰੋ, ਮੈਂ ਫਿਰ ਦੁਹਰਾ ਲਿਆ, ਮੋਬਾਈਲ ਜਿਹਨਾਂ ਕੋਲ ਹੈਗੇ ਬੰਦ ਕਰ ਦੇ, ਆਪੂ ਵੀ ਅੱਜ ਆਖਰੀ ਦੀਵਾਨ ਹੈ, ਤੁਸੀਂ ਇਕਾ ਕੇ ਸੁਰਤ ਬੈਠਣਾ ਤੇ ਫਿਰ ਬਿਰਤੀ ਭੰਗ ਇੱਕ ਵਾਰ ਧਿਆਨ ਮਾਰ ਲਓ ਜੀ। ਕਈ ਵਾਰੀ ਤੁਹਾਨੂੰ ਸਾਰੇ ਮਨੇਜ ਲੱਗਣਾ ਵੀ ਭਾਈ ਸਾਹਿਬ ਨੇ ਕਿਹਾ ਕਿ ਅਸੀਂ ਜੇ ਬੰਦ ਕਰ ਲਿਆ, ਪਰ ਫਿਰ ਵੀ ਕਿਸੇ ਨਾ ਕਿਸੇ ਦਾ ਵੱਜ ਜਾਣਾ ਜੀ, ਵੇਖ ਲਓ ਅੱਧੇ ਘੰਟੇ ਦੇ ਅੰਦਰ ਅੰਦਰ, ਇੰਝ ਹੀ ਹੁੰਦਾ। ਆਮ ਦੀਵਾਨ 'ਚ ਬੋਲਣਾ ਪੈਂਦਾ, ਪਰ ਫਿਰ ਵੀ ਕਈ ਵਾਰੀ ਮੋਬਾਈਲ ਦੀ ਰਿੰਗ ਸਾਡੇ ਕੋਲ, ਵਧੋ ਵਧ ਰਹੇ ਡਿਸਿਪਲਿਨ ਹੈ, ਮਰਿਆਦਾ ਹੈ ਕਿ ਥੋੜ੍ਹੀ ਸੁਰਤ ਸਾਡੀ ਟਿਕਾਅ ਵਿੱਚ ਰਹੇਗੀ, ਬਾਣੀ ਸਾਨੂੰ ਸਮਝ ਆ ਜਾਏ ਜੇ ਗੁਰੂ ਪਾਤਸ਼ਾਹ ਕਹਿੰਦੇ ਕੀ ਹਨ।
ਜਿਹੜੇ ਸ਼ਬਦ ਦਾ ਆਪਾਂ ਹੁਣੇ ਪਾਠ ਕੀਤਾ, ਸ਼ਬਦ ਵਿੱਚ ਗੁਰਦੇਵ ਜੀ ਉਪਦੇਸ਼ ਕੁਝ ਹੋਰ ਬਖਸ਼ਿਸ਼ ਕਰਦੇ ਹਨ, ਪਰ ਅਸੀਂ ਸਵਾਰਥੀ ਹਾਂ। ਜਿਹੜਾ ਵਪਾਰੀ ਹੁੰਦਾ ਨਾ, ਵਪਾਰੀ ਬੰਦਾ, ਉਹ ਕੀ ਕਰਦਾ ਭਲਾ? ਧਿਆਨ ਨਾਲ ਸੁਣਿਓ ਸਾਧ ਸੰਗਤ, ਜਦੋਂ ਕੋਈ ਦੁਕਾਨ ਤੇ ਗਾਹਕ ਜਾਂਦਾ ਹੈ ਨਾ, ਇੱਕੇ ਦੁਕਾਨ ਤੋਂ 10-15 ਕਸਟਮਰ ਗਾਹਕ ਮੁੜ ਜਾਣ ਤੇ ਉਹ ਸੌਦਾ ਨਾ ਹੋਵੇ ਦੁਕਾਨਦਾਰ ਕੋਲ, ਦੁਕਾਨਦਾਰ ਵੀ ਕਈ ਵਾਰੀ ਸੋਚਣ ਲਈ ਮਜਬੂਰ ਹੋ ਜਾਂਦਾ ਵੀ ਇਹਦੇ ਕਸਟਮਰ ਬੜੇ ਨੇ, ਦਿਹਾੜੀ ਦੇ 15 ਮੁੜਦੇ ਨੇ, ਕਿਉਂ ਨਾ ਹੋਵੇ ਸੌਦਾ ਰੱਖ ਹੀ ਲਿਆ ਜਾਵੇ। ਜਦੋਂ ਇਹਨਾਂ ਦੇ ਕੋਲ ਕਸਟਮਰ ਗਿਆ, ਗਾਹ ਗਿਆ, ਕਿਸੇ ਨੇ ਕਿਹਾ ਬਾਬਾ ਜੀ ਮੇਰੇ 'ਤੇ ਮੁਕੱਦਮਾ ਹੈ, ਕਿਸੇ ਨੇ ਕਿਹਾ ਬਾਬਾ ਜੀ ਪੁੱਤਰ ਨਹੀਂ ਹੁੰਦਾ, ਕਿਸੇ ਨੇ ਕਿਹਾ ਜੀ, ਉਹਨੇ ਆਖਿਆ ਕੱਢੋ ਗੁਰਬਾਣੀ 'ਚੋਂ ਸ਼ਬਦ, ਇਹ ਗਾਹ ਖਾਲੀ ਨਹੀਂ ਮੁੜਨੇ ਚਾਹੀਦੇ। ਧਿਆਨ ਨਾਲ ਸੁਣਿਓ ਜੀ, ਸੁਰਤ ਵਿੱਚ ਕੋਈ ਸਵਾਲ ਦੌੜੇ ਤਾਂ ਨਾਲ ਲੈ ਕੇ ਨਾ ਜਾਇਓ, ਫਿਰ ਕਹਿਣਾ, ਬਾਅਦ ਵਿੱਚ ਆਪਾਂ ਵਿਚਾਰ ਕਰ ਸਕਦੇ ਹਾਂ। ਜਦੋਂ ਗਾਹਕ ਇੱਕੇ ਦੁਕਾਨ ਤੋਂ 15-20 ਮੁੜਨ ਤਾਂ ਦੁਕਾਨਦਾਰ ਤਾਂ ਮਜਬੂਰ ਹੋ ਹੀ ਜਾਂਦਾ ਨਾ, 15-20 ਇੱਕ ਦਿਨ 'ਚ ਗਾਹਕ ਮੁੜੇ, ਅਤੇ ਜੇ ਮੈਂ ਇਹਨਾਂ ਦੇ ਮੁਤਾਬਕ ਸੌਦਾ ਰੱਖ ਲਵਾਂ ਤਾਂ ਕਮਾਲ ਦੀ ਗੱਲ, ਮੈਂ ਤਾਂ ਭੁੱਖਾ ਕਦੇ ਵੀ ਨਹੀਂ ਮਰਦਾ। ਉਹਨਾਂ ਪਰ ਗੁਰਬਾਣੀ ਦੇ ਸ਼ਬਦ ਲੈ ਕੇ ਇੱਦਾਂ ਦੀਆਂ ਪੋਥੀਆਂ ਤਿਆਰ ਕਰਤੀਆਂ ਜਿਹਨਾਂ ਦੇ ਨਾਂ ਰੱਖ ਦਿੱਤੇ ਵੀ ਆਹ ਪੜੋਗੇ ਤਾਂ ਆਹ ਮਿਲੇਗਾ, ਆਹ ਪੜੋਗੇ ਤਾਂ ਆਹ ਮਿਲੇਗਾ। ਬਲਕਿ ਗੁਰਬਾਣੀ ਇੱਕ ਜੀਵਨ ਜਾਚ ਹੈ, ਨਾ ਗੁਰਬਾਣੀ ਮੁਕੱਦਮੇ 'ਚੋਂ। ਹੁਣ ਮੰਨ ਲਓ ਇੱਕ ਬੰਦੇ ਦੀ ਜ਼ਮੀਨ ਹੈ, ਇੱਕ ਦੀ ਨਹੀਂ ਹੈ, ਦੋਵਾਂ ਦੇ ਕੇਸ ਕੀਤੇ ਹੋਏ ਨੇ, ਇੱਕ ਦੀ ਹੱਕ, ਇੱਕ ਦਾ ਬਣਦਾ ਹੱਕ ਹੈ, ਦੂਜੇ ਦਾ ਬਣਦਾ ਹੱਕ ਨਹੀਂ ਹੈ, ਦੋਵਾਂ ਨੇ ਕੇਸ ਕਰ ਦਿੱਤੇ ਨੇ, ਦੋਵੇਂ ਬਾਬਿਆਂ ਕੋਲ ਚਲੇ ਗਏ ਨੇ। ਹੁਣ ਮਾਰੋ ਧਿਆਨ, ਜਿਹਦਾ ਬਣਦਾ ਹੱਕ ਨਹੀਂ, ਉਹਨੇ ਪੈਸੇ ਦੇ ਕੇ ਵਕੀਲਾਂ ਨੂੰ ਜੱਜ ਖਰੀਦ ਕੇ ਕੇਸ ਆਪਣੇ ਹੱਕ 'ਚ ਕਰ ਲਿਆ, ਕੀ ਕਹੋਗੇ ਜੀ? ਗਲਤ ਬੰਦੇ ਦਾ ਬਾਣੀ ਨੇ ਸਾਥ ਦਿੱਤਾ, ਗਲਤ ਬੰਦੇ ਦਾ ਸਾਥ ਦੇ ਗਈ ਬਾਣੀ, ਕਿੱਥੇ ਖਲੋਤੇ ਹਾਂ ਜੀ ਅਸੀਂ? ਕੀ ਹੋ ਰਿਹਾ ਸਾਡੇ ਸਮਾਜ ਵਿੱਚ? ਕਾਰਨ ਇਹ ਵੀ ਅਸੀਂ ਆਪ ਪੜ੍ਹਨ ਨੂੰ ਤਿਆਰ ਨਹੀਂ। ਆਓ ਗੁਰੂ ਕਿਰਪਾ ਕਰੇ ਭਾਗਾਂ ਵਾਲਿਓ, ਤੁਸੀਂ ਬੜੇ ਟਿਕਾ ਨਾਲ ਬੈਠੇ ਹੋ, ਆਓ ਇਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ 44 ਤੇ, ਸ੍ਰੀ ਰਾਗ ਦਾ ਸ਼ਬਦ ਹੈ ਗੁਰੂ ਅਰਜਨ ਸਾਹਿਬ ਦਾ। ਸ਼ਬਦ ਦਾ ਦੂਸਰਾ ਬੰਦ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਖ ਏਕ ਹਾਰ, ਨਾਮ ਦੇ ਮੇਰਾ ਮਨ ਤਨ ਸੀਤਲ ਹੋਏ, ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ। ਫੜ ਲੈ, ਆਓ ਇਹ ਸ਼ਬਦ ਦੀਆਂ ਵਿਚਾਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਬੁਲੰਦ ਆਵਾਜ਼ ਵਿੱਚ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਓ, ਥੋੜ੍ਹੇ ਸਾਵਧਾਨ ਹੋ ਕੇ ਬਹੀਏ ਤਾਂ ਕਿ ਸਾਡਾ ਮਨ ਇਕਾਗਰ ਹੋਵੇ, ਅਸੀਂ ਬਾਣੀ ਦੀਆਂ ਵਿਚਾਰਾਂ ਨਾਲ ਜੁੜ ਸਕੀਏ। ਗੱਜ ਕੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਦੀਆਂ ਰਹਾਓ ਵਾਲੀਆਂ ਤੁਕਾਂ ਨੇ, ਕਿਉਂਕਿ ਸ਼ਬਦ ਜਦੋਂ ਆਪਾਂ ਵਿਚਾਰਨਾ, ਥੋੜ੍ਹੀ ਜਿਹੀ ਸੁਰਤ ਟਿਕਾਉਣੀ ਤਾਂ ਗੱਲ ਸਮਝ ਪੈਂਦੇ। ਗੁਰਬਾਣੀ ਵੀ ਜਿਹੜੇ ਸ਼ਬਦ ਨੇ ਉਹਨਾਂ ਵਿੱਚ ਰਹਾਓ ਦਾ ਬੰਦ ਸ਼ਬਦ ਦਾ ਕੇਂਦਰੀ ਭਾਵ ਹੈ। ਗੁਰੂ ਗ੍ਰੰਥ ਸਾਹਿਬ 'ਚ ਕੁੱਲ 22 ਵਾਰਾਂ ਨੇ, 2 ਵਾਰਾਂ ਐਸੀਆਂ ਨੇ ਜਿਹਨਾਂ ਵਿੱਚ ਸਲੋਕ ਨਹੀਂ, ਭਾਈ ਸੱਤਾ ਬਲਵੰਤ ਜੀ ਕੀ ਵਾਰ ਅਤੇ ਬਸੰਤ ਕੀ ਵਾਰ, ਇਹਨਾਂ ਵਿੱਚ ਕੱਲੀਆਂ ਪੌੜੀਆਂ ਨੇ ਸਲੋਕ ਨਹੀਂ। ਬਾਕੀ ਜਿਹੜੀਆਂ 20 ਵਾਰਾਂ ਨੇ, ਉਹਨਾਂ ਵਾਰਾਂ ਦੇ ਵਿੱਚ ਪੌੜੀਆਂ ਦੇ ਨਾਲ ਸਲੋਕ ਅੰਕਿਤ ਕੀਤੇ ਨੇ ਗੁਰੂ ਪਾਤਸ਼ਾਹ ਨੇ। ਅਤੇ ਜਿਹੜੀਆਂ ਪੌੜੀਆਂ ਨੇ, ਜਿਵੇਂ ਸ਼ਬਦ ਦਾ ਰਹਾਓ ਵਾਲਾ ਬੰਦ ਸ਼ਬਦ ਦਾ ਕੇਂਦਰੀ ਭਾਵ ਹੈ, ਇਸੇ ਤਰ੍ਹਾਂ ਜਿਹੜੀਆਂ ਵਾਰਾਂ ਨੇ ਉਹਨਾਂ ਵਿੱਚ ਜਿਹੜੀਆਂ ਪੌੜੀਆਂ ਨੇ ਉਹ ਉਸ ਸਲੋਕਾਂ ਦਾ ਕੇਂਦਰੀ ਭਾਵ ਹੈ ਰਹਾਓ ਦੀ ਤੋਕੇ। ਤੁਸੀਂ ਤਾਂ ਹੀ ਵੇਖਿਓ ਜਦੋਂ ਆਸਾ ਕੀ ਵਾਰ ਦਾ ਕੀਰਤਨ ਕੀਤਾ ਜਾਂਦਾ ਹੈ, ਪੌੜੀ ਨੂੰ ਦੁਬਾਰਾ ਪੜ੍ਹਿਆ ਜਾਂਦਾ ਹੈ। ਨੋਟ ਕਰਿਓ, ਕਦੇ ਤੁਸੀਂ ਦਰਬਾਰ ਸਾਹਿਬ ਤੋਂ ਵੀ ਕੀਰਤਨ ਸੁਣ ਲਿਓ, ਜਾਂ ਕਦੋਂ ਵੀ ਤੁਸੀਂ ਕਿਤੇ ਆਸਾ ਕੀ ਵਾਰ ਦਾ ਕੀਰਤਨ ਸੁਣੋ, ਤਾਂ ਜਿਹੜੀ ਪੌੜੀ ਹੁੰਦੀ ਹੈ ਉਹਨੂੰ 2 ਵਾਰ ਪੜ੍ਹਿਆ ਜਾਂਦਾ ਹੈ ਸਲੋਕਾਂ ਦੇ ਨਾਲ। ਇੱਕ ਵਾਰੀ ਤਾਂ ਆਮ ਪੜ੍ਹੀ ਜਾਂਦੀ ਹੈ, ਇੱਕ ਵਾਰ ਤਬਲੇ ਵਾਲਾ ਵੀਰ ਦੁਬਾਰਾ ਪੜ੍ਹਦਾ। ਇਸ ਵਾਸਤੇ ਪੜ੍ਹਦਾ, ਉਹ ਵਿਧਾਨ ਬਣਾਇਆ ਗਿਆ ਵੀ ਪੌੜੀ ਸਲੋਕਾਂ ਦਾ ਕੇਂਦਰੀ ਭਾਵ,
ਤੇ ਜਿੰਨੀ ਦੇਰ ਤੱਕ ਸਾਨੂੰ ਉਹ ਸ਼ਬਦ ਦਾ ਕੇਂਦਰੀ ਭਾਵ ਸ਼ਬਦ ਨਾਲ ਸਮਝ ਲੱਗਾ, ਗੱਲ ਕੁਝ ਗੁਰੂ ਪਾਤਸ਼ਾਹ ਹੋਰ ਕਹਿਣਾ ਚਾਹੁੰਦੇ ਨੇ, ਇੱਕ ਵਿਸ਼ਰਾਮ ਗਲਤ ਲੱਗਦੇ ਨਾ ਵਿਸ਼ਰਾਮ, ਤੇ ਜੋ ਅਸੀਂ ਕਹਿਣਾ ਚਾਹੁੰਦੇ ਉਹਦੇ ਅਰਥ ਉਲਟ ਹੋ ਜਾਂਦੇ। ਮੈਂ ਨਿੱਕੀ ਜਿਹੀ ਉਦਾਹਰਣ ਲੈਣੀ ਚਾਹੁੰਦਾ। ਇੱਕ ਜੇਲ੍ਹ ਦੇ ਵਿੱਚੋਂ ਇੱਕ ਬੰਦੇ ਨੂੰ ਛੁੱਟੀ ਮਿਲਦੀ ਹੈ, ਜੇਲਰ ਇੱਕ ਚਿੱਠ ਦਿੰਦਾ, ਉੱਥੇ ਲਿਖਦਾ ਰੋਕੋ ਮਤ ਜਾਣੇ ਦਿਓ। ਉਹ ਉਸਨੇ ਜਾ ਕੇ ਗੇਟ 'ਤੇ ਵਿਖਾਉਣਾ ਜੀ ਮੈਨੂੰ ਜੇਲਰ ਨੇ ਛੁੱਟੀ ਦਿੱਤੀ ਹੈ, ਮੇਰੀ ਸਜ਼ਾ ਪੂਰੀ ਹੋ ਚੁੱਕੀ ਹੈ। ਉੱਥੇ ਲਿਖਿਆ ਰੋਕੋ ਮਤ ਜਾਣੇ ਦਿਓ। ਹੁਣ ਜਿਹੜਾ ਗੇਟ 'ਤੇ ਖਲੋਤਾ ਹੈ ਨਾ, ਉਹਦੀ ਆਪਣੀ ਮਰਜ਼ੀ, ਉਹ ਵਿਸ਼ਰਾਮ ਲਾ ਕੇ ਇਹਦੇ ਅਰਥ ਉਲਟ ਕਰ ਸਕਦਾ। ਉਹ ਕਹਿੰਦਾ ਲਿਖਿਆ ਇੱਥੇ ਤਾਂ ਰੋਕੋ ਮਤ ਜਾਣੇ ਦਿਓ, ਤੂੰ ਕਹਿੰਦਾ ਲਿਖਿਆ ਵੀ ਰੋਕੋ ਮਤ ਜਾਣੇ। ਹੁਣ ਉਹਦੀ ਮਰਜ਼ੀ ਹੈ ਵਿਸ਼ਰਾਮ, ਤੋਕ ਉਹਨੇ ਤੋਕ ਨਹੀਂ ਬਦਲੀ, ਸਿਰਫ ਵਿਸ਼ਰਾਮ ਉਹਨੇ ਜ਼ੋਰ ਦਿੱਤਾ। ਜਦੋਂ ਜੇਲਰ ਨੇ ਲਿਖਿਆ ਸੀ, ਉਹਨੇ ਲਿਖਿਆ ਸੀ ਰੋਕੋ ਮਤ ਜਾਣੇ ਦਿਓ, ਇਹਨੂੰ ਰੋਕੋ ਨਾ ਜਾਣ ਦਿਓ ਇਹਨੂੰ। ਜਿਹੜਾ ਗੇਟ 'ਤੇ ਖਲੋਤਾ ਸੀ ਉਹਨੇ ਵਿਸ਼ਰਾਮ ਲਾ ਤਾ, ਕਹਿੰਦਾ ਇੱਥੇ ਲਿਖਿਆ ਰੋਕੋ ਰੋਕੋ ਮਤ ਜਾਣੇ ਦਿਓ, ਤੂੰ ਕਹਿੰਦਾ ਮੈਨੂੰ ਜਾਣ ਦਿਓ, ਇੱਥੇ ਲਿਖਿਆ ਰੋਕੋ ਇਹਨੂੰ ਮਤ ਜਾਣੇ ਦਿਓ ਵਿਸ਼ਰਾਮ। ਅਤੇ ਬਾਣੀ ਵਿੱਚ ਵੀ ਜਦੋਂ ਵਿਸ਼ਰਾਮ, ਹੁਣ ਜਿਵੇਂ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਪੜ੍ਹਦੇ ਅਕਸਰ ਆਪਾਂ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚੰਨ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛਾਪ ਅੰਧੇਰ ਪਲੋਵਾ, ਸਿੰਘ ਬੁੱਕੈ ਮਿਰਗਾਵਲੀ ਭੰਨੀ ਜਾਏ। ਜਦੋਂ ਸ਼ੇਰ ਬੁੱਕਿਆ, ਗੁਰੂ ਨਾਨਕ ਸਾਹਿਬ ਦਾ ਗਿਆਨ ਬੁੱਕਿਆ ਅਤੇ ਹਿਰਨਾਂ ਨੂੰ ਭੱਜਣ ਨੂੰ, ਹੁਣ ਜਦੋਂ ਜੰਗਲ ਵਿੱਚ ਸ਼ੇਰ ਬੁੱਕਦਾ ਅਤੇ ਭਲਾ ਭੱਜਦੇ ਕੌਣ ਨੇ ਉਹਦੇ ਅੱਗੇ, ਜਿਹੜੇ ਬਾਕੀ ਜਾਨਵਰ ਨੇ, ਚਿੜੀਆਂ ਵੀ। ਹੁਣ ਚਿੜੀਆਂ ਨੂੰ ਵੀ ਪਤਾ ਹੁੰਦਾ ਵੀ ਸ਼ੇਰ ਸਾਡੇ ਤੱਕ ਪਹੁੰਚ ਨਹੀਂ, ਪਰ ਵਿਚਾਰੀਆਂ ਡਰਦੀਆਂ, ਉਹ ਵੀ ਭੱਜ ਪੈਂਦੀਆਂ, ਉਹ ਵੀ ਆਪਣਾ ਟਾਹਣੀਆਂ ਛੱਡ ਬਹਿੰਦੀਆਂ। ਜਦੋਂ ਗੁਰੂ ਨਾਨਕ ਸਾਹਿਬ ਦਾ ਗਿਆਨ ਸ਼ੇਰ ਬੁੱਕਿਆ, ਹਿਰਨਾ ਕੌਣ ਸੀ, ਪਖੰਡ ਕਰਮ ਕਾਂਡ ਜੋਤਸ਼ੀ ਪਾਂਧੇ ਜਿਹੜੇ ਬਾਬੇ ਬਣੇ ਫਿਰਦੇ ਸੀ, ਇਹ ਭੱਜ ਗਏ ਗੁਰੂ ਨਾਨਕ ਸਾਹਿਬ ਦੇ ਗਿਆਨ ਅੱਗੇ। ਸਿੰਘ ਬੁੱਕੈ ਵਿਸ਼ਰਾਮ ਇੱਥੇ ਲੱਗਣਾ, ਸਿੰਘ ਬੁੱਕੈ ਮਿਰਗਾਵਲੀ ਭੰਨੀ ਜਾਏ, ਹਿਰਨਾ ਭੱਜ ਪਈਆਂ, ਸਿੰਘ ਬੁੱਕੈ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ, ਉਹਨਾਂ ਦਾ ਧੀਰਜ ਨਾ ਧਰੇ। ਪਰ ਅਸੀਂ ਕਈ ਵਾਰੀ ਪੜ੍ਹਨ ਲੱਗਿਆ, ਪਤਾ ਨਹੀਂ ਪੜ੍ਹਦੇ ਹਾਂ, ਸਿੰਘ ਬੁੱਕੈ ਮਿਰਗਾਵਲੀ, ਵੀ ਸ਼ੇਰ ਵੀ ਬੁੱਕਿਆ ਅਤੇ ਹਿਰਨਾ ਵੀ ਬੁੱਕੀਆਂ। ਅਸੀਂ ਤੱਕ ਦੇਖਿਆ ਵੀ ਸ਼ੇਰ ਵੀ ਬੁੱਕਣ ਅਤੇ ਹਿਰਨਾ ਵੀ ਨਾਲ ਗਾੜੀ, ਉਹ ਵੀ ਉਹਨਾਂ ਦਾ ਸਾਹ ਪ੍ਰਾਣ ਨਿਕਲੇ ਹੁੰਦੇ ਨੇ ਵਿਚਾਰੀਆਂ ਦੇ, ਵੀ ਇਹਨਾਂ ਨੇ ਸਾਨੂੰ ਖਾ ਲੈਣਾ, ਉਹ ਤਾਂ ਭੱਜਦੀਆਂ ਨੇ ਹਿਰਨਾ। ਪਰ ਅਸੀਂ ਅਸੀਂ ਕਮਾਲ ਦਾ ਕੰਮ ਕੀਤਾ, ਅਸੀਂ ਕਿਹਾ ਵੀ ਸ਼ੇਰ ਵੀ ਬੁੱਕਿਆ, ਫਿਰ ਗੁਰੂ ਨਾਨਕ ਸਾਹਿਬ ਦਾ ਗਿਆਨ ਵੀ ਬੁੱਕਿਆ ਅਤੇ ਜੋਗੀ ਵੀ ਬੁੱਕੇ, ਜੋਤਸ਼ੀ ਪਾਂਧੇ ਵੀ ਬੁੱਕੇ, ਪਾਗਾਂ ਵਾਲੇ ਥੋੜ੍ਹਾ ਜਿਹਾ। ਜਿੰਨਾ ਸਾਡਾ ਕੰਮ ਜ਼ੋਰ ਲੱਗਾ ਹੁੰਦਾ ਨਾ ਬਾਕੀ ਕੰਮਾਂ 'ਤੇ, ਵੀ ਆਹ ਕਰ ਲਈਏ, ਇੱਦਾਂ ਕਰ ਲਈਏ, ਥੋੜ੍ਹਾ ਜਿਹਾ ਕਿਤੇ ਇਸ ਬੰਨੇ ਆਪਾਂ ਤੁਰਦੇ ਨਾ, ਪਖੰਡੀ ਤਿਆਗ ਕੇ ਮਰੇ ਸੀ। ਅਜਿਹਾ ਪਖੰਡੀਆਂ ਕੋਲ ਸਾਡੇ ਸਿੱਖ ਸਮਾਜ ਵਾਲੇ ਸਾਡੇ ਵੀਰ ਤੁਰੇ ਫਿਰਦੇ ਨੇ, ਤੁਸੀਂ ਅੱਜ ਬਾਣੀ ਦੀ ਵਿਚਾਰ ਸਹੀ ਕਰਨੀ ਸ਼ੁਰੂ ਕਰ ਦਿਓ। ਕੁਝ ਘਰ ਵਿੱਚ ਹਨੇਰਾ ਆ ਜਾਏ ਤਾਂ ਇੱਕੋ ਕੰਮ ਕਰਨ ਦੀ ਲੋੜ ਹੈ, ਦੀਵਾ ਬਾਲ ਦਿਓ, ਹਨੇਰਾ ਆਪਣੇ ਆਪ ਦੂਰ ਹੋ ਜਾਣਾ, ਕੰਮ ਇੱਕੋ ਕਰਨ ਦੀ ਲੋੜ ਹੈ। ਪਰ ਅਸੀਂ ਟਾਈਮ ਦੇਣ ਨੂੰ ਤਿਆਰ ਨਹੀਂ ਸੀ, ਸੌਖਾ ਜਿਹਾ ਕੰਮ ਲੱਭਦੇ ਹਾਂ। ਆਓ ਗੁਰੂ ਕਿਰਪਾ ਕਰੇ, ਧੰਨ ਗੁਰੂ ਅਰਜਨ ਸਾਹਿਬ ਨੇ ਬੜੀ ਕੀਮਤੀ ਗੱਲ ਅੱਜ ਦੇ ਸ਼ਬਦ ਵਿੱਚ ਕਹੀ ਹੈ, ਹੋ ਸਕਦਾ ਕੋਈ ਸਾਡੀ ਮਦਦ ਕਰੇ, ਜੋ ਅਸੀਂ ਅੱਜ ਵਹਿਮਾਂ ਭਰਮਾਂ ਭੁਲੇਖਿਆਂ ਵਿੱਚ ਪਏ ਹੋਏ ਹਾਂ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮੇਰੇ ਮਨ, ਇਹ ਸ਼ਬਦ ਦਾ ਰਾਹ ਵਾਲਾ ਬੰਦ ਹੈ, ਹੇ ਮੇਰਿਆ ਮਨਾ, ਮੇਰੇ ਮਨ ਏਕਸ ਸਿਉ ਚਿੱਤ ਲਾਏ, ਇੱਕ ਨਾਲ ਚਿੱਤ ਲਾ ਲਾ, ਏਕਸ ਬਿਨ ਸਭ ਧੰਨ, ਇੱਕ ਤੋਂ ਬਿਨਾਂ ਬਾਕੀ ਸਭ ਧੰਦਾ ਹੀ ਹੋ ਰਿਹਾ, ਪਰਮਾਤਮਾ ਤੇ ਇੱਕ ਹੈ, ਬਾਕੀ ਰੱਬ ਦੇ ਨਾਂ 'ਤੇ ਬਿਜ਼ਨਸ ਬੜਾ ਹੋ ਰਿਹਾ ਜੀ, ਪਰਮਾਤਮਾ ਦੇ ਨਾਂ 'ਤੇ ਬੜਾ ਵੱਡਾ ਧੰਦਾ ਚੱਲ ਰਿਹਾ, ਬੜਾ ਵੱਡਾ ਧੰਦਾ, ਬੜਾ ਵੱਡਾ। ਦੇਖੋ ਐਡਵੋਕੇਟ ਬਣਨ ਵਾਸਤੇ, ਡਾਕਟਰ ਬਣਨ ਵਾਸਤੇ ਕਿਤਾਬਾਂ ਦੇ ਨਾਲ ਮੱਥਾ ਮਾਰਨਾ ਪੈਣਾ, ਅੱਧੀ ਅੱਧੀ ਰਾਤ ਪੜ੍ਹਨਾ ਪੈਣਾ, ਅਤੇ ਧਰਮ ਦੇ ਨਾਂ 'ਤੇ ਲੁੱਟਣ ਵਾਸਤੇ ਕਰਨਾ ਥੋੜ੍ਹਾ ਕੁਝ ਪੈਣਾ, ਖੁੱਲ੍ਹਾ ਜਿਹਾ ਝੱਗਾ ਛਵਾ ਲਓ, ਬਟਨ ਟੇਢੇ ਮੇਢੇ ਲਾ ਲਓ, ਥੁੱਧਾ ਜਿਹਾ ਮੁੜਾਸਾ ਕਰ ਲਓ, ਲੋਕਾਂ ਦੇ ਪੈਰਾਂ 'ਤੇ ਮੱਛੇ ਟਿੱਕਣ ਲੱਗ ਪੈਣਾ,
ਮੰਤਰੀ ਵੀ ਪੈਰਾਂ 'ਤੇ ਮੱਥੇ ਟੇਕਣਗੇ ਅਤੇ ਪੜ੍ਹਿਆ ਲਿਖਿਆ ਬੰਦਾ ਵੀ ਹਨ ਕਿ ਮੱਥੇ ਟੇਕੂ। ਮੈਂ ਬੋਲਿਆ ਸੀ ਪੰਜਾਬ ਇਹ ਗੱਲ, ਤਕਲੀਫ ਬੜੀ ਹੋਈ ਸੀ ਪੰਜਾਬ ਪੁਲਿਸ ਵਾਲਿਆਂ ਨੂੰ ਜਦੋਂ ਮੈਂ ਗੱਲ ਬੋਲੀ ਸੀ। ਮੈਂ ਕਿਹਾ ਪੰਜਾਬ ਪੁਲਿਸ ਵਾਲੇ ਪਤਾ ਕੀ ਕਹਿੰਦੇ ਨੇ, ਅਸੀਂ ਪਾਰਕੂ ਬੜੇ ਹਾਂ। ਪਤਾ ਕੀ ਕਹਿੰਦੇ ਨੇ, ਕਹਿੰਦੇ ਅਸੀਂ ਇੱਦਾਂ ਪਾਰਕੂ ਹਾਂ, ਚੋਰੀ ਕੀਤੀ ਹੋਵੇ ਨਾ ਕਿਸੇ ਨੇ, ਅਸੀਂ ਇੱਕ ਸਕਿੰਟ 'ਚ ਪਛਾਣ ਜਾਂਦੇ ਵੀ ਇਹ ਚੋਰ ਹੈ। ਕਤਲ ਕੀਤਾ ਹੋਵੇ ਨਾ, ਅਸੀਂ ਇੱਕ ਮਿੰਟ 'ਚ ਪਛਾਣ ਜਾਂਦੇ ਵੀ ਇਹਨੇ ਕਤਲ ਕੀਤਾ ਹੈ ਜਾਂ ਇਹਨੇ ਨਹੀਂ ਕੀਤਾ। ਅਸੀਂ ਪਾਰਕੂ ਰੋਜ਼ ਜੇ ਕੇਸ ਆਉਣ ਕਰਕੇ। ਮੈਂ ਕਿਹਾ ਕਾਹਦੇ ਪਾਰਕੂ ਜੀ, 50,000 ਪਖੰਡੀਆਂ ਦੇ ਅਤੇ ਬੋਡੀਗਾਰਡ ਤੁਸੀਂ ਬਣੇ, ਉਹ ਤਾਂ ਪਛਾਣੇ ਨਹੀਂ ਗਏ ਤੁਹਾਡੇ ਕੋਲੋਂ, ਕਾਹਦੇ ਪਾਰਕੂ ਜੀ। ਮੈਂ ਬੋਲਿਆ, ਕੋਈ ਪੁਲਿਸ ਵਾਲਿਆਂ ਦੇ ਫੋਨ ਆਏ ਵੀ ਤੂੰ ਸਾਡੇ ਵਰਖਿਲਾਫ਼ ਬੋਲਦਾ। ਮੈਂ ਕਿਹਾ ਮੈਂ ਤੁਹਾਡੇ ਵਰਖਿਲਾਫ਼ ਨਹੀਂ ਬੋਲਿਆ, ਮੈਂ ਤਾਂ ਤੁਹਾਡੀ ਜਿਹੜੀ ਐਜੂਕੇਸ਼ਨ ਉਹਦੇ 'ਤੇ ਟਿੱਪਣੀ ਕੀਤੀ ਹੈ, ਹੈਗਾ ਜਵਾਬ ਤਾਂ ਦੇ ਦਿਓ ਮੈਨੂੰ, ਮੇਰੀ ਤਸੱਲੀ ਕਰਾ ਦਿਓ। ਮੈਂ ਤਾਂ ਕਿਹਾ ਤੁਸੀਂ ਕਹਿੰਦੇ ਹੋ, ਮੈਂ ਕਿਹਾ ਆਸਾ ਰਾਮ ਦੀ ਤੁਸੀਂ ਜੱਜ ਸੁਰੱਖਿਆ ਬਣੇ, ਸੌਦੇ ਸਾਹ ਦੀ ਤੁਸੀਂ ਜੱਜ ਸੁਰੱਖਿਆ ਬਣੇ, ਤੁਸੀਂ ਕਹਿੰਦੇ ਅਸੀਂ ਚੋਰ ਪਛਾਣ ਜਾਂਦੇ ਹਾਂ। ਚੋਰ ਵੀ ਨਹੀਂ ਪਛਾਣਿਆ ਜਾਂਦਾ ਜਦੋਂ ਧਰਮ ਦੀ ਵਰਦੀ ਪਾ ਲੈ, ਠੱਗ ਵੀ ਨਹੀਂ ਪਛਾਣਿਆ ਜਾਂਦਾ, ਉੱਥੇ ਤੁਹਾਡੀ ਪੜ੍ਹਾਈ ਵੀ ਫੇਲ। ਅਤੇ ਜੇ ਤੁਸੀਂ ਮੈਨੂੰ ਇਹ ਕਹੋ ਵੀ ਵੇਖੋ ਜੀ ਸਾਡੀ ਜੌਬ ਹੈ, ਸਾਡੀ ਡਿਊਟੀ ਹੈ, ਸਾਡੀ ਸਰਕਾਰ ਡਿਊਟੀ ਲਾਉਂਦੀ ਹੈ ਤਾਂ ਅਸੀਂ ਉਹਦੀ ਰੱਖਿਆ ਕਰਦੇ ਹਾਂ, ਇਹ ਵੀ ਗੱਲ ਗਲਤ ਹੈ। ਡਿਊਟੀ ਵੱਖਰੀ ਚੀਜ਼ ਹੈ, ਜਦੋਂ ਆਪਣੀ ਘਰਵਾਲੀ ਲੈ ਕੇ ਜਾ ਕੇ ਸਮੇਤ ਕਬਰ ਬਾਬੇ ਦੇ ਪੈਰਾਂ 'ਤੇ ਮੱਥਾ ਟੇਕਦੇ ਹੋ, ਉਹ ਤਾਂ ਡਿਊਟੀ 'ਚ ਨਹੀਂ ਨਾ ਆਉਂਦਾ, ਉਹ ਤਾਂ ਡਿਊਟੀ 'ਚ ਨਹੀਂ ਨਾ ਆਉਂਦਾ। ਇੰਟਰਨੈਟ 'ਤੇ ਵੇਖ ਲਓ, ਵੱਡੇ ਵੱਡੇ ਪੁਲਿਸ ਵਾਲੇ, ਵੱਡੇ ਵੱਡੇ ਜੱਜ, ਵੱਡੇ ਵੱਡੇ ਐਡਵੋਕੇਟ, ਪੜ੍ਹੇ ਲਿਖੇ ਬੰਦੇ ਜਾ ਕੇ ਉਹਨਾਂ ਦੇ ਪੈਰਾਂ 'ਚ ਬੈਠੇ ਹੋਏ ਨੇ, ਇਹ ਤਾਂ ਪਤਾ ਲੱਗ ਗਿਆ ਨਾ। ਹੁਣ ਅੰਦਾਜ਼ਾ ਲਾਓ, ਪਤਾ ਉਹ ਤਾਂ ਕਹਾਣੀ ਉਹ ਬਣ ਗਈ ਵੀ ਇੱਕ ਨਾ ਮਾਈ ਚਲੇ ਗਈ ਡੇਰੇ ਵਿੱਚ ਦੁੱਧ ਲੈ ਕੇ 5 ਕਿਲੋ, ਮੈਂ ਡੋਲੀ ਭਰੀ ਜਦੋਂ ਘਰ 'ਚ ਸਾਡੇ ਸੁੱਖ ਨਾਲ ਮੱਝਾਂ ਨਵੇਰੀਆਂ ਹੋਣ ਨਾ, ਅਤੇ ਸਾਡੀ ਇੱਛਾ ਹੁੰਦੀ ਵੀ ਕਿਸੇ ਡੇਰੇ ਚੜ੍ਹਾ ਆਈਏ। ਇੱਕ ਨੌਜਵਾਨ ਸਰੋਵਰ ਦੇ ਕੰਢੇ 'ਤੇ ਬੈਠਾ, ਸੋਹਣਾ ਸੁਨੱਖਾ, ਮਾਈ ਕਹਿੰਦੀ ਪੁੱਤ ਸੋਹਣਾ ਸੁਨੱਖਾ ਸਕੂਲੇ ਜਾਇਆ ਕਰ, ਪੜ੍ਹਿਆ ਲਿਖਿਆ ਕਰ, ਇੱਥੇ ਕਰਨਾ। ਕਹਿੰਦਾ ਮਾਂ ਬਾਬਾ ਬਣਨ ਦੀ ਪ੍ਰੈਕਟਿਸ ਕਰਦਾ। ਕਹਿੰਦੀ ਹੱਦ ਪੁੱਤ, ਬਾਬਾ ਬਣਨ ਦੀ ਪ੍ਰੈਕਟਿਸ, ਇੱਥੇ ਬੈਠਾ। ਕਹਿੰਦਾ ਮਾਂ ਮੈਨੂੰ ਇੱਦਾਂ ਦਾ ਜਵਾਬ ਦੇ, ਤੂੰ ਘਰੋਂ ਕੀ ਲੈ ਕੇ ਆਈ ਹੈ? ਕਹਿੰਦੀ ਦੁੱਧ। ਕਿੰਨੇ ਲੀਟਰ? 5 ਲੀਟਰ। ਹੁਣ ਜੇ 30 ਰੁਪਈਏ ਲਾਈਏ ਸਿੱਧਾ 150 ਦਾ ਹੋ ਗਿਆ। ਵੀ 150 ਦਾ ਦੁੱਧ ਤੂੰ ਘਰੋਂ ਲੈ, ਇੱਥੋਂ ਕੀ ਲੈ ਕੇ ਚੱਲੀ ਹੈ? ਸਰੋਵਰ ਦਾ ਅਜਾਲੇ ਵਾਲਾ ਪਾਣੀ ਜਿਹੜਾ ਅਸੀਂ ਆਪੇ ਪੁੱਟਿਆ, ਅੰਦਾਜ਼ਾ ਤੁਸੀਂ ਆਪ ਲਾ ਲਓ। ਸਾਧ ਸੰਗਤ, ਸਾਡਾ ਨਿਆਣਾ ਬਿਮਾਰ ਹੋਵੇ ਨਾ, ਸਾਧ ਆਉਂਦੇ ਸਾਡੇ ਸਰੋਵਰ ਦਾ ਜਲ ਲੈ ਜਾਓ, ਅਤੇ ਸਾਧ ਬਿਮਾਰ ਹੋਵੇ ਤਾਂ ਉਹਨੂੰ ਪੋਲੋ ਹੋਸਪਿਟਲ ਖਾਣਾ ਪੈਂਦਾ। ਵੀ ਤੁਹਾਡੀ ਦੀ ਜਲ ਚੂੰਡੀਆਂ ਵੜਦਾ, ਤੁਸੀਂ ਪੀ ਲਓ। ਤੁਸੀਂ ਬਿਮਾਰ ਹੋਵੇ ਤਾਂ ਕਹਿੰਦੇ ਸਰੋਵਰ ਦਾ ਜਲ ਭਰ ਕੇ ਲੈ ਜਾਓ, ਅੰਦਾਜ਼ਾ ਲਾ ਲਓ। ਅਤੇ ਬਾਬਾ ਬਿਮਾਰ ਹੋਵੇ ਤਾਂ ਕਿੱਥੇ ਖੜਦੇ ਭਲਾ? ਅਪੋਲੋ ਹੋਸਪਿਟਲ ਸਾਡੇ ਇਲਾਜ ਨਹੀਂ ਹੁੰਦਾ ਉੱਥੇ, ਤਾਂ ਉੱਥੇ ਉਹਦੀ ਫੀਸ ਵੀ ਉਹ ਅਦਾ ਕਰ ਸਕਦੇ ਆਪਣੇ ਵਰਗੇ ਬੰਦੇ ਵਾਸਤੇ। ਉੱਥੇ ਅੱਧਾ ਘੰਟਾ ਰਹਿਣਾ, ਸਾਰ ਸੁੱਤੇ ਜਾਣੇ ਸਾਡੇ ਵਰਗੇ ਬੰਦਿਆਂ ਦੀ, ਤਾਂ ਉੱਥੇ ਅਸੀਂ ਉੱਥੇ ਰਹਿ ਨਹੀਂ ਸਕਦੇ, ਉੱਥੇ ਉਹ ਹੀ ਕੋਈ ਖਰਚੇ ਸਰਕਾਰੀ। ਖੈਰ ਮੈਂ ਗੱਲ ਦੱਸ ਰਿਹਾ। ਕਹਿੰਦਾ ਮਾਈ ਮੈਨੂੰ ਇੱਕ ਗੱਲ ਦਾ ਜਵਾਬ ਦੇ, ਤੂੰ 5 ਕਿਲੋ ਦੁੱਧ ਲੈ ਕੇ ਆਈ ਅਤੇ ਤੇਰੇ ਇੱਥੋਂ ਲੈ ਚੱਲੀਆਂ ਨਾਲ ਪਾਣੀ, ਤੂੰ ਸਾਰੇ ਕਬਰ 'ਤੇ ਛੱਟਾ ਦੇਈ ਜਾਣਾ ਜਾ ਕੇ, ਤੇਰੇ ਵਰਗੀਆਂ 10-15 ਮਾਈਆਂ ਆ ਜਾਣ ਅਤੇ ਸਾਡੇ ਕੋਲ 1.5 ਕੁਇੰਟਲ ਦੁੱਧ ਇਕੱਠਾ ਹੋ ਜਾਂਦਾ। ਤਾਂ 1.5 ਕੁਇੰਟਲ ਦੁੱਧ ਕਿਸਾਨ ਨੂੰ ਪੈਦਾ ਕਰਨ ਲਈ ਕਿੰਨੀਆਂ ਮੱਝਾਂ ਅਤੇ ਕਿੰਨੀਆਂ ਗਾਵਾਂ ਰੱਖਣੀਆਂ ਪੈਣੀਆਂ? ਮੀਂਹ ਪੈ ਗਿਆ, ਸਾਰੇ ਟੱਬਰ ਦਾ ਗੋਹੇ ਨਾਲ ਕੱਪੜੇ ਲਿਬੜੇ ਹੁੰਦੇ ਆ, ਕਦੀ ਤੂੜੀ ਸਾਫ, ਕਦੀ ਉਹ ਕਰ, ਫਿਰ ਜਾ ਕੇ ਕਿਤੇ ਦੁੱਧ ਪੈਦਾ ਹੋਣਾ। ਅਤੇ ਮਾਂ ਵੇਖ ਲਾ, ਸਾਡੀ ਮੱਝ ਭੱਜਦੀ ਵੀ ਨਹੀਂ, ਕਿਸਾਨ ਦੀਆਂ ਮੱਝਾਂ ਦੁੱਧ ਦੇਣ ਤੋਂ ਜਵਾਬ ਦੇ ਦਿੰਦੇ ਸਾਡੀ, ਕਿਉਂਕਿ ਇੱਕ ਮਾਈ ਹੈ ਜਿਹਦੇ ਦੂਜੀ ਨੂੰ ਤੁਰ ਪੈਣਾ। ਕਹਿੰਦਾ ਮਾਈ ਮੈਨੂੰ ਇਹ ਗੱਲ ਦਾ ਜਵਾਬ ਦੇ, ਕਿਸਾਨ ਬਣ ਕੇ ਮੈਨੂੰ ਸਰਕਾਰਾਂ ਦੀਆਂ ਸੋਟੀਆਂ ਖਾਣੀਆਂ ਪੈਣੀਆਂ, ਕਦੀ ਕਾਂਗਰਸ ਨੇ ਕੁੱਟਣਾ, ਕਦੀ ਅਕਾਲੀਆਂ ਨੇ ਕੁੱਟਣਾ। ਜੇ ਮੈਂ ਬਣ ਗਿਆ ਟੀਚਰ, ਬੀਐਡ ਕਰ ਲਈ, ਡਾਕਟਰ ਬਣ ਗਿਆ, ਇੰਜੀਨੀਅਰ ਬਣ ਗਿਆ, ਤਾਂ ਵੀ ਮੈਨੂੰ ਟੈਂਕੀਆਂ 'ਤੇ ਚੜ੍ਹ ਚੜ੍ਹ ਕੇ ਮਾਂ ਅੱਗ ਲਾਉਣੀ ਪੈਣੀ ਹੈ ਆਪਣੇ ਆਪ ਨੂੰ, ਡਿਗਰੀਆਂ ਲੈ ਕੇ ਤੁਰੇ ਫਿਰਨਾ, ਮੈਨੂੰ ਫਿਰ ਵੀ ਨੌਕਰੀ ਨਹੀਂ ਮਿਲਣੀ। ਪਰ ਮਾਂ ਵੇਖ ਲਾ, ਇੱਥੇ ਬੈਠਾ ਬਾਬਾ ਡੀਕਣ ਡਿਆ, ਕਦੋਂ ਮਰਦਾ ਹੈ? ਇਹ ਪ੍ਰੈਕਟਿਸ ਕਰਨੇ ਆ,
ਉਹਦੀਆਂ ਕੁੰਡੀਆਂ ਨੋਟ ਕਰਿਓ, ਜਿੰਨੇ ਬਾਬੇ ਮਰਦੇ ਗੱਦੀ ਗੜਬਈ ਨੂੰ ਦੇ ਕੇ ਜਾਂਦੇ, ਕਿਉਂਕਿ ਜਿੰਨੀਆਂ ਕਰਤੂਤਾਂ ਉਹ ਜਾਣਦਾ ਬਾਕੀਆਂ ਨੂੰ ਪਤਾ ਨਹੀਂ ਹੁੰਦੀਆਂ। ਨੋਟ ਕਰ ਲਓ, ਕੋਈ ਬਾਬਾ ਦੱਸੇ ਵੀ ਸਾਡਾ ਬਾਬਾ ਜੀ ਗੜਬਈ ਗੱਦੀ ਬਾਹਰ ਲੈਣ ਦੇ ਗਿਆ, ਨਹੀਂ ਦੇ ਕੇ ਗਿਆ, ਉਹਨੂੰ ਪਤਾ ਹੁੰਦਾ ਵੀ ਗੜਬਈ ਨੂੰ ਫਿਰ ਦੱਸ ਜਾਂਦਾ, ਕਹਿੰਦਾ ਵੇਖ ਲਾ ਮੈਂ ਬਰਸੀ ਵੱਡੇ ਦੀ ਮਨਾਉਣਾ, ਤੂੰ ਮੇਰੀ ਮਨਾਈ, ਤੈਨੂੰ ਮੇਰੇ ਬਾਰੇ ਜਿੰਨਾ ਪਤਾ ਤੂੰ ਹੀ ਨਾਲ ਗੜਬਈ ਰੱਖ। ਇਹ ਇੱਦਾਂ ਹੀ ਹੁੰਦਾ ਸਾਡੇ ਸਮਾਜ ਵਿੱਚ, ਚੱਲੀ ਜਾਂਦਾ ਕੰਮ। ਸਾਧ ਸੰਗਤ ਗੁਰੂ ਨੇ ਇੱਕ ਦੇ ਲੜ ਲਾਇਆ ਸੀ, ਕਮ ਸੇ ਕਮ ਪੰਜਾਬ ਵਾਲਿਆਂ ਦੀ ਤਾਂ ਮਜਬੂਰੀ ਬਣ ਗਈ, ਕੁਝ ਸਿਆਸਤ ਕੁੱਤੀ ਜਾ ਰਹੀ, ਕੋਈ ਪਖੰਡੀ ਬਾਹਰਲੇ ਸਿੱਖੋ, ਤੁਸੀਂ ਤਾਂ ਜਾਗ ਜਾਓ, ਤੁਸੀਂ ਤਾਂ ਲੁੱਟ ਤੋਂ ਬਚ ਜਾਓ। ਜਦੋਂ ਮੈਂ ਬਾਹਰਲੇ ਦੇਸ਼ 'ਚ ਨਹੀਂ ਨਾ ਆਇਆ, ਉਦੋਂ ਮੈਂ ਸੋਚਦਾ ਹੁੰਦਾ ਸੀ ਪੰਜਾਬ ਬੈਠਾ ਵੀ ਗੁਰੂ ਕਿਰਪਾ ਕਰੇ ਬਾਹਰਲੇ ਸਿੱਖ ਤਾਂ ਬਚੇ ਨਾ ਇਹਨਾਂ ਤੋਂ। ਅਤੇ ਜਦੋਂ ਜਿਉਂ ਜਿਉਂ ਕਨੇਡਾ ਅਮੈਰੀਕਾ ਵੇਖਿਆ, ਮੈਂ ਕਿਹਾ ਸਵਾਹ ਬਚੇ ਨਹੀਂ, ਇਹਨਾਂ ਗੱਡੀਆਂ ਇਹਨਾਂ ਲੈ ਕੇ ਦਿੱਤੀਆਂ ਵੀ ਜਿੰਨਾ ਉਹਦੀਆਂ ਦੇ ਬਾਬੇ ਚੜ੍ਹੇ ਫਿਰਦੇ ਸਾਡੇ ਸਿਰ 'ਤੇ ਘੱਟਾ ਪਾਉਂਦੇ ਫਿਰਦੇ, ਕਿਰਪਾ ਹੀ ਬਾਹਰ ਲਿਆਉਂਦੀ ਹੈ। ਨਾ ਨਾ ਨਾ, ਕਿਰਪਾ ਹੀ ਬਾਹਰ ਲਿਆਉਂਦੀ ਹੈ, ਬਾਅਦ 'ਚ ਪਤਾ ਲੱਗਾ। ਜਾਗ ਜਾਓ, ਥੋੜ੍ਹੇ ਸਿਆਣੇ ਬਣ ਜਾਓ। ਜੇ ਤੁਸੀਂ ਪੰਜਾਬ ਨੂੰ ਡੁੱਬਣੋਂ ਤੁਸੀਂ ਬਚਾ ਸਕਦੇ ਹੋ, ਇਹ ਮੈਂ ਪੱਕੀ ਗੱਲ ਕਹੀ ਹਾਂ, ਪੰਜਾਬ ਨੂੰ ਡੁੱਬਣ ਤੋਂ ਤੁਸੀਂ ਬਚਾ ਸਕਦੇ ਜੇ ਤੁਸੀਂ ਉਹਨਾਂ 'ਤੇ ਆਸ ਲਾਓ। ਉੱਥੇ 'ਤੇ ਜਿੰਨਾ ਸਾਡੇ ਕੋਲ ਜ਼ੋਰ ਲੱਗਦਾ ਸੀ, ਰੌਲਾ ਪਾਈ ਜਾਂਦੇ ਹੁਣ, ਅਸੀਂ 2 ਮਹੀਨੇ ਲਗਾਤਾਰ ਪੰਜਾਬ ਦੇ ਪਿੰਡਾਂ 'ਚ ਰਹਿਣਾ, ਸਾਨੂੰ ਇਹ ਵੀ ਅੰਦਰੋਂ ਹੁੰਦਾ ਵੀ 30 ਨੂੰ ਇਲੈਕਸ਼ਨ ਆ, ਜਾ ਕੇ ਸਮਾਗਮ ਕਿੱਥੇ ਕਰਨੇ, ਇੱਕ ਬੰਨੇ ਸਮਾਗਮ, ਦੂਜੇ ਬੰਨੇ ਉਹਨਾਂ ਗਾਉਣ ਵਾਲੀ ਲਾਸ਼ ਨਹੀਂ। ਵੇਖ ਲਓ, ਅੰਦਾਜ਼ਾ ਲਾ ਲਓ ਉਹਨਾਂ ਹਾਲਾਤਾਂ 'ਚ ਪ੍ਰਚਾਰ ਕਰਨਾ ਕਿੰਨਾ ਮੁਸ਼ਕਲ ਹੈ, ਕਿੰਨਾ ਮੁਸ਼ਕਲ ਹੈ। 30 ਨੂੰ ਇਲੈਕਸ਼ਨ, 10 ਮਈ ਤੋਂ ਹੀ ਪਿੰਡਾਂ ਸਮਾਗਮ ਸ਼ੁਰੂ ਕਰ ਦੇਣੇ ਨੇ, ਸ਼ਰਾਬਾਂ ਪੀਤੀਆਂ, ਨਸ਼ੇ, ਬੁਰਾ ਹਾਲ, ਬੌਂਕੇ, ਉਹ ਫਿਰ ਨੌਜਵਾਨ ਪਰੇ ਫਿਰਦੇ ਨੇ। ਤੁਸੀਂ ਵੇਖਦੇ ਇੰਟਰਨੈਟ 'ਤੇ, ਜਿੰਨਾ ਕੋਲ ਸਮਾਂ ਹੁੰਦਾ ਸ਼ਾਮਾਂ ਨੂੰ ਵੇਖਿਆ ਕਰੋ ਥੋੜ੍ਹਾ ਬਹੁਤਾ ਇੰਟਰਨੈਟ 'ਤੇ ਕੀ ਕੁਝ ਹੋ ਰਿਹਾ, ਕਿਹੜੀ ਸਿਆਸਤ ਚੱਲ ਰਹੀ ਹੈ ਸਾਡੇ ਸਮਾਜ ਵਿੱਚ। ਗੁਰੂ ਕਿਰਪਾ ਕਰੇ, ਆਓ ਸ਼ਬਦ ਪੜ੍ਹਿਆ ਆਪਾਂ, ਸ਼ਬਦ ਦੀਆਂ ਰਹਾਓ ਵਾਲੀਆਂ ਤੁਕਾਨੇ, ਮੇਰੇ ਮਨ ਇੱਕ ਸਿਉ ਚਿਤ ਲਾਏ, ਇੱਕ ਸਿਨ ਸਭ ਤੰਦ ਹੈ, ਸਭ ਮਿਥਿਆ ਮੋਬਾਇਲ। ਆਓ ਰਲ ਕੇ ਇੱਕ ਵਾਰ ਇਹਨਾਂ ਤੁਕਾਂ ਦਾ ਪਾਠ ਕਰੀਏ, ਫਿਰ ਆਪਾਂ ਵਿਚਾਰ ਸਾਂਝੇ ਕਰਦੇ ਹਾਂ। ਏਕ ਸੁਸਿਓ ਚਿਤ ਲਾਏ ਮੇਰੇ ਮਨ, ਏਕ ਸੁਸਿਓ ਚਿਤ ਲਾਏ, ਏਕ ਸੁਸਿਓ ਚਿਤ ਲਾਏ ਮੇਰੇ ਮਨ, ਏਕ ਸੁਸਿਓ ਚਿਤ ਲਾਏ, ਏਕ ਸੁਸਿਓ ਚਿਤ ਲਾਏ ਮੇਰੇ ਮਨ, ਏਕ ਸੁਸਿਓ ਚਿਤ ਲਾਏ, ਏਕ ਸੁਸਿਓ ਚਿਤ ਲਾਏ ਮੇਰੇ ਮਨ, ਏਕ ਸੁਸਿਓ ਚਿਤ ਲਾਏ, ਏਕ ਸੁਸਿਓ ਚਿਤ ਲਾਏ ਮੇਰੇ ਮਨ, ਏਕ ਸੁਸਿਓ ਚਿਤ ਲਾਏ, ਏਕ ਸੁਸਿਓ ਚਿਤ ਲਾਏ ਮੇਰੇ ਮਨ, ਏਕ ਸੁਸਿਓ ਚਿਤ ਲਾਏ, ਏਕ ਸੁਸਿਓ ਚਿਤ ਲਾਏ ਮੇਰੇ ਮਨ, ਏਕ ਸੁਸਿਓ ਚਿਤ ਲਾਏ, ਵਾਹ ਵਾਹ, ਏਕ ਸੁਸਿਓ ਚਿਤ ਲਾਏ ਮੇਰੇ ਮਨ, ਏਕ ਸੁਸਿਓ ਚਿਤ ਲਾਏ, ਏਕ ਸੁਬਿਨ ਸਭ ਤੰਦ ਹੈ, 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 ਸਭ ਮਿਥਿਆ ਮੋਹ ਮਾਏ, 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 ਸਭ ਮਿਥਿਆ ਮੋਹ ਮਾਏ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਹੇ ਮਨਾ ਇੱਕ ਨਾ ਚਿੱਤ ਜੋੜ। ਦੇਖੋ ਇੱਕ ਵਿੱਚ ਤਾਕਤ ਕਿੰਨੀ ਹੁੰਦੀ ਹੈ। ਤੁਸੀਂ ਪੇਪਰ ਦੇ ਉੱਪਰ ਇੱਕ ਅੰਕ ਲਿਖੋ ਨਾ, ਅਤੇ ਉਹਦੇ ਨਾਲ ਇੱਕ 0 ਲਿਖ ਦਿਓ, 0 ਲਿਖ ਦਿਓ ਅਤੇ 10 ਬਣ ਜਾਂਦੇ ਨੇ, 2 ਲਿਖ ਦਿਓ ਅਤੇ 100 ਬਣ ਗਿਆ, 3 ਲਿਖ ਦਿਓ ਅਤੇ 1000 ਬਣ ਗਿਆ, 4 ਲਿਖ ਦਿਓ 10000 ਬਣ ਗਿਆ, 5 ਲਿਖ ਦਿਓ ਅਤੇ 1 ਲੱਖ ਬਣ ਗਿਆ। ਹੁਣ ਇੱਦਾਂ ਸਿਫਰਾਂ ਵਧਾਈ ਜਾਓ ਅਤੇ ਇੱਕ ਇੱਕ ਸਿਫਰ ਦੀ, ਇੱਕ ਇੱਕ 0 10-10 ਗੁਣਾ ਵੈਲਿਊ ਵੱਧਦੀ ਜਾਂਦੀ ਹੈ। ਪਰ ਇੱਕ
ਪੰਜ ਸਿਫਰ ਲਿਖ ਕੇ ਅਤੇ ਇੱਕ ਅੰਕ ਉਡਾ ਦਿਓ, ਇੱਕ ਅੰਕ ਉੱਥੋਂ ਪਾਸੇ ਕਰ ਦਿਓ। ਕਿਉਂ ਜੀ, ਉਹਨਾਂ ਪੰਜਾਂ ਸਿਫਰਾਂ ਦੀ ਕੋਈ ਰਕਮ ਹੈ, ਕੋਈ ਵੈਲਿਊ ਹੈ? ਬਸ ਇੰਨੀ ਇਸ਼ਾਰਾ ਸਮਝ ਲਓ, ਇੱਕ ਪਰਮਾਤਮਾ ਜ਼ਿੰਦਗੀ ਚ ਹੈਗਾ, ਅਤੇ ਤੇਰੀ ਕੋਠੀ, ਤੇਰਾ ਘਰ, ਤੇਰੇ ਬੱਚੇ, ਤੇਰੀ ਜ਼ਮੀਨ, ਤੇਰੀ ਜਾਇਦਾਦ, ਤੇਰਾ ਬਿਜ਼ਨਸ, ਤੇਰਾ ਵਪਾਰ, ਜੋ ਵੀ ਹੈ, ਇਹ ਇੱਕ ਜ਼ੀਰੋ ਨੇ, ਸਿਫਰ ਹੈ, ਇਹਦੀ ਵੈਲਿਊ ਦਸ ਦਸ ਗੁਣਾ ਵੱਧ ਗਈ, ਇੱਕ ਹੈਗਾ। ਤੇ ਜੇ ਇੱਕ ਪਰਮਾਤਮਾ ਹੀ ਨਹੀਂ ਹੈਗਾ, ਤੇ ਭਾਵੇਂ ਸਿਫਰਾਂ ਸੱਤ ਹੋਣ ਦੇ, ਭਾਵੇਂ ਪੰਜ ਹੋਣ, ਉਹਦੀ ਕੋਈ ਮਹੱਤਤਾ ਨਹੀਂ ਹੈ। ਇੱਕ ਵਿੱਚ ਬੜੀ ਬੜੀ ਵੱਡੀ ਤਾਕਤ ਹੈ, ਇੱਕ ਵਿੱਚ ਵੀ ਬੜੀ ਵੱਡੀ ਤਾਕਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਇਹ 35 ਮਹਾਂਪੁਰਖਾਂ ਦਾ ਇੱਕ ਸਿਧਾਂਤ ਜਿਹੜਾ ਗੁਰੂ ਅਰਜਨ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਨੇ ਦਿੱਤਾ ਹੈ ਸਾਨੂੰ, ਕਿਉਂ ਦਿੱਤਾ? ਪਹਿਲਾਂ ਜਿਹੜਾ ਬ੍ਰਾਹਮਣਵਾਦ ਦਾ ਗੜਬਾ ਸੀ, ਕਰਮ ਕਰਨ ਦਾ ਗੜਬਾ ਸੀ, ਉਹਨੂੰ ਇਕੱਲਾ ਇਕੱਲਾ ਬੰਦਾ ਨਹੀਂ ਸੀ ਸਾਫ਼ ਕਰ ਸਕਦਾ ਨਾ। ਘਰ ਦੇ ਵਿੱਚ ਵੀ ਗੰਦਗੀ ਸਾਫ਼, ਉਹਨੂੰ ਸਾਖੀ ਆਪਾਂ ਸਕੂਲਾਂ 'ਚ ਆਮ ਪੜ੍ਹੀ ਹੈ ਕਿ ਬਾਪੂ ਵਿਚਾਰਾ ਮਰਨੇ ਪਿਆ ਅਤੇ ਚਾਰ ਉਹਦੇ ਪੁੱਤਰ ਨੇ, ਐਂ ਪ੍ਰਾਣ ਤਿਆਗਣ ਲੱਗਾ, ਅਤੇ ਉਹਨੂੰ ਕਿਸੇ ਨੇ ਦੱਸ ਦਿੱਤਾ ਵੀ ਸਰਦਾਰ ਸਾਹਿਬ ਜਿੱਦਣ ਤੂੰ ਮਰ ਗਿਆ, ਇਹ ਜਿਹੜਾ ਤੂੰ ਬੜਾ ਵੱਡਾ ਬਿਜ਼ਨਸ ਖੜਾ ਕੀਤਾ, ਤੇਰੇ ਬੱਚਿਆਂ ਨੇ ਤੇਰੇ ਮਰਨ ਤੋਂ ਬਾਅਦ ਸਭ ਖੇਰੂ ਖੇਰੂ ਕਰ ਦੇਣਾ। ਸਿਆਣਾ ਸੀ ਉਹਨੇ ਚਾਹ ਨੂੰ ਆਪਣੇ ਕੋਲ ਬੁਲਾਇਆ, ਪਤਨੀ ਨੂੰ ਕਿਹਾ ਚਾਰੇ ਬੇਟੇ ਮੇਰੇ ਕੋਲ ਲੈ ਕੇ ਆਓ। ਉਹਨੇ ਚਾਹ ਨੂੰ ਇੱਕ ਇੱਕ ਡੰਡਾ ਦਿੱਤਾ ਵੀ ਜਾਓ ਜਾਓ ਤੋੜ ਕੇ ਲਿਆਓ, ਤੋੜ ਕੇ ਲੈ ਆਏ ਚਾਰੇ, ਆਏ ਤੋੜ ਕੇ ਲੈ ਆਏ। ਹੁਣ ਉਹਨੇ ਚਾਹ ਨੂੰ ਚਾਰ ਚਾਰ ਡੰਡੇ ਦਿੱਤੇ ਵੀ ਇਕੱਠਿਆਂ ਨੂੰ ਲੱਕ 'ਤੇ ਤੋੜ ਕੇ ਲਿਆਓ। ਵਾਪਸ ਆ ਕੇ ਕਹਿੰਦੇ ਬਾਪੂ ਟੁੱਟੇ ਨਹੀਂ ਸਾਡੇ ਕੋਲੋਂ। ਕਹਿੰਦੇ ਕਿਉਂ? ਕਹਿੰਦੇ ਚਾਰ ਇਕੱਠੇ ਤੋੜਨੇ ਮੁਸ਼ਕਲ ਨੇ। ਕਹਿੰਦਾ ਪੁੱਤਰੋ ਇਸ਼ਾਰਾ ਸਮਝ ਗਏ ਜੀ, ਇਕੱਲੇ ਇਕੱਲੇ ਹੋਊਗੇ ਤਾਂ ਲੱਕ ਛੇਤੀ ਟੁੱਟ ਜਾਓ, ਇਕੱਠੇ ਹੋਊਗੇ ਤਾਂ ਦੁਨੀਆਂ ਦੀ ਕੋਈ ਤਾਕਤ ਤੁਹਾਨੂੰ। ਜਿਹੜੇ ਗੁਰੂ ਨੇ ਸਾਨੂੰ ਇੱਕ ਕੀਤਾ ਸੀ ਅਤੇ ਉਹਦੇ ਨਾਂ 'ਤੇ ਗੁਰਦੁਆਰੇ ਵੱਖਰੇ ਵੱਖਰੇ ਬਣਾ ਲਏ, ਗੁਰਦੁਆਰੇ ਵੱਖਰੇ ਵੱਖਰੇ ਤਿਆਰ ਕਰ ਲਏ ਸੀ। ਜਿਹੜੇ ਗੁਰੂ ਨੇ ਸਾਨੂੰ ਬਾਣੀ ਦਰਜ ਕਰਨ ਲੱਗੇ ਹਾਂ, ਸਾਹਿਬ ਨੇ ਇਹ ਨਹੀਂ ਵੇਖਿਆ ਵੀ ਇਸਲਾਮ 'ਚੋਂ ਆਇਆ ਬਾਬਾ ਫਰੀਦ ਕੌਣ, ਇਹਦੇ ਵਿਚਾਰਾਂ ਨੂੰ ਕਿਹਾ ਆ ਫਰੀਦ ਤੇਰੇ ਵਿਚਾਰਾਂ 'ਚ ਬੜਾ ਦਮ ਹੈ, ਅੱਜ ਜਗ੍ਹਾ ਮਿਲੇਗੀ ਤੈਨੂੰ। ਸਾਰੀ ਦਿਹਾੜੀ ਲੋਕਾਂ ਦੀਆਂ ਟੁੱਟੀਆਂ ਜੁੱਤੀਆਂ ਗੰਢਣ ਵਾਲੇ, ਮਰੇ ਹੋਏ ਪਸ਼ੂਆਂ ਦਾ ਚਾਹਮੋ ਤਾਰਨ ਵਾਲੇ, ਭਗਤ ਰਵਿਦਾਸ ਦੀ ਰਸਨਾ ਤੋਂ 40 ਸ਼ਬਦ ਉਚਾਰਨ ਹੋਏ, ਸਾਹਿਬ ਨੇ ਕਿਹਾ ਲਿਆ ਭਾਵੇਂ ਤੈਨੂੰ ਲੋਕ ਸ਼ੂਦਰ ਕਹਿੰਦੇ ਨੇ ਪਰ ਤੇਰੀਆਂ ਵਿਚਾਰਾਂ 'ਚ ਬੜੀ ਵੱਡੀ ਤਾਕਤ ਹੈ, ਆ ਉਸ ਗ੍ਰੰਥ ਵਿੱਚ ਤੈਨੂੰ ਵੀ ਜਗ੍ਹਾ ਦਿੱਤੀ ਜਾਏਗੀ। ਸਾਰੀ ਦਿਹਾੜੀ ਹੜ ਵਾਹੁਣ ਵਾਲੇ ਭਗਤ ਧੰਨਾ ਜੀ, ਜਿਹਨਾਂ ਦੇ ਨਾਲ ਸਾਫੀਆਂ ਜੋੜਤੀਆਂ ਵੀ ਧੰਨੇ ਨੇ ਪੱਥਰ 'ਚ ਰੱਬ ਪਾਇਆ, ਅੱਜ ਤੱਕ ਤੁਹਾਡੀ ਕਮਿਸ਼ਨ ਸੁਣਾਉਂਦੇ ਰਹੇ ਅੱਜ ਤੱਕ ਵੀ ਪੱਥਰ 'ਚ ਰੱਬ ਪਾ ਲਿਆ ਜੀ ਭਗਤ ਧੰਨੇ ਨੇ। ਅਸਲ ਵਿੱਚ ਨਾ ਇਹ ਗੱਲਾਂ ਫਿੱਟ ਪੱਤਾ, ਸਾਰੀ ਬਾਣੀ ਪੜ੍ਹ ਕੇ ਵੇਖ ਲਓ, ਕੋਈ ਤੁਹਾਡੇ 'ਚੋਂ ਬਾਣੀ ਪੜ੍ਹਨ ਵਾਲਾ ਗੁਰੂ ਕਾ ਪਿਆਰਾ ਬੈਠਾ ਹੋਵੇ, ਪੱਥਰ ਦੀ ਪੂਜਾ ਦਾ ਇੱਕ ਸ਼ਬਦ ਵੀ ਵਿਖਾ ਦਿਓ, ਇੱਕ ਸ਼ਬਦ ਵੀ ਪੱਥਰ ਦੀ ਪੂਜਾ ਦਾ, ਸੈਂਕੜੇ ਸ਼ਬਦ ਮਿਲ ਜਾਣਗੇ ਜੇ ਪੱਥਰ ਦੀ ਪੂਜਾ ਦਾ ਵਿਰੋਧ ਕਰਦੇ। ਮੈਂ ਦੋ ਤਿੰਨ ਪੜ੍ਹ ਦਿੰਦਾ ਤਾਂ ਕਿ ਸ਼ੰਕਾ ਨਾ ਰਹਿ ਜਾਵੇ। ਏਕ ਪਾਥਰ ਕੀ ਜੈ ਭਾਉ, ਤਰਕ ਕੀਤਾ ਬਾਣੀ ਨੇ, ਕਹਿੰਦੇ ਇੱਕ ਪੱਥਰ ਨਾਲ ਤੂੰ ਪ੍ਰੇਮ ਕਰਦਾ, ਇੱਕ ਪੱਥਰ ਅੱਗੇ ਤੂੰ ਮੱਥਾ ਟੇਕ ਕੇ ਆਉਣਾ, ਤੇ ਦੂਜੇ ਪੱਥਰ 'ਤੇ ਤੂੰ ਪੈਰ ਰੱਖ ਕੇ ਲੰਘਦਾ, ਆ ਜਿਹੜਾ ਸੜਕਾਂ 'ਤੇ ਲੱਗਾ ਇਹ ਕੀ ਜੀ ਭਲਾ, ਬੋਲ ਕੇ ਦੱਸੋ ਜੀ। ਫਰਕ ਇਹ ਹੈ ਵੀ ਵੱਡੇ ਪੱਥਰ ਨਾਲ ਟੁੱਟਾ ਹੋਇਆ, ਇਹਦੀ ਬਜਰੀ ਤਿਆਰ ਕੀਤੀ ਹੋਈ ਹੈ, ਇਹ 'ਤੇ ਗੱਡੀ ਵੀ ਲੰਘਦੀ ਹੈ ਅਤੇ ਇਹਦੇ ਆਪਾਂ ਪੈਰ ਰੱਖ ਕੇ ਵੀ ਲੰਘਦੇ। ਇਸੇ ਪੱਥਰ ਦਾ ਇੱਕ ਹਿੱਸਾ ਧਾਰਮਿਕ ਅਸਥਾਨ 'ਤੇ ਪਿਆ ਅਤੇ ਉਹਦੇ ਗਿਆ ਆਪਾਂ ਮੱਥਾ ਟੇਕਦੇ। ਬਾਣੀ ਨੇ ਆਹ ਸਵਾਲ ਰੱਖਿਆ, ਕਹਿੰਦੇ ਬੰਦਿਆ ਜਵਾਬ ਦੇ ਹੈਗਾ ਤੇਰੇ ਕੋਲ? ਇੱਕ ਪੱਥਰ ਦੇ ਅੱਗੇ 5 ਮਿੰਟ ਪਹਿਲਾਂ ਤੂੰ ਮੱਥੇ ਟੇਕ ਕੇ ਅਰਦਾਸਾਂ ਕਰਦਾ ਆਇਆ, ਦੂਜੇ ਪੱਥਰ ਦੇ ਉੱਤੇ ਪੈਰ ਰੱਖ ਕੇ ਤੁਰਿਆ ਜਾ ਰਿਹਾ, ਮੈਨੂੰ ਜਵਾਬ ਦੇ ਦੇ। ਇੱਕ ਪਾਥਰ ਕੀ ਜੈ ਭਾਉ, ਭਾਉ ਕਹਿੰਦੇ ਪ੍ਰੇਮ ਨੂੰ, ਦੂਜੇ ਪਾਥਰ ਧਰੀਏ ਪਾਉ, ਦੂਜੇ ਪੱਥਰ 'ਤੇ ਪੈਰ ਰੱਖਦਾ, ਜੇ ਉਹ ਦਿਓ
ਜੇ ਉਹ ਦੇਵਤਾ ਹੈ ਤਾਂ ਇਹ ਵੀ ਦੇਵਾ, ਤੇ ਜੇ ਤੂੰ ਉਹਨੂੰ ਦੇਵਤਾ ਮੰਨਦਾ ਇਹ ਵੀ ਦੇਵਤਾ, ਫਿਰ ਦੁਨੀਆਂ ਤੇ ਸੜਕਾਂ ਤੇ ਆਪਾਂ ਤੋਰ ਹੀ ਨਹੀਂ ਸਕਦੇ, ਫਿਰ ਤਾਂ ਕਹਿਣ ਦੀ ਲੋੜ ਹੀ ਨਹੀਂ ਸਰਕਾਰਾਂ ਨੂੰ ਵੀ ਸੜਕਾਂ ਬਣਾਓ ਪੱਥਰ ਦੀ, ਫਿਰ ਤਾਂ ਗੱਡੀ ਕੱਚੇ ਕੱਚੇ ਖੜਨ ਦੀ ਲੋੜ ਆਪਾਂ ਨੂੰ ਪੱਥਰ ਦੇ ਪੈਰ, ਫਿਰ ਤਾਂ ਘਰਾਂ 'ਚ ਮਾਰਬਲ ਪੱਥਰ ਲਾਉਣਾ ਛੱਡ ਦਈਏ ਆਪਾਂ, ਕਿਉਂ ਸਾਧ ਜੀ ਬਾਣੀ 'ਚ ਕਿੱਡੀ ਵੱਡੀ ਤਾਕਤ ਹੈ, ਕਹਿੰਦੇ ਜੇ ਮੈਂ ਕਹਿੰਦੇ ਮਨਾ ਨਹੀਂ ਕਰਦਾ, ਜੇ ਤੂੰ ਪੱਥਰ ਨੂੰ ਭਗਵਾਨ ਕਹਿੰਦਾ ਫਿਰ ਉਸੇ ਭਗਵਾਨ 'ਤੇ ਪੈਰ ਕਿਉਂ ਰੱਖਦਾ, ਤੈਨੂੰ ਕਿਸਨੇ ਇਜਾਜ਼ਤ ਦੇ ਦਿੱਤੀ। ਇੱਕ ਹੈ ਪਾਥਰ ਕੀਜੈ ਭਾਉ, ਦੂਜੈ ਪਾਥਰ ਧਰੀਐ ਪਾਉ, ਜੇ ਉਹ ਦਿਓ ਤਾਂ ਇਹ ਵੀ ਦੇਵਾ, ਕਹਿ ਨਾਮ ਦੇਵ ਹਰ ਕੀ ਸੇਵਾ। ਇੱਥੋਂ ਤਾਂ ਕਹਿਤਾ ਜੋ ਪਾਥਰ ਕੋ ਕਹਿਤੇ ਦੇਵ, ਜਿਹੜੇ ਪੱਥਰ ਨੂੰ ਭਗਵਾਨ ਕਹਿੰਦੇ ਨੇ, ਸੁਣੋ ਬਾਣੀ ਕੀ ਕਹਿੰਦੀ, ਤਾਂ ਕੀ ਬਿਰਥਾ ਹੋਵੇ ਸੇ, ਉਹਨਾਂ ਦੀ ਜਿੰਨੀ ਵੀ ਕੀਤੀ ਸੇਵਾ ਖੂਹ ਚ ਪੈ ਗਈ। ਬਾਣੀ ਕਹਿੰਦੀ ਬਾਣੀ ਦਾ ਵਚਨ ਹੈ, ਬਿਰਥਾ ਦਾ ਅਰਥ ਕੀ ਜੀ, ਖੂਹ ਚ ਪੈ ਗਈ, ਵਿਅਰਥ ਗਈ, ਕੰਮ ਹੀ ਨਾ ਆਈ ਕਿਸੇ ਦੀ, ਜਿਹੜੇ ਪੱਥਰ ਦੀ ਪੈਰੀ ਪੈ ਗਏ। ਬਾਣੀ ਦਾ ਵਚਨ ਹੈ, ਇਹ ਅਟਲ ਸਿਧਾਂਤ ਉਚਾਰਨ ਕੀਤਾ ਉਹਨਾਂ ਭਗਤਾਂ ਨੇ, ਤੇ ਸਾਡੇ ਲੋਕ ਭਗਤ ਧੰਨੇ ਨੂੰ ਕਿਤਾ ਕਿੱਥੇ ਬਿਠਾਉਂਦੇ ਨੇ ਪੱਥਰ ਅੱਗੇ। ਅਸਲ 'ਚ ਸਾਖੀਆਂ ਚੰਗੀਆਂ ਪਤਾ ਕਿਵੇਂ ਲੱਗਦੀਆਂ, ਸੁਣਿਓ ਹੁਣ ਮਾੜੀ ਜੀ ਗੱਲ, ਸਾਰੇ ਬਾਣੀ 'ਚ ਤਿੰਨ ਸ਼ਬਦ ਨੇ ਭਗਤ ਧੰਨਾ ਜੀ ਦੇ, ਕਿੰਨੇ ਸ਼ਬਦ ਨੇ ਜੀ, ਸਿਰਫ ਤਿੰਨ ਸ਼ਬਦ ਨੇ, ਤੇ ਭਗਤ ਧੰਨਾ ਜੀ ਨੇ ਆਪਣੇ ਸ਼ਬਦਾਂ 'ਚ ਖੁਦ ਸਵੀਕਾਰ ਕੀਤਾ, ਰੱਬ ਕਿੱਥੋਂ ਮਿਲਿਆ ਮੈਨੂੰ, ਧੰਨੇ ਧੰਨ ਪਾਇਆ, ਧੰਨੇ ਧੰਨ ਪਾਇਆ ਧਰਨੀ ਥਰ, ਮਿਲ ਜਨ ਸੰਤ ਸਮਾਨਿਆ। ਭਾਈ ਗੁਰਦਾਸ ਜੀ ਨੇ ਵੀ ਇਸ ਗੱਲ ਦਾ ਨਿਰਣਾ, ਗੁਰੂ ਅਰਜਨ ਸਾਹਿਬ ਨੇ ਜਿਹੜਾ ਪਿਆ ਹੋਇਆ ਭੁਲੇਖਾ ਸੀ ਨਾ ਧੰਨੇ ਬਾਰੇ, ਉਹ ਕੱਢਿਆ ਬਾਣੀ 'ਚ। ਆ ਸੁਣਿਓ, ਗੋਬਿੰਦ 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 ਸੰਗ, ਨਾਮ ਦੇਵ ਮਨ ਲੀਨਾ, ਆਡ ਦਾਮ ਕੋਸ਼ੀ ਪਰੋ ਹੋਇਓ ਲਾਖੀਣਾ। ਗੋਬਿੰਦ ਦੇ ਨਾਲ ਭਗਤ ਨਾਮਦੇਵ ਦਾ ਮਨ ਲਾ ਗਿਆ, ਅੱਧੀ ਕੌਡੀ ਦਾ ਜੀਵਨ ਸੀ ਗੋਬਿੰਦ ਦੇ ਨਾਲ ਜੁੜਨ ਕਰਕੇ, ਲਖੀਣਾ ਲੱਖਾਂ ਦਾ ਬਣ ਗਿਆ। ਗੋਬਿੰਦ 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 ਸੰਗ, ਨਾਮ ਦੇਵ ਮਨ ਲੀਨਾ, ਆਡ ਦਾਮ ਕੋਸ਼ੀ ਪਰੋ ਹੋਇਓ ਲਾਖੀਣਾ। ਬੁਣਨਾ ਤਨਣਾ ਤਿਆਗ ਕੈ, ਬਾਬਾ ਕਬੀਰ ਜੀ ਬੁਣਨਾ ਤਨਣਾ ਤਿਆਗ, ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਹਰਾ, ਭਇਓ ਗੁਣੀ ਗਹੀਰਾ। ਬਾਬਾ ਕਬੀਰ ਜੀ ਜਿਹਨੂੰ ਲੋਕ ਨੀਵੀਂ ਜਾਤ ਦਾ ਕਹਿੰਦੇ ਸੀ, ਗੋਬਿੰਦ ਨੇ ਲੜਕੇ ਉਹ ਵੀ ਗੁਣਾਂ ਦਾ ਖਜ਼ਾਨਾ ਬਣ ਗਿਆ, ਗੁਣੀ ਗਹੀਰਾ। ਰਵਿਦਾਸ ਢੋਹੰਤਾ ਢੋਰਨੀ, ਤੀਜਾ ਆ ਗਿਆ ਭਗਤ ਰਵਿਦਾਸ, ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ, ਹਰ ਦਰਸ਼ਨ ਪਾਇਆ। ਚੌਥੇ ਆ ਗਏ ਭਗਤ ਸੈਣ ਜੀ, ਸੈਣ ਨਾਈ ਪੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ। ਇਹ ਬਿਦ ਸੁਣ ਕੇ ਜਾਟ ਨੂੰ ਉੱਠ, ਉੱਠ ਦੇ ਠੱਠੇ ਨੂੰ ਸਿਹਾਰੀਏ, ਉੱਠ ਦਾ ਸੰਬੰਧ ਭਗਤ ਧੰਨੇ ਨਾਲ ਹੈ। ਇਹ ਬਿਦ ਸੁਣ ਕੇ ਜਾਟ ਨੂੰ ਉੱਠ, ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ, ਧੰਨਾ ਵੱਡ ਪਾਗਾ। ਕਿਉਂ ਜੀ, ਤੁਹਾਨੂੰ ਇਹ ਸ਼ਬਦ ਚੁੱਕ ਤੇ ਪੱਥਰ ਦੀ ਗੱਲ ਆਈ? ਕਿਉਂ ਸਾਹਿਬ ਜੀ, ਗੁਰੂ ਅਰਜਨ ਸਾਹਿਬ ਦੇ ਕਹਿੰਦੇ ਵੀ ਇਹ ਬਿੱਦ ਸੁਣ ਕੇ ਜਾਟ ਰੋਠ, ਭਗਤੀ ਲਾਗਾ ਮਿਲੇ ਪ੍ਰਤੱਖ ਧੰਨਾ। ਜੇ ਪੱਥਰ ਦੀ ਪੂਜਾ ਕਰਦੇ ਹੁੰਦੇ ਭਗਤ ਧੰਨਾ ਜੀ, ਕਦੀ ਵੀ ਗੁਰੂ ਅਰਜਨ ਸਾਹਿਬ ਨੇ ਉਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ 'ਚ ਥਾਂ ਨਹੀਂ ਸੀ ਦੇਣੀ, ਇਹ ਗੱਲ ਯਾਦ ਰੱਖਣਾ। ਅੱਛਾ, ਇਹ ਸਾਖੀ ਫਿੱਟ ਕਿੱਦਾਂ ਬੈਠੀ, ਜਿਹੜੀ ਪ੍ਰਚਲਿਤ ਉਹ ਸੁਣਾਉਣ ਲੱਗਾ ਮੈਂ। ਕਹਿੰਦੇ ਭਗਤ ਧੰਨਾ ਜੀ ਤੁਰੇ ਆ ਰਹੇ ਨੇ, ਤੇ ਬ੍ਰਾਹਮਣ ਨਾ ਠਾਕੁਰ ਪੱਥਰ
ਉਹਨਾਂ ਦੇ ਅੱਗੇ ਮੂਰਤੀਆਂ ਹੱਥ ਜੋੜ ਰਿਹਾ, ਧੂਪ ਦਿਖਾਇਆ, ਤੇ ਭਗਤ ਧੰਨਾ ਜੀ ਉਹਨੂੰ ਕਹਿੰਦੇ ਵੀ ਮੈਨੂੰ ਵੀ ਕੋਈ ਦੇ, ਤੇ ਉਹਨੇ ਪੱਥਰ ਲਪੇਟ ਕੇ ਇੱਕ ਦੇ ਦਿੱਤਾ। ਜਿਹੜੀ ਪ੍ਰਚਲਿਤ ਸਾਖੀ ਲੋਕ ਸੁਣਾਉਂਦੇ ਮੈਂ ਉਹ ਦੱਸਣ ਲੱਗਾ, ਬਾਅਦ ਦੱਸਾਂਗੇ ਅਸਲੀਅਤ ਕੀ ਸੀ। ਹੁਣ ਭਗਤ ਧੰਨਾ ਜੀ ਉਹ ਪੱਥਰ ਲਿਆ ਕੇ ਤੇ ਘਰ ਰੱਖ ਦਿੱਤਾ। ਉਹ ਆਉਂਦੇ ਵੀ ਇਹਦੇ ਅੱਗੇ ਇਹਨੂੰ ਕੀ ਕਰਨਾ, ਕਹਿੰਦੇ ਇਹਦੀ ਸੇਵਾ ਕਰੇ। ਹੁਣ ਪੱਥਰ ਦੀ ਕੀ ਸੇਵਾ ਹੁੰਦੀ ਹੈ ਜੀ? ਉਹਦੇ ਅੱਗੇ ਬਹਿ ਗਿਆ ਭਗਤ ਧੰਨਾ, ਲੰਗਰ ਬਣਾ ਕੇ ਬਹਿ ਗਿਆ ਵੀ ਠਾਕੁਰ ਜੀ ਪ੍ਰਗਟ ਹੋ। ਕਈ ਦਿਨ ਲੰਘ ਗਏ ਸਾਧ ਸੰਗਤ ਜੀ, ਕਈ ਦਿਨ ਲੰਘ ਗਏ। ਇੱਕ ਦਿਨ ਫਿਰ ਠਾਕੁਰ ਜੀ ਨੇ ਬਾਂਹ ਕੱਢੀ, ਮੇਰਾ ਤਾਂ ਭਗਤ ਭੁੱਖਾ ਮਰ ਜੂ, ਮੇਰੇ ਤਾਂ ਭਗਤ ਦੀਆਂ ਪ੍ਰਾਣ ਨਹੀਂ ਜਾਣੇ ਜੀ, ਮੈਂ ਬਾਹਰ ਆ ਲਿਆ ਪੱਥਰ ਚ। ਭਗਵਾਨ ਜੀ ਬਾਹਰ ਆਏ, ਬਾਂਹ ਕੱਢੀ। ਭਗਤ ਧੰਨਾ ਕਹਿੰਦਾ ਨਹੀਂ, ਪੂਰਾ ਬਾਹਰ ਆਓ, ਪੂਰਾ ਬਾਹਰ ਆਓ, ਬਾਂਹ ਨਾਲ ਥੋੜਾ ਗੱਲ ਬਣਨੀ, ਪੂਰੇ ਬਾਹਰ ਆਓ। ਭਗਵਾਨ ਜੀ ਪੂਰੇ ਬਾਹਰ ਆਏ, ਫਿਰ ਉਹਨਾਂ ਨੂੰ ਭੋਜਨ ਸਿਖਾਇਆ। ਭੋਜਨ ਸਿਖਾ ਕੇ ਕਹਿੰਦੇ ਹੁਣ ਕੰਮ ਕੌਣ ਕਰੂ, ਚੱਲ ਕਿਆਰੇ ਮੋੜ ਵੇੜੇ। ਫਿਰ ਕਮਿਸ਼ਨ ਜਿਹੜਾ ਪ੍ਰਚਾਰਕ ਸੁਣਾਉਂਦੇ ਨੇ ਵੀ ਭਗਤ ਧੰਨੇ ਦੇ ਕਿਆਰੇ ਮੋੜੇ, ਇਹ ਸਾਖੀਆਂ ਫਿੱਟ ਭਲਾ ਕਿਉਂ ਲੱਗਦੀਆਂ ਸਾਨੂੰ? ਸੁਣਿਓ ਜੀ, ਇਸ ਕਰਕੇ ਵੀ ਕਿਤੇ ਸਾਨੂੰ ਵੀ ਇੱਦਾਂ ਦਾ ਮਿਲ ਜਾਏ, ਮੈਂ ਵੀ ਰੱਬ ਨੂੰ ਬਾਹਰ ਕੱਢਾਂ ਅਤੇ ਰੱਬ ਨੂੰ ਖਵਾ ਕੇ ਰੋਟੀ ਖਾਵਾਂ। ਚੱਲ ਸਟੋਰ ਖੋਲ ਜਾ ਕੇ, ਚੱਲ ਚੱਲ ਮੈਂ ਚੱਲਿਆ ਇੰਡੀਆ, ਮਗਰੋਂ ਮੇਰੇ ਗੈਸ ਸਟੇਸ਼ਨ ਦਾ ਧਿਆਨ ਤੂੰ ਰੱਖਣਾ। ਇਹ ਤਾਂ ਸਾਖੀ ਚੰਗੀ ਲੱਗਦੀ ਹੈ ਨਾ? ਭਗਤ ਧੰਨੇ ਲੰਗਰ ਖਵਾ ਕੇ ਮੁੜ ਕੇ ਰੱਬ ਨੂੰ ਵਿਹਲੇ ਥੋੜ੍ਹਾ ਬਿਠਾਇਆ, ਆਪਣੇ ਕਿਉਂਰੇ ਮੂੜੇ ਸਾਹ ਸੰਗਤ ਭਗਤ ਧੰਨੇ ਦੇ ਕਿਉਂਰੇ ਮੂੜੇ। ਇੱਦਾਂ ਦਾ ਰੱਬ ਬ੍ਰਾਹਮਣ ਲੋਕਾਂ ਨੂੰ ਕਹਿੰਦਾ ਸੀ ਆਊਗਾ, ਆਇਆ ਨਹੀਂ ਭਾਰਤ ਵਿੱਚ, ਕਦੀ ਨਹੀਂ ਆਇਆ। ਛੱਤਰ ਖਾਧੇ ਬੜੀ ਦੇਰ ਬਾਹਰੋਂ, ਅਫਗਾਨਿਸਤਾਨ 'ਚ ਉੱਠੀ ਹਵਾ ਦੇ ਕੋਲੋਂ ਡਾਂਗਾਂ ਖਾਧੀਆਂ ਭਾਰਤ ਨੇ, ਕੋਈ ਕੋਈ ਨਹੀਂ ਬੋੜਿਆ, ਜਿਹੜੀਆਂ ਜਿਹਦੇ ਵਾਲੀ ਅਰਦਾਸਾਂ ਟੱਲੀਆਂ ਫਿਰਕਾਉਂਦੇ ਸੀ। ਇੱਥੋਂ ਹੀ ਪੈਦਾ ਹੋਏ ਜਿਹੜੇ ਉਹਨਾਂ ਦੇ ਹੱਥ 'ਚ, ਜਿਹੜੇ ਕਹਿੰਦੇ ਸਨ ਕਾਮ ਹਮਾਰਾ ਤੋਲਨ ਤਕੜੀ, ਨੰਗੀ ਕਰਦ ਕਦੋਂ ਨਹੀਂ ਪਕੜੀ, ਚਿੜੀ ਉੱਡੇ ਡਰ ਸੇ ਮਰ ਜਾਓ, ਮੋਲੋ ਸੇ ਕੈਸੇ ਲੜ ਪਾਓ। ਗੁਰਦੇਵ ਨੇ ਸ਼ਬਦ ਹੀ ਵਿਚਾਰ ਦੇ ਕੇ ਅੰਦਰ ਦੀ ਕਾਇਰਤਾ ਹੂੰਝ ਕੇ ਬਾਹਰ ਕਰ ਦਿੱਤੀ। ਉਹ ਕਹਿਣ ਲੱਗ ਪਏ, ਰੱਖ ਦੂੰਗਾ ਦਿਲੋਂ ਸੀਨਾ ਚੀਰ ਕੇ ਆ ਗਏ, ਕੇ ਕੋ ਧਰ ਲੂੰਗਾ ਸ਼ਮਸ਼ੀਰ ਕੇ ਆ ਗਏ, ਪਹਿਲੇ ਤੋਂ ਦੁਨੀਆਂ ਝੁਕਤੀ ਤੀ ਤਕਦੀਰ ਕੇ ਆ ਗਏ, ਅਬ ਤੋਂ ਤਕਦੀਰ ਵੀ ਝੁਕੇਗੀ ਮੇਰੀ ਸ਼ਮਸ਼ੀਰ ਕੇ ਆ ਗਏ। ਗੈਬੀ ਸ਼ਕਤੀ ਨਹੀਂ ਸੀ, ਹਲ ਵਾਹੁਣ ਵਾਲੇ, ਖੇਤਾਂ 'ਚ ਕੰਮ ਕਰਨ ਵਾਲੇ, ਵਿਚਾਰੇ ਮਜ਼ਦੂਰੀਆਂ ਕਰਨ ਵਾਲਿਆਂ ਨੂੰ ਗੁਰਬਾਣੀ ਸਮਝਾਤੀ, ਉਹਨਾਂ ਨੇ ਮੂੰਹ ਮੋੜ ਦਿੱਤੇ ਬਾਹਰੋਂ ਆਏ ਹਮਲਾਵਰ ਦੇ। ਅੱਜ ਵੀ ਲੋਕ ਗੈਬੀਆਂ ਸ਼ਕਤੀਆਂ ਲੱਭਦੇ ਫਿਰਦੇ, ਉੱਤੋਂ ਕੋ ਹਵਾ ਆਏਗੀ, ਗੈਬੀ ਸ਼ਕਤੀ ਆ, ਇਹ ਗੱਲ ਬਣ ਜਾਏਗੀ। ਫਿਰ ਭਗਤ ਧੰਨਾ ਜੀ ਨੇ ਪ੍ਰਸ਼ਾਦਾ ਸਿਖਾਇਆ ਅਤੇ ਕਿਆਰੇ ਮੋੜੇ ਭਗਤ ਧੰਨੇ ਦੇ ਖੇਤਾਂ ਜਾ ਕੇ, ਸਾਡੇ ਤਾਂ ਗਾਂਹ ਦੀਆਂ ਗੱਲਾਂ ਚੱਲ ਪਈਆਂ। ਹੁਣ ਮੈਂ ਸਾਧ ਸੰਗਤ ਜੀ ਇਤਿਹਾਸ ਸੁਣਾਉਣ ਲੱਗਿਆਂ, ਬਾਣੀ ਸੁਣਾਉਣ ਲੱਗਿਆਂ, ਜ਼ੋਰ ਲੱਗਦਾ ਬੰਦੇ ਦਾ, ਪਸੀਨਾ ਆਉਂਦਾ। ਅਤੇ ਜੇ ਮੈਂ ਇੱਥੇ ਬੈਠੇ ਬੈਠੇ ਸਾਖੀ ਘੜਾਂ ਤਾਂ ਮੇਰੇ ਖਿਆਲ ਜ਼ੋਰ ਕੋਈ ਵੀ ਲੱਗਣਾ, ਬੈਠੇ ਬੈਠੇ ਕਰਦਾ। ਬਾਬਾ ਜੀ ਜਾ ਰਹੇ ਨੇ ਗੱਡੀ 'ਚੋਂ ਤੇਲ ਮੋ ਗਿਆ, ਡਰਾਈਵਰ ਕਹਿੰਦੇ ਬਾਬਾ ਜੀ ਗੱਡੀ 'ਚੋਂ ਤੇਲ ਮੋ ਗਿਆ, ਕਹਿੰਦੇ ਵੀ ਨਾਲ ਨਦੀ ਵਗਦੀ, ਤੇਰੇ ਕੋਲ ਕਹਿਣ ਹੈਗਾ ਉਹ 'ਚ ਪਾਣੀ ਭਰ ਕੇ ਲਿਆ। ਪਾਣੀ ਭਰਿਆ, ਸਾਧ ਸੰਗਤ ਘੱਟ ਘੱਟ ਕਰਕੇ ਉਹ ਟੈਂਕੀ 'ਚ ਪਾਤਾ, ਉੱਥੇ ਟੱਕਣ ਦਿੱਤਾ। ਡਰਾਈਵਰ ਕਹਿੰਦੇ ਬਾਬਾ ਜੀ ਕੀ ਕਰਾਂ, ਕਹਿੰਦੇ ਸਲਫ ਮਾਰ ਪਾਣੀ 'ਤੇ ਗੱਡੀ ਚਲਾ ਦਿੱਤੀ। ਕਈ ਕਿਲੋਮੀਟਰ ਤੱਕ ਪਾਣੀ 'ਤੇ ਗੱਡੀ ਚੱਲਦੀ ਗਈ, ਨਾ ਤੁਸੀਂ ਗੱਡੀ ਪੁੱਛਣੀ ਮੇਰੇ ਕੋਲੋਂ, ਨਾ ਉਹ ਬਾਬਾ ਪੁੱਛਣਾ ਤੁਸੀਂ ਮੇਰੇ ਕੋਲ, ਤੁਸੀਂ ਬੈਠਿਆ ਕਈ ਨਾ ਵਾਹਿਗੁਰੂ ਮਹਾਰਾਜ ਸੱਚਿਆ ਪਾਤਸ਼ਾਹ ਤੁਹਾਡੇ ਸਾਰਿਆਂ ਦੇ ਹੱਥ 'ਚ। ਇੱਦਾਂ ਇੱਦਾਂ ਹੋ ਰਿਹਾ ਅਤੇ ਪਤਾ ਇਹ ਸਾਖੀ ਕਿਉਂ ਚੰਗੀ ਲੱਗਣੀ? ਵੀ ਹੇ ਸੱਚਿਆ ਪਾਤਸ਼ਾਹ ਕਿਤੇ ਇੱਦਾਂ ਦਾ ਕਿਤੇ ਸਾਨੂੰ ਵੀ ਕਹਿ ਰਹੇ ਜਿਹੜਾ ਪਾਣੀ ਵਾਲੀ ਗੱਡੀ ਚਲਾਉਂਦਾ ਹੋਵੇ। ਕੰਪਨੀ ਗੱਡੀ ਤਿਆਰ ਕਰੇ, ਡੀਜ਼ਲ 'ਤੇ ਪੈਟਰੋਲ ਪਾ ਕੇ ਵੀ ਨਹੀਂ ਚੱਲ ਸਕਦੀ, ਪਾਣੀ 'ਤੇ ਬਾਬਿਆਂ ਗੱਡੀ ਨੇ ਚਲਾਤੀਆਂ, ਹੈ ਕਿਸੇ 'ਚ ਤਾਕਤ ਪੁੱਛਣ ਦੀ? ਤੂੰ ਪੁੱਛ ਕੇ ਵਿਖਾਵੇ ਸਹੀ। ਅੱਗੇ ਨੂੰ ਚੇਲੇ ਕਹਿਣਗੇ ਬਾਬਾ ਜੀ ਦੀ ਲੀਲਾ ਹੈ ਜੀ, ਤੁਹਾਨੂੰ ਵੀ ਪਤਾ ਤੁਹਾਡੀ ਸੁਰਤ ਉੱਥੇ ਨਹੀਂ ਗਈ ਅਜੇ, ਅੰਦਾਜ਼ਾ ਤੁਸੀਂ ਆਪ ਲਾ ਲਓ। ਇਹ ਸਾਡੇ ਸਮਾਜ ਦੀ ਹਾਲਤ ਹੈ, ਪੜ੍ਹੇ ਲਿਖੇ ਮੂਰਖ ਬਣ ਗਏ, ਉਹਨਾਂ ਕੋਲ ਜਾ ਕੇ ਪੜ੍ਹੇ ਲਿਖੇ ਮੂਰਖ ਬਣ ਗਏ, ਪੜ੍ਹੇ ਲਿਖੇ। ਹੁਣ ਭਗਤ ਧੰਨੇ ਦੀਆਂ ਸਾਖੀਆਂ ਤਾਂ ਚੰਗੀਆਂ ਲੱਗੀਆਂ ਸਾਨੂੰ ਵੀ, ਵੀ ਮਹਾਰਾਜ ਦਾ ਪਾਠ ਕਰਾਂ, ਬੰਦਗੀ ਕਰਾਂ, ਇੱਕ ਦਿਨ ਰੱਬ ਜੀ ਮੇਰੇ ਸਾਹਮਣੇ ਪ੍ਰਗਟ ਹੋ ਜਾਣ। ਪਖੰਡੀਆਂ ਨੇ ਤਾਂ
ਜਿੰਨੇ ਵੀ ਪੰਜਾਬ 'ਚ ਐਸੋ ਤਾਂ ਬਾਬੇ ਨੇ ਨਾ, ਬਹੁਤੇ ਫੌਜੀਆਂ ਨੂੰ ਮਿਲੇ ਨੇ, ਨੋਟ ਕਰ ਲਿਓ ਭਾਵੇਂ ਇਤਿਹਾਸ ਪੜ੍ਹ ਲਓ, ਫੌਜ ਵਿੱਚੋਂ ਇਹੋ ਜਿਹੀਆਂ ਕਹਾਣੀਆਂ ਕਰਦੀਆਂ, ਬਾਬਾ ਜੀ ਬੰਦਗੀ ਕਰਦ ਰਿਹਾ ਡਿਊਟੀ ਰੱਬ ਦੇ ਗਿਆ, ਹੜ ਵਾਹੁਣ ਵਾਲੇ ਕਿਸੇ ਕਿਸਾਨ ਦੀ ਡਿਊਟੀ ਤੇ ਰੱਬ ਨੇ ਨਾ ਦਿੱਤੀ, ਸਰਕਾਰਾਂ ਦੀਆਂ ਨੌਕਰੀਆਂ ਕਰਨ ਵਾਲੇ ਦੀਆਂ ਡਿਊਟੀਆਂ ਰੱਬ ਦੇ ਗਿਆ। ਮੈਂ ਸਵਾਲ ਰੱਖਿਆ ਸੀ ਕੌਮ ਦੇ ਸਾਹਮਣੇ, ਮੈਂ ਕਿਹਾ ਜਵਾਬ ਦੇ ਦਿਓ ਹੈਗਾ ਤੇ, ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਚਾਰ ਦੌਰੇ ਕਰਦੇ, ਰੱਬ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕਰਕੇ ਸ੍ਰੀ ਚੰਦ ਦਾ ਪਤਾ ਲੈ ਜਾਂਦਾ, ਸ੍ਰੀ ਚੰਦ ਵਿਗੜਦਾ ਨਾ। ਮੈਂ ਤਾਂ ਕਲਿਆਣ ਦਾਸ ਦਾ ਹੀ ਪਤਾ ਲੈ ਜਾਂਦਾ ਵੀ ਪੁੱਤਰ ਨੂੰ, ਪੁੱਤਰ ਦੀ ਜ਼ਰੂਰਤ ਹੈ ਬਾਪ ਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖ ਨੂੰ ਭੇਜ ਕੇ ਪੁੱਛਦੇ ਨੇ ਮੇਰੇ ਸਾਹਿਬਜ਼ਾਦਿਆਂ ਦਾ ਕੀ ਹਾਲ ਹੈ। ਗੁਰੂ ਗੋਬਿੰਦ ਸਿੰਘ ਦਾ ਰੂਪ ਧਾਰਨ ਕਰਕੇ ਪਰਮੇਸ਼ਰ ਰੱਬ ਆਪ ਸਰਹੰਦ ਪਹੁੰਚਦਾ ਤੇ ਪੈਂਦਾ, ਸਾਹਿਬਜ਼ਾਦਿਓ ਘਬਰਾਓ ਨਾ, ਮੈਂ ਤੁਹਾਡਾ ਬਾਪ ਤੁਹਾਡੇ ਕੋਲ ਹਾਂ। ਕਿੰਨੇ ਕੀਮਤੀ ਸਿੱਖ ਲੜਦੇ ਹੋਏ ਸ਼ਹਾਦਤ ਦਾ ਜਾਮ ਪੀ ਕੇ ਚਮਕੌਰ ਦੀ ਗੜੀ ਵਿੱਚ ਅਨੰਦਪੁਰ ਸਾਹਿਬ ਦੇ ਘੇਰੇ ਵਿੱਚ, ਉੱਥੇ ਤੇ ਪਰਮੇਸ਼ਰ ਨੂੰ ਆਪ ਹੋਣਾ ਚਾਹੀਦਾ ਸੀ ਰੂਪ ਧਾਰਨ ਕਰਕੇ, ਨਾ ਆਏ। ਪਰ ਜਿਹੜੇ ਸਰਕਾਰਾਂ ਦੀਆਂ ਨੌਕਰੀਆਂ ਕਰਦੇ ਸਨ, ਇਹ ਅੰਗਰੇਜ਼ਾਂ ਦੇ ਪੈਦਾ ਕੀਤੇ ਹੋਏ ਸਨ। ਬੜੀ ਚੁਭਦੀ ਹੈ ਜਿਹੜੇ ਬਾਬਿਆਂ ਦੇ ਚੇਲੇ ਹੁੰਦੇ ਨੇ। ਤੂੰ ਇੱਦਾਂ ਕਹਿੰਦਾ, ਮੈਂ ਉੱਥੇ ਕੈਲੀਫੋਰਨੀਆ ਬੋਲ ਬੈਠਾ ਨਾ, ਅਸੀਂ ਤੈਨੂੰ ਇੱਦਾਂ ਨਹੀਂ ਬੋਲਣ ਦੇਣਾ। ਮੈਂ ਕਿਹਾ ਮੈਂ ਤੇਰਾ ਮੁਲਾਜ਼ਮ ਨਹੀਂ ਹਾਂ, ਮੈਂ ਗੁਰੂ ਦਾ ਸਿੱਖ ਹਾਂ। ਇਹ ਜਾ ਕੇ ਉਹਨਾਂ ਨੂੰ ਧੌਸ ਦਿਓ ਜਿਹੜੇ ਤੁਹਾਡੇ ਕੋਲ ਤੁਹਾਡੇ ਟੁਕੜਿਆਂ 'ਤੇ ਪਲਦੇ ਨੇ। ਮੈਂ ਕਿਹਾ ਮੈਂ ਗੁਰੂ ਦਾ ਸਿੱਖ ਹਾਂ, ਜਵਾਬ ਹੈਗਾ ਤਾਂ ਦੇ ਦਿਓ। ਬਸ ਸਾਨੂੰ ਡਰਾਉਣਾ ਆਉਂਦਾ ਜੀ, ਸਾਧ ਜੀ ਡਰਾਉਣਾ ਆਉਂਦਾ, ਤੁਮਕੋ ਮੈਂ ਤੈਨੂੰ ਇੱਦਾਂ ਨਹੀਂ ਬੋਲਣ। ਇੱਦਾਂ ਦੇ ਚੇਲੇ ਵੀ ਹੁੰਦੇ ਨੇ ਜਿਹੜੇ ਧੌਸ ਵੀ ਹੱਥ ਹੋ ਗਈ। ਮੈਂ ਕਿਹਾ ਮੈਂ ਅੰਕੜਾ ਰੱਖਿਆ ਤੁਹਾਡੇ ਸਾਹਮਣੇ, 1905 ਤੋਂ ਪਹਿਲਾਂ ਪੂਰੀ ਕੌਮ, ਪੂਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਇੱਕ ਵੀ ਸਿੱਖ ਦੇ ਨਾਂ ਦੇ ਨਾਲ ਸੰਤ ਲਫ਼ਜ਼ ਅਦਾ ਵਿਖਾ ਦਿਓ। ਮੈਂ ਬਾਲਾ ਸਾਹਿਬ ਤੋਂ ਕਿਹਾ ਸੀ ਇੱਕ ਇੱਕ ਦੇ ਨਾਂ ਦੇ ਨਾਲ। ਭਾਈ ਮਰਦਾਨਾ, ਸੰਤ ਮਰਦਾਨਾ ਸੁਣਿਆ ਜੀ ਅੱਜ ਕੱਲ੍ਹ ਤੁਸੀਂ? ਭਾਈ ਮਰਦਾਨਾ, ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਤਾਰੂ ਸਿੰਘ, ਭਾਈ ਪਾਰੋ ਜੀ, ਇਹ ਸਾਰੇ ਭਾਈ। ਕਮਾਲ ਦੀ ਗੱਲ ਵੇਖੋ, ਆਰਨਾ ਚਲਾਉਣ ਵਾਲਾ ਭਾਈ, ਖੋਪਰ ਲਵਾਉਣ ਵਾਲਾ ਭਾਈ, ਬੰਦ ਬੰਦ ਕਟਾਉਣ ਵਾਲਾ ਭਾਈ, ਤੇ ਸੱਤਾਂ ਸੱਤਾਂ ਮਲਾਈਆਂ ਵਾਲਾ ਦੁੱਧ ਪੀਣ ਵਾਲੇ ਬਾਗਰ ਬਿੱਲੇ ਬ੍ਰਹਮ ਗਿਆਨੀ। ਅੰਦਾਜ਼ਾ ਤੁਸੀਂ ਆਪ ਲਾ ਲਓ ਤੇ ਬਣਾਏ ਕਿੰਨਾ ਨੇ, ਸਾਡੇ ਵਰਗੇ ਪਖੰਡੀਆਂ ਨੇ ਜਿਹੜੇ ਪੈਰਾਂ ਤੇ ਲੰਮੇ ਪੈਣ ਤੱਕ ਜਾਂਦੇ ਨੇ। ਆਪ ਹੱਥੀ ਕਰ ਲਓ, ਕੋਈ ਨਹੀਂ ਸਿਆਣੇ ਬਣ ਜਾਓ। ਮੈਂ ਤਾਂ ਪਰਸੋਂ ਵੀ ਕਿਹਾ ਸੀ ਬਾਹਰਲੇ ਸਿੱਖਾਂ ਦੇ, ਮੈਨੂੰ ਤਰਸ ਆਉਂਦਾ ਵੀ ਤੁਸੀਂ ਕਿੰਨੀ ਮਿਹਨਤ ਕਰਦੇ ਹੋ। ਹਰ ਪਰਿਵਾਰ ਦੇ ਜੀ ਨੂੰ ਕੰਮ ਕਰਨਾ ਪੈਂਦਾ, ਪਰ ਉਦੋਂ ਰੋਸ ਆਉਂਦਾ ਜਦੋਂ ਇੰਨੀ ਮਿਹਨਤ ਕਰਕੇ ਫਿਰ ਪਖੰਡੀ। ਮੈਂ ਨਿਊਜ਼ੀਲੈਂਡ ਬਾਬਿਆਂ ਬਾਰੇ ਬੋਲ ਰਿਹਾ ਤੇ ਇੱਕ ਬਜ਼ੁਰਗ ਮੈਨੂੰ ਪਤਾ ਹੋਣਗੇ ਕੀ ਕਹਿੰਦਾ, ਕਹਿੰਦਾ ਸਾਨੂੰ ਆਣ ਕੇ ਕਿਉਂ ਮਤਾਂ ਦਿੰਦੇ? ਮੈਂ ਕਿਹਾ ਕਿਉਂ, ਕੀ ਹੋਇਆ? ਪੰਜਾਬ ਦੇ ਸਿੱਖਾਂ ਨੂੰ ਸਮਝਾਓ। ਮੈਂ ਕਿਹਾ ਬਹੁਤ ਵਧੀਆ ਬਾਪੂ ਜੀ ਸਵਾਲ ਕੀਤਾ ਤੁਸੀਂ, ਹੁਣ ਇਹਦਾ ਜਵਾਬ ਜ਼ਰੂਰ ਮੇਰੇ ਕੋਲ ਲੈ ਕੇ ਜਾਓ। ਜਦੋਂ ਇੱਥੋਂ ਪੰਜਾਬ ਜਾਂਦੇ ਹੋ ਤਾਂ ਕੀ ਕਰਦੇ ਹੋ? ਜਿਹੜੀ ਮਾਇਆ ਦਸਵੰਧ ਕੱਢਦੇ ਜੀ, ਕੀ ਕਰਦੇ? ਬਾਬਾ ਜੀ ਦੇ ਡੇਰੇ ਜਾਈਦਾ, ਉੱਥੇ ਆਪਣੇ ਦਸਵੰਧ ਚੜ੍ਹਾਈਦਾ। ਮੈਂ ਕਿਹਾ ਕਿੰਨਾ ਕੁ ਚੜ੍ਹਾ ਦਿਓਗੇ ਜੀ? ਹੋ ਹੀ ਜਾਂਦਾ 5-4 ਸਾਲਾਂ ਦਾ, ਬਸ 2-2.5 ਲੱਖ ਜਿੰਨਾ ਕੁ ਜਮ੍ਹਾਂ ਹੁੰਦਾ ਇੱਥੇ ਗੋਲਕ ਲਾਈ, ਉਹਨਾਂ ਦੇ ਨਾਂ ਦੀ ਉੱਥੇ ਚੜ੍ਹਾਈਦਾ। ਮੈਂ ਕਿਹਾ ਤੁਸੀਂ ਇਕੱਲੇ 2 ਲੱਖ ਦੇ ਆਏ ਕਿ ਬਾਬੇ ਨੇ? ਪੰਜਾਬ ਦੇ ਇੱਕ ਕਿਸਾਨ ਨੇ ਕਣਕ ਦੀ ਬੋਰੀ ਬਾਬੇ ਨੂੰ ਦੇਣੀ, ਉਹ 1000 ਦੀ, ਮੋਟਾ ਜਿਹਾ ਫਾਰਮੂਲਾ। ਮਤਲਬ ਪੰਜਾਬ ਦਾ 200 ਸਿੱਖ ਇੱਕ ਬਾਬੇ ਨੂੰ 2 ਲੱਖ ਦੀ ਕਣਕ ਦਿਓ, ਤੁਸੀਂ ਇਕੱਲੇ ਹੀ ਦੇ ਆਏ। ਮੈਂ ਕਿਹਾ ਉੱਥੇ 200 ਸਿੱਖ ਇਕੱਠਾ ਕਰਨ ਲਈ ਟੈਂਟ ਲਾਉਣਾ ਪੈਣਾ, ਮੈਂ ਇਕੱਲੇ ਤੁਹਾਡੇ ਤੇ ਨਾ ਸਿਰ ਘਵਾਵਾਂ। ਮੈਂ ਕਿਹਾ ਉੱਥੋਂ 200 ਸਿੱਖ ਇਕੱਠਾ ਕਰਨ ਵਾਸਤੇ ਟੈਂਟ ਲਾਉਣਾ ਪੈਣਾ, ਪੰਡਾਲ ਲਾਉਣਾ ਪੈਣਾ, ਪੰਜਾਬ ਦੇ 200 ਸਿੱਖ ਨੂੰ ਗੁਰਮਤਿ ਸਮਝਾਉਣੀ ਪੈਣੀ, ਫੇਰ ਜਾ ਕੇ ਬਾਬੇ ਦਾ 2 ਲੱਖ ਕਿਸੇ ਗਰੀਬ ਵੱਲ ਮੁੜਨਾ। ਮੈਂ ਕਿਹਾ ਤੁਹਾਨੂੰ ਇਕੱਲੇ ਨੂੰ ਨਾ ਸਮਝਾ ਲਈਏ ਇੱਥੇ ਵੀ ਉਹ 2 ਲੱਖ ਕਿਸੇ ਗਰੀਬ ਪਰਿਵਾਰ ਦੇ ਬੱਚੇ 'ਤੇ ਖਰਚਾ ਕਰੋ, ਆਪਣਾ ਰਿਸ਼ਤੇਦਾਰ ਹੀ ਚੁੱਕ ਲਓ ਤਾਂ।
ਬੜੇ ਬਾਹਰਲੇ ਸਿੱਖ ਨੇ ਜਿਹਨਾਂ ਦੇ ਆਪਣੇ ਰਿਸ਼ਤੇਦਾਰਾਂ ਦੇ ਦੋ ਵਕਤ ਦੀ ਰੋਟੀ ਵੀ ਨਹੀਂ ਮਿਲਦੀ, ਉਹਨਾਂ ਦੀ ਹੈਲਪ ਕਰ ਦਿਓ। ਬੜਾ ਬੜਾ ਤਰੀਕਾ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦਾ ਕੀ ਮੀਨਿੰਗ ਹੈ ਜੀ ਭਲਾ? ਜੇ ਤੂੰ ਰੋਟੀ ਖਾਣਾ, ਕਿਸੇ ਨੂੰ ਪੁੱਛ ਜਾ ਕੇ ਰੋਟੀ ਖਾਣ ਦਾ ਤਰੀਕਾ ਸਿਖਾ ਦੇ। ਫਿਰ ਮੰਨ ਗਿਆ, ਕਹਿੰਦਾ ਇਹ ਤਾਂ ਗੱਲ ਹੈ ਪੁੱਤਰਾ। ਮੈਂ ਕਿਹਾ ਅੰਦਾਜ਼ਾ, ਇੰਗਲੈਂਡ ਮਾਤਾ ਇੰਗਲੈਂਡ ਪੈਣ ਲੈਂਦੀ ਹੈ। ਬੰਗਲਾ ਸਾਹਿਬ ਤੋਂ ਮੈਂ ਗੱਲ ਬੋਲੀ ਸੀ, ਮੈਂ ਕਿਹਾ ਗੁਰਦੁਆਰੇ ਦੀਆਂ ਪੰਜ ਨਿਸ਼ਾਨੀਆਂ ਨੇ, ਉਹ ਭੈਣ ਕਿਤੇ ਨੋਟ ਕਰ ਦੀ ਗਈ। ਸਿਆਣੀ ਸੀ ਵਿਚਾਰੀ, ਨਹੀਂ ਤਾਂ ਸਾਨੂੰ ਕਈ ਵਾਰੀ ਗੁਰਮਤ ਸੁਣਨ ਨੂੰ ਅਸੀਂ ਤਿਆਰ ਨਹੀਂ ਹੁੰਦੇ। ਨੋਟ ਕਰ ਦੀ ਗਈ, ਮੈਂ ਕਿਹਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੋਟ ਕਰ ਲਓ, ਪੰਜ ਨਿਸ਼ਾਨੀਆਂ ਨੇ ਗੁਰਦੁਆਰੇ ਦੀਆਂ, ਇਸ ਤੋਂ ਬਿਨਾਂ ਗੁਰਦੁਆਰਾ ਨਹੀਂ, ਜੋ ਮਰਜ਼ੀ ਹੋਰ ਹੋ ਸਕਦਾ। ਪਹਿਲਾ ਗੁਰੂ ਗ੍ਰੰਥ ਸਾਹਿਬ, ਦੂਜਾ ਨਿਸ਼ਾਨ ਸਾਹਿਬ, ਤੀਜਾ ਹੈ ਸੰਗਤ, ਚੌਥਾ ਹੈ ਪੰਗਤ, ਪੰਜਵਾਂ ਹੈ ਨਗਾਰਾ। ਇਹ ਪੰਜ ਨਿਸ਼ਾਨੀਆਂ ਨੇ। ਹੁਣ ਮਾਰੋ ਧਿਆਨ, ਕਿੱਥੇ ਕਿੱਥੇ ਨਿਸ਼ਾਨ ਸਾਹਿਬ ਨੇ। ਹੁਣ ਇਹ ਨਾ ਕਿ ਸਰਵਿਸ ਹੈ ਵੀ ਤੂੰ ਹੀ ਬੋਲ ਕੇ ਦੱਸ, ਸਾਰੀ ਡਿਊਟੀ ਮੇਰੀ, ਥੋੜ੍ਹਾ ਥੋੜ੍ਹਾ ਬਹੁਤਾ ਤੁਸੀਂ ਵੇਖ ਲਓ। ਕਿੱਥੇ ਕਿੱਥੇ ਨਿਸ਼ਾਨ ਸਾਹਿਬ ਹੈ ਨਹੀਂ, ਕਿੱਥੇ ਕਿੱਥੇ ਨਗਾਰਾ ਹੈ ਨਹੀਂ, ਅਤੇ ਕਿੱਥੇ ਕਿੱਥੇ ਲੰਗਰ ਨਹੀਂ ਬਣਦਾ, ਇਹ ਆਪ ਸੋਚ ਲਓ। ਉਹ ਭੈਣ ਸਿਆਣੀ ਸੀ, ਕਹਿੰਦੀ 2 ਕਰੋੜ ਰੁਪਈਆ ਅੱਜ ਤੱਕ ਮੈਂ ਐਸੀਆਂ ਥਾਵਾਂ 'ਤੇ ਦੇ ਚੁੱਕੀ ਹਾਂ। ਪਰ ਸਿਆਣੀ ਸੀ, ਕਹਿੰਦੀ ਹੁਣ ਮੈਂ ਭਰਾ ਨੂੰ ਗਾਲਾਂ ਕੱਢਦੀ ਹਾਂ, ਮੇਰਾ ਬੇੜਾ ਗਰਕ ਕਰਾ ਤਾ ਉਹਨੇ, ਮੈਂ ਸਾਰੀ ਪਤੀ ਦੀ ਕਮਾਈ ਭਰਾ ਦੇ ਆ ਕੇ ਡੇਰਿਆਂ 'ਤੇ ਚੜ੍ਹਾ ਤੀ। ਹੁਣ ਵੀਰ ਜੀ ਮੈਨੂੰ ਅਕਲ ਆ ਗਈ, ਮੈਂ ਕਿਹਾ ਹੁਣ ਇਹਦਾ ਨੱਕਾ ਗਰੀਬ ਪਰਿਵਾਰਾਂ ਵੱਲ ਮੋੜ ਦੇ ਭੈਣੇ, ਇਸ ਮਾਇਆ ਦਾ ਨੱਕਾ ਗਰੀਬ ਪਰਿਵਾਰਾਂ ਵੱਲ, ਕਿਸੇ ਨੂੰ ਨਾ ਦੇ, ਸਿੱਧੇ ਪਰਿਵਾਰ ਨਾਲ ਸੰਬੰਧ ਕਰ ਲਾ ਕਿਸੇ ਗਰੀਬ। ਹੁਣ 2 ਕਰੋੜ ਦੇ ਨਾਲ ਕਿੰਨੇ ਬੱਚੇ ਇੰਜੀਨੀਅਰ ਡਾਕਟਰ ਬਣ ਸਕਦੇ ਸੀ ਜੀ? ਅੰਦਾਜ਼ਾ ਤੁਸੀਂ ਆਪ ਲਾ ਲਓ। ਸਾਡੀ ਕੌਮ ਦੇ ਕੋਲ ਮਾਇਆ ਦੀ ਕਮੀ ਨਹੀਂ, ਪੈਸਾ ਬੜਾ ਲੱਗ ਰਿਹਾ, ਪਰ ਲੱਗ ਕਿੱਥੇ ਰਿਹਾ ਜੀ? ਤਰੀਕੇ ਨਾਲ ਨਹੀਂ ਲੱਗ ਰਿਹਾ। ਬਾਣੀ 'ਚ ਕੀ ਲਿਖਿਆ ਭਲਾ? ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ ਕੇ ਬੁੱਝੀ ਹੈ, ਅਕਲੀ ਕੀਚੈ ਦਾਨ। ਜਿੱਦਣ ਸਾਨੂੰ ਅਕਲ ਦੇ ਨਾਲ ਪੈਸੇ ਦੀ ਵਰਤੋਂ ਕਰਨੀ ਆ ਗਈ ਨਾ, ਗੱਲ ਬਣ ਜਾਣੀ ਹੈ। ਹੁਣ ਭਗਤ ਧੰਨਾ ਗੱਲ ਕੀ ਸੀ ਭਲਾ? ਭਗਤ ਧੰਨਾ ਜੀ ਜਦੋਂ ਬ੍ਰਾਹਮਣ ਦੇ ਕੋਲ ਜਾਂਦੇ ਨੇ, ਅਤੇ ਭਗਤ ਧੰਨਾ ਜੀ ਦੇ, ਹੁਣ ਬ੍ਰਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਉਣ ਜਾਵੇ, ਉਹ ਜ਼ਿਮੀਂਦਾਰ ਗਊਆਂ ਚਾਰਨ ਵਾਲਾ, ਖੇਤੀਬਾੜੀ, ਉਹ ਦੇਵਤੇ ਪੱਥਰ ਪੂਜਣ ਵਾਲਾ, ਭਗਤ ਧੰਨਾ ਜੀ ਉਹਨੂੰ ਕਹਿੰਦੇ ਵੀ ਹਾਂ ਵੀ ਦੇ ਇੱਕ ਹੈ ਤੇ ਰੱਖੋ ਅਤੇ ਮੈਨੂੰ ਇੱਕ ਰੱਬ ਦੀ ਬੰਦਗੀ ਦੇ। ਕਹਿੰਦਾ ਇੱਕ ਰੱਬ ਦੀ ਬੰਦਗੀ ਕੋਈ ਨਹੀਂ, ਦੇ ਭੰਨੇ ਨੂੰ ਗੈਲ ਛਡਾਵੇ। ਗੈਲ ਦਾ ਅਰਥ ਪੜ੍ਹ ਲਓ ਜਾ ਕੇ ਮਾਨਕੋਸ਼ ਵਿੱਚੋਂ, ਗੈਲ ਦਾ ਅਰਥ ਹੈ ਖਹਿੜਾ ਛਡਾਉਣਾ, ਅਤੇ ਖਹਿੜਾ ਉਹ ਬੰਦਾ ਛਡਾਉਂਦਾ ਜਿਹੜਾ ਕਸੂਤਾ ਫਾਜੇ। ਨੋਟ ਕਰਿਓ, ਤੁਸੀਂ ਕਿਸੇ ਨਾਲ ਗੱਲਾਂ ਕਰਦੇ ਹੋ ਨਾ, ਖਹਿੜਾ ਕੌਣ ਛਡਾਊਗਾ ਭਲਾ ਦੋਵਾਂ ਵਿੱਚੋਂ? ਜਿਹੜਾ ਬੰਦਾ ਕਸੂਤਾ ਫਾਜੇ ਜਵਾਬ ਮੁੱਕ ਜਾਏ। ਉੱਥੇ ਭਗਤ ਧੰਨਾ ਜੀ ਖਹਿੜਾ ਨਹੀਂ ਛਡਾ ਰਿਹਾ, ਬ੍ਰਾਹਮਣ ਖਹਿੜਾ ਛਡਾ ਰਿਹਾ। ਭਗਤ ਧੰਨਾ ਜੀ ਕਹਿੰਦਾ ਮੈਂ ਤਾਂ ਸਾਰਿਆਂ ਨੂੰ ਲੋਕਾਂ ਦੱਸੂ ਮੇਰੇ ਕੋਲ ਰੱਬ ਦੀ ਬੰਦਗੀ ਕੋਈ ਨਹੀਂ ਹੈਗੀ। ਕਹਿੰਦਾ ਭਰਾਵਾ ਮਿੰਨਤਾਂ ਕਰਦਾ, ਉਹ ਜਿਹੜੀ ਕਹਾਣੀ ਹੈ ਨਾ, ਤੁਸੀਂ ਜਾ ਕੇ ਸਿੱਖ ਮਾਰਗ 'ਤੇ ਵੀਰ ਸੁਖਵਿੰਦਰ ਸਿੰਘ ਦਾ ਆਰਟੀਕਲ ਵੀ ਪੜ੍ਹ ਸਕਦੇ ਹੋ, ਬੜੀ ਡਿਟੇਲ ਨਾਲ ਲਿਖਿਆ ਹੋਇਆ। ਸਿੱਖ ਮਾਰਗ ਵੈਬਸਾਈਟ 'ਤੇ ਜਾ ਕੇ ਨਾ, ਗੂਗਲ 'ਤੇ ਜਾ ਕੇ ਸਿੱਖ ਮਾਰਗ ਭਰਿਓ, ਉੱਥੇ ਵੀਰ ਸੁਖਵਿੰਦਰ ਸਿੰਘ ਦੇ ਆਰਟੀਕਲ ਨੇ। ਉਹਨਾਂ ਆਰਟੀਕਲ ਦੇ ਵਿੱਚ ਉਹਨਾਂ ਦਾ ਇੱਕ ਲੇਖ ਹੈ, ਭਗਤ ਧੰਨੇ ਦਾ ਰੱਬ ਕਿਵੇਂ ਪਾਇਆ, ਪੂਰੀਆਂ ਦਲੀਲਾਂ ਸਹਿਤ ਆਪ ਪੜ੍ਹੋ, ਪਤਾ ਲੱਗ ਜਾਏਗਾ ਤੁਹਾਨੂੰ ਕਿ ਸਾਨੂੰ ਸੁਣਾਇਆ ਕੀ ਜਾ ਰਿਹਾ ਹੈ। ਉੱਥੇ ਬ੍ਰਾਹਮਣ ਕਸੂਤਾ ਫਸਿਆ, ਭਗਤ ਧੰਨਾ ਦੇ ਬਾਣੀਆਂ ਤਸੱਲੀ ਕਰਾ ਰਿਹਾ, ਉਸਦੀ ਪਰਮੇਸ਼ਰ ਦੀ ਗੱਲ ਕੀਤੀ। ਅਤੇ ਯਾਦ ਰੱਖਣਾ, 567 ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਓਅੰਕਾਰ ਲਿਖਿਆ, 500 ਕਿੰਨੀ ਵਾਰ ਜੀ? 567 ਵਾਰ। ਚਾਰ ਸਰੂਪ ਨੇ ਮੰਗਲਾਚਰਨ ਦੇ, ਜਿਹੜਾ ਇੱਕ ਓਅੰਕਾਰ ਤੋਂ ਲੈ ਕੇ ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸਹਿਬੰਗ, ਗੁਰਪ੍ਰਸਾਦ, ਇਹ ਸਰੂਪਾਂ 'ਚ 33 ਵਾਰ ਆਉਂਦਾ। ਇਸ ਇਹ ਬਣਤਰ ਦੇ ਵਿੱਚ 33 ਵਾਰ ਆਉਂਦਾ। 3 ਸਰੂਪ ਇਸ ਤੋਂ ਵੱਖਰੇ ਨੇ।
567 ਵਾਰ ਗੁਰੂ ਪਾਤਸ਼ਾਹ ਨੇ ਇੱਕ ਓਂਕਾਰ ਦੀ ਵਰਤੋਂ ਕੀਤੀ। ਇੱਕ ਵਾਰ ਲਿਖਦੇ, ਦੋ ਵਾਰ ਲਿਖਦੇ, ਤਿੰਨ ਵਾਰ ਲਿਖਦੇ, ਇੰਨੀ ਵਾਰ ਕਿਉਂ ਲਿਖਿਆ? ਮਹਾਰਾਜ ਨੇ ਸਾਡੀ ਸੁਰਤ ਵਿੱਚ ਬਿਠਾਉਣਾ ਚਾਹੁੰਦੇ ਸੀ ਰੱਬ ਇੱਕ ਹੈ, ਪਰਮੇਸ਼ਰ ਇੱਕ ਹੈ, ਇੱਕ ਤੋਂ ਬਿਨਾਂ ਕਿਸੇ ਦੂਜੇ ਅੱਗੇ ਮੱਥਾ। ਕਿੰਨੇ ਬਾਣੀ ਵਚਨ ਲਿਖੇ ਨੇ, ਗੁਰਾ ਇੱਕ ਦੇ ਬੁਝਾਈ, ਰੋਜ਼ ਪੜ੍ਹਦੇ ਜੀ ਆਪਾਂ, ਸਪਨਾ ਜੀਆ ਕਾ, ਕਿੰਨੇ ਦਾਤੇ ਆ ਜੀ? ਸਾਰੇ ਪੜੋ ਭੈਣੋ, ਇੱਕ ਦਾਤਾ। ਬਾਣੀ ਚ ਕਿਤੇ ਲਿਖਿਆ? ਦੋ ਦਾਤੇ ਨੇ, ਸਪਨਾ ਜੀਆ ਕਾ ਸੋ ਮੈਂ ਵਿਸਰਨਾ, ਦੱਦਾ ਦਾਤਾ ਸਭ ਕਉ ਦੇਵਣ, ਮਾਨੂ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕਉ। ਅੱਛਾ, ਇੰਨੀਆਂ ਤੁਕਾਂ ਹੋਣ ਦੇ ਬਾਵਜੂਦ ਵੀ ਫਿਰ ਵੀ ਪਤਾ ਕੀ ਕਹਿਣਗੇ? ਸਾਡੇ ਤੇ ਫਲਾਣੇ ਮਹਾਂਪੁਰਖਾਂ ਦੀ ਕਿਰਪਾ। ਕਿੰਨੇ ਹੁਣ ਕਿੰਨੇ ਸ਼ਬਦ ਆਪਾਂ ਪੜ੍ਹੇ ਨੇ ਵੀ ਇੱਕੋ ਹੀ ਹੈ ਦਾਤਾ, ਇੱਕੋ ਹੀ ਹੈ, ਫਿਰ ਵੀ ਨਹੀਂ ਜੀ ਬਾਬਾ ਜੀ ਤੋਂ ਬਿਨਾਂ ਥੋੜ੍ਹਾ ਸਰਨਾ ਨਹੀਂ, ਫਿਰ ਵੀ ਉਹ ਉਹਨਾਂ ਤੋਂ ਬਿਨਾਂ ਨਹੀਂ ਗੁਜ਼ਾਰਾ ਹੋਣਾ ਸਾਡਾ। ਉਹ ਪ੍ਰਚਾਰ ਨੂੰ ਸੁਣ ਵੀ ਜਾਂਦੀਆਂ ਨੇ ਭੈਣਾਂ, ਉਹ ਵੀਰ, ਉਹ ਟੱਬਰ ਸੁਣ ਵੀ ਜਾਂਦੇ, ਸੁਣ ਕੇ ਪਤਾ ਪੌੜੀਆਂ ਤਾਂ ਕੀ ਕਹਿੰਦੇ? ਇਹਨਾਂ ਨੂੰ ਕੀ ਪਤਾ, ਇਹਨਾਂ ਦਰਸ਼ਨ ਦੀ ਕੀਤੇ ਨਾ ਹੀ ਕਰਾਇਓ ਸਾਨੂੰ, ਮੈਂ ਨਹੀਂ ਕਰਨਾ ਚਾਹੁੰਦਾ, ਨਾ 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 ਨਾ। ਉਹ ਤਾਂ ਡਾਲਾਂ ਸੋ ਪੇੜਾ ਕਟਕਾ ਮੈਂ, ਜਿਹੜੇ ਉਹਨਾਂ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਨਾ, ਉਹ ਅੱਗੇ ਇਹ ਵੀ ਗੱਲਾਂ ਕਰਦੇ, ਤੁਸੀਂ ਦਰਸ਼ਨ ਇਹਨੇ ਕੀਤੇ ਜੀ ਉਹਨਾਂ ਦੇ, ਤੇ ਰੱਬ ਕਰੇ ਮੈਂ ਗੁਰੂ ਅੱਗੇ ਅਰਦਾਸ ਕਰਦਾ ਪ੍ਰਾਣ ਕੱਢ ਨਹੀਂ ਦਾਤਾ, ਕਲਾਈ ਵੀ ਨਾ ਸਾਨੂੰ ਸਾਡੇ ਨਾਲੋਂ। ਤੇ ਭਾਈ ਨੰਦ ਲਾਲ ਸਿੰਘ ਚੰਗੇ ਨੇ, ਜਿੱਦਣ ਪ੍ਰਾਣ ਤਿਆਗਣ ਲੱਗੇ ਨਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਭਾਈ ਆਨੰਦ ਲਾਲ ਸਿੰਘ, ਤੇ ਉਹਨੇ ਗਜ਼ਲ ਲਿਖੀ ਭਾਈ ਆਨੰਦ ਲਾਲ ਸਿੰਘ ਨੇ, ਉਹਨੇ ਆਖਿਆ ਹਵਾ ਨੂੰ ਸੰਬੋਧਨ ਕਰਕੇ, ਹੇ ਹਵਾ ਮੈਂ ਮਰ ਲੱਗਾ, ਜਦੋਂ ਮੇਰਾ ਸੰਸਕਾਰ ਹੋਵੇ ਖਾਮੋਸ਼ ਹੋ ਜੀ ਵਗੀ ਨਾ। ਕਿਸੇ ਨੇ ਪੁੱਛਿਆ ਭਾਈ ਆਨੰਦ ਲਾਲ ਤੂੰ ਹਵਾ ਨੂੰ ਇਹ ਗੱਲ ਕਿਉਂ ਕਹੀ? ਕਹਿੰਦੇ ਇਸ ਕਰਕੇ ਕਿ ਜਿਉਂਦੇ ਜੀ ਇਹ ਆਨੰਦ ਲਾਲ ਸਿੰਘ ਆਪਣੇ ਗੁਰੂ ਤੋਂ ਸਵਾਏ ਕਿਸੇ ਅੱਗੇ ਚੁੱਕਿਆ ਨਹੀਂ, ਮੈਂ ਮਰਨ ਤੋਂ ਬਾਅਦ ਇਹ ਉਲਾਮਾ ਨਹੀਂ ਸੁਣਨਾ ਚਾਹੁੰਦਾ, ਜਦੋਂ ਮੇਰਾ ਸੰਸਕਾਰ ਹੋਵੇ ਤੇ ਹਵਾ ਮੇਰੇ ਸਰੀਰ ਦੀ ਰਾਖ ਨੂੰ ਉਡਾ ਕੇ ਆਕਾਸ਼ ਲੈ ਜਾਏ, ਕਿਸੇ ਪਖੰਡੀ ਦੇ ਪੈਰਾਂ ਤੇ ਜਾ ਡਿੱਗੀ, ਲੋਕ ਕਹਿਣਾ ਆਨੰਦ ਲਾਲ ਸਿਆ ਤੇਰੀ ਰਾਖ ਤੇ ਅੱਜ ਪਖੰਡੀਆਂ ਦੇ ਪੈਰਾਂ 'ਚ ਡੁੱਲਦੀ ਪਈ ਹੈ, ਮੈਂ ਆਪਣੀ ਸਰੀਰ ਦੀ ਰਾਖ ਨੂੰ ਵੀ ਪਖੰਡੀ ਦੇ ਡੇਰੇ 'ਤੇ ਨਹੀਂ ਜਾਣ ਦੇਣਾ। ਤੇ ਸਾਡੇ ਕਰੋ ਤੁਲਣਾ, ਕਰ ਲਓ ਜੀ, ਢਿੱਲੇ ਜੇ ਪੈ ਗਏ ਹਨਾ ਆਪਾਂ, ਆਪਾਂ ਜਿਉਂਦੇ ਤੁਰੇ ਫਿਰਦੇ ਹਾਂ, ਆਪਾਂ ਜਿਉਂਦੇ ਤੁਰੇ ਫਿਰਦੇ ਹਾਂ, ਉਹ ਤੇ ਭਾਈ ਆਨੰਦ ਲਾਲ ਸਿੰਘ ਰਾਖ ਨੂੰ ਵੀ ਨਹੀਂ ਜਾਣਾ ਦੇਣਾ ਚਾਹੁੰਦੇ। ਅੰਮ੍ਰਿਤਸਰ ਦੇ ਵਿੱਚ ਨਾ, ਅੰਮ੍ਰਿਤਸਰ ਜ਼ਿਲ੍ਹਾ ਨਾ, ਜ਼ਿਲ੍ਹੇ ਦਾ ਨਾਂ ਹੀ ਲੈ ਲੈਣਾ, ਪਿੰਡ ਪੁੰਡ ਨਾ ਹੀ ਪੁੱਛਿਓ ਮੇਰੇ ਕੋਲੋਂ, ਮੰਤਰੀ ਚਲੇ ਗਿਆ ਬਾਬੇ ਦੇ ਡੇਰੇ, ਬਾਬਾ ਜੀ ਮੈਂ ਵੋਟਾਂ ਜਿੱਤੂ ਤੋ, ਬਾਬਾ ਮਰ ਗਿਆ ਵੈਸੇ, ਉਹਨੇ ਜਾਨਵਰ ਬੜੇ ਰੱਖੇ ਸੀ, ਖੋਤੇ ਊਠ ਜਾਨਵਰ ਏਦਾਂ ਕਾਫੀ ਰੱਖੇ ਸੀ, ਉਹਦਾ ਮੇਰੇ ਖੋਤੇ ਚੜ ਜਾਏ ਕਰਾਂ ਮਾਤੀ ਇਹ ਵੋਟਾਂ ਪੈ ਜੂਗਾ, ਅਖਬਾਰ 'ਚ ਵੀ ਆਈ ਸੀ ਉਹਦੀ ਫੋਟੋ। ਬਾਬੇ ਤਾਂ ਮੰਤਰੀਆਂ ਨੂੰ ਖੋਤਿਆਂ 'ਤੇ ਚੜਾ ਦਿੰਦੇ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਖੋਤੇ ਦੇ ਵੈਸੇ ਪਿੰਡਾਂ 'ਚ ਉਹਨੂੰ ਚੜਾਉਂਦੇ ਜਿਹੜਾ ਮਾੜਾ ਕੰਮ ਕਰਦਾ ਫੜਿਆ ਜਾਵੇ, ਉਹਨੂੰ ਕਹਿੰਦੇ ਖੋਤੇ ਚੜਾ ਕੇ ਤਾਂ ਮੂੰਹ ਕਾਲਾ ਕਰੋ, ਮੰਤਰੀ ਆਪੇ ਹੀ ਚੜ ਗਿਆ, ਆਪੇ ਚੜ ਗਿਆ, ਵੋਟਾਂ ਬਦਲੇ, ਅੰਦਾਜ਼ਾ ਲਾ ਲਓ, ਇੰਨੇ ਗਿਰ ਜਾਂਦੇ ਨੇ ਲੋਕ, ਇੰਨੇ ਗਿਰ ਜਾਂਦੇ ਨੇ। ਹੁਣ ਮੇਰੇ ਕੋਲ ਮੰਤਰੀ ਦਾ ਨਾਮ ਵੀ ਨਾ ਪੁੱਛਿਓ, ਕਿਉਂਕਿ ਮੈਂ ਵਾਪਸ ਵੀ ਜਾਣਾ ਨਾ, ਤੁਸੀਂ ਤਾਂ ਫੇਰ ਇੱਥੇ ਵੱਜ ਜਾਣਾ, ਤੁਹਾਡੇ ਦੇ ਪਾਸਪੋਰਟ ਨਾਰਵੇ ਦੇ ਨੇ, ਮੇਰਾ ਪਾਸਪੋਰਟ ਨਾਰਵੇ ਦਾ ਨੇ, ਮੇਰਾ ਤਾਂ ਇੰਡੀਆ ਦਾ। ਇਸ ਕਰਕੇ ਇਹ ਬੜਾ ਕੁਝ ਕੂੜ ਕਬਾੜ ਹੈ, ਬਾਬਿਆਂ ਕੋਲ ਭੱਜੇ ਫਿਰਦੇ, ਤੁਸੀਂ ਵੇਖੋ ਹੁਣ ਕੀ ਬਣਦਾ, ਜਿਹੜਾ ਨਹੀਂ ਜਾਂਦਾ ਉਹ ਵੀ ਇਹਨਾਂ ਦਿਨਾਂ ਜਾਂਦਾ ਬਾਬਾ ਜੀ ਕੋਲ। ਵੈਸੇ ਪਤਾ ਕਿਉਂ ਇਹਦੇ ਪਿੱਛੇ ਕਾਰਨ ਕੀ ਹੈ, ਧਿਆਨ ਨਾਲ ਸੁਣਿਓ, ਮੈਂ ਤਾਂ ਬੋਲ ਰਿਹਾ ਇੰਟਰਨੈਟ 'ਤੇ ਚੜ ਜਾਣੀ ਹੈ, ਇੰਟਰਨੈਟ 'ਤੇ ਸਾਰੀ ਕਥਾ ਚੜ ਲੈਣੀ, ਕੋਈ ਸੁਣ ਕੇ ਹੋਦਾ ਕਿਤੇ ਮੰਤਰੀ ਦੀ ਜ਼ਮੀਰ ਜਾਗ ਜਾਏ, ਧਿਆਨ ਨਾਲ ਸੁਣਿਓ। ਉਹ ਇੰਨੇ ਚਲਾਕ, ਉਹਨੂੰ ਪਤਾ ਵੀ ਜਿਵੇਂ ਗਵਾਲਾ ਹੁੰਦਾ ਨਾ, ਉਹਨੇ 400-500 ਗਾਵਾਂ ਰੱਖੀਆਂ ਹੁੰਦੀਆਂ, ਹੁਣ ਤੁਸੀਂ ਇਕੱਲੀ ਇਕੱਲੀ ਗਾਂ ਨੂੰ ਘੇਰੋਗੇ, ਤੁਹਾਨੂੰ ਐਨਰਜੀ ਬੜੀ ਵੇਸਟ ਕਰਨੀ ਪੈਣੀ, ਇੱਕ
ਇੱਕੋ ਗਵਾਲੇ ਨੂੰ ਕੰਟਰੋਲ ਕਰ ਲਓ, 500 ਗਾਂ ਤੁਹਾਡੀ ਹੋ ਗਈ। ਹੁਣ ਸਮਝ ਗਏ ਸਾਰਾ? ਉਹਨਾਂ ਨੂੰ ਪਤਾ ਵੀ ਹਰ ਡੇਰੇ ਦੀਆਂ ਆਪਣੀਆਂ ਆਪਣੀਆਂ ਗਾਵਾਂ, ਕੁਝ ਅਮੈਰੀਕਾ ਰਹਿੰਦੀਆਂ, ਕੁਝ ਕੈਨੇਡਾ ਰਹਿੰਦੀਆਂ, ਕੁਝ ਨਾਰਵੇ ਰਹਿੰਦੀਆਂ। ਉਹਦੇ ਇੱਕ ਗਵਾਲਾ ਕੰਟਰੋਲ ਕਰ ਲਓ, ਗਾਵਾਂ ਆਪਣੇ ਆਪ ਕੰਟਰੋਲ 'ਚ ਹੋ ਜਾਣੀਆਂ। ਬਾਣੀ 'ਚ ਲਿਖਿਆ ਬਾਬੇ ਕਬੀਰ ਨੇ, ਬਾਣੀ 'ਚ ਲਿਖਿਆ ਬਾਬੇ ਕਬੀਰ ਨੇ, ਬਾਣੀ 'ਚ, ਹਮ ਕਰ ਸੂਤ ਤਣੇ ਨਿਤ ਤਾਨਾ, ਕੰਠ ਜਨੇਊ ਤੁਮਾਰੇ, ਤੁਮ ਤੋ ਵੇਦ ਪੜੋ ਗਾਇਤਰੀ, ਗੋਬਿੰਦ ਹਿਰਦੇ ਹਮਾਰੇ। ਇਹ ਵੀ ਆਖਿਆ, ਹਮ ਗੋਰੂ ਅਸੀਂ ਤੇਰੀਆਂ ਗਾਵਾਂ, ਤੁਮ ਗਵਾਰ ਗੁਸਾਈ, ਜਨਮ ਜਨਮ ਰਖਵਾਰੇ, ਕਬੂ ਨ ਪਾਰ ਉਤਾਰ ਚਰਾਇਓ, ਕੈਸੇ ਖਸਮ ਹਮਾਰੇ। ਹੁਣ ਗਵਾਲਾ ਗਾਵਾਂ ਚਾਰੇ ਤੇ ਗਾਵਾਂ ਨੂੰ ਲਈ ਉੱਥੇ, ਫਿਰ ਇਹਦੇ ਥੱਲੇ ਰੇਤਾ ਹੋਵੇ, ਮਿੱਟੀ ਹੋਵੇ, ਤੂੰ ਉਹਨੂੰ ਕਹੇ ਖਾਓ, ਹੁਣ ਮਿੱਟੀ ਥੋੜ੍ਹਾ ਖਾਣੀ ਚਾਹੀਦੀ ਗਾਵਾਂ ਨੇ, ਕੰਮ ਲਵੇ ਗਾਵਾਂ ਕੋ, ਪੂਰਾ ਖਾਣ ਨਹੀਂ ਦੇਦੇ ਕੁਝ ਨਾ, ਏਦਾਂ ਹੀ ਹੋ ਰਿਹਾ। ਸਾਡੇ ਕੋਲੋਂ ਟੋਕਰੀ ਬੜੀ ਢਵਾਈ, ਬਾਬਿਆਂ ਨੇ ਦਿੱਤਾ ਕੁਝ ਵੀ ਨਹੀਂ, ਇਮਾਰਤਾਂ ਬੜੀਆਂ ਵੱਡੀਆਂ ਬਣਵਾ ਲਈਆਂ, ਪਰ ਸਾਡੇ ਪੱਲੇ, ਜੇ ਮੂਲ ਮੰਤਰ ਦੇ ਅਰਥ ਵੀ ਸਾਡੇ ਪੱਲੇ ਪਾਉਂਦੇ ਤੇ ਸਾਡੇ ਘਰਾਂ ਵਿੱਚ ਨਸ਼ਾ ਨਾ ਵੜਦਾ, ਸਾਡੇ ਘਰਾਂ ਸੁਰਤ ਵਿੱਚ ਬਾਣੀ ਦੀ ਵਿਚਾਰ ਪਾਉਂਦੇ, ਸਾਡੇ ਬੱਚੇ ਗੁਮਰਾਹ ਨਾ ਹੁੰਦੇ। ਕੰਮ ਬੜਾ ਲਿਆ, ਪਰ ਸਾਨੂੰ ਉਹਦੇ ਬਦਲੇ ਵਿੱਚ ਦਿੱਤਾ ਕੁਝ ਨਹੀਂ। ਕੰਮ ਬਹੁਤ ਲਿਆ, ਬੜਾ ਵੱਡਾ, ਬੜਾ ਬੜੀ ਦੂਰ ਦੂਰ ਤੱਕ ਕੰਮ ਫੈਲਿਆ। ਰਾਜਸਥਾਨ ਵਿੱਚੋਂ ਭੇਡਾਂ ਚਾਰਨ ਵਾਲੇ ਆਉਂਦੇ, ਆਹ ਹੁਣ ਵੱਢ ਵਿਹਲੇ ਹੋ ਜਾਣੇ, ਕਣਕਾਂ ਵੱਢੀਆਂ ਜਾਣੀਆਂ ਪੰਜਾਬ 'ਚ, ਅਤੇ ਹੁਣ ਰਾਜਸਥਾਨ 'ਚ ਭੇਡਾਂ ਚਾਰਨ ਵਾਲੇ ਆਉਣਾ, ਕਿਸੇ ਦੀ 200 ਭੇਡ, ਕਿਸੇ ਦੀ 400 ਭੇਡ, ਕਿਸੇ ਦੀ 500, ਕਿਸੇ ਦੀ 250, ਉਹ ਪਤਾ ਕਰਦੇ ਫਿਰ ਰਲ ਨਾ ਜਾਵੇ। ਹੁਣ ਭੇਡ ਕੁਝ ਹੁੰਦੀ, ਉਹਦੀ ਜਿਹੜੀ ਨੰਬਰ ਪਲੇਟ ਹੁੰਦੀ ਹੈ ਪਛਾਣ ਨੂੰ ਬੰਦਾ, ਉਹ 'ਤੇ ਰੰਗ ਲਾ ਲੈਂਦੇ, ਉਹ ਰੰਗ ਐਡਾ ਪੱਕਾ ਹੁੰਦਾ ਵੀ ਉੱਤੇ ਹਰਿਆ ਰੰਗ, ਜਿਵੇਂ ਕਿਸੇ ਦੀ 200 ਭੇਡ ਉਹਨੇ ਹਰਿਆ ਰੰਗ ਲਾ ਲੈਣਾ, ਕਿਸੇ ਦੀ 400 ਭੇਡ ਹੈ ਉਹਨੇ ਪੀਲਾ ਰੰਗ ਲਾ ਲੈਣਾ, ਕਿਸੇ ਵੱਖਰੇ ਵੱਖਰੇ ਰੰਗ, ਉਹਨਾਂ ਚਾਰਨੀਆਂ ਇਕੱਠੀਆਂ ਨੇ, ਜਦੋਂ ਸ਼ਾਮਾਂ ਪੈਣੀਆਂ ਉਹਨਾਂ ਨੇ ਆਪੋ ਆਪਣੀਆਂ। ਇੱਦਾਂ ਬਾਬਿਆਂ ਵੀ ਰੰਗ ਲਾਏ ਹੋਏ ਨੇ, ਸਾਡੇ ਡੇਰੇ ਤੋਂ ਅੰਮ੍ਰਿਤ ਛਕਿਆ ਤਾਂ ਇਸ ਰੰਗ ਦਾ ਗਾਤਰਾ, ਸਾਡੇ ਡੇਰਿਓਂ ਅੰਮ੍ਰਿਤ ਛਕਣਾ ਤੇ ਏਦਾਂ ਦੀ ਪਛਾਣ, ਤਾਂ ਕਿ ਦੂਰੋਂ ਦੂਰੋਂ ਪਛਾਣੀ ਜਾਵੇ ਭੇਡ। ਮੇਰੀ ਸਿੱਧੀ ਸ਼ਬਦਾਵਲੀ ਹੁੰਦੀ ਜੀ, ਦੂਰੋਂ ਪਤਾ ਲੱਗਦਾ ਵੀ ਇਹ ਸਾਡੇ ਵਾੜੇ ਦੀ ਹੈ। ਉਹ ਭਲੇ ਉਹ ਗੁਰੂ ਦੇ ਸਿੱਖ ਸੀ, ਅਸੀਂ ਵਾੜਿਆਂ ਦੀਆਂ ਭੇਡਾਂ ਬਣ ਗਏ। ਅੱਜ ਗੁਰੂ ਦਾ ਸਿੱਖ ਤੇ ਲੱਭਣਾ ਬੜਾ ਮੁਸ਼ਕਲ ਹੋ ਗਿਆ। ਮਤਾ ਸੋਚੋ, 100 ਬੰਦੇ ਨੇ ਅੰਮ੍ਰਿਤ ਛਕਿਆ ਹੋਵੇ, ਤੁਸੀਂ ਕਹੋ ਸਾਰੇ ਗੁਰੂ ਦੇ ਸਿੱਖ ਨੇ, ਉਹਦੇ ਮਸ਼ੀਨ ਲਾ ਕੇ ਚੈੱਕ ਕਰਨਾ ਪੈਂਦਾ। ਮੈਂ ਤਾਂ ਕਹਿੰਦਾ ਹੁੰਦਾ ਜਿਵੇਂ ਬਾਹਰਲੀਆਂ ਕੰਟਰੀਆਂ ਵਾਲਿਆਂ ਨੇ, ਉਹ ਤੇ ਮੈਂ ਨਿਊਜ਼ੀਲੈਂਡ ਇੱਕ ਦਿਨ ਇੱਕ ਵੀਰ ਮੈਨੂੰ ਲੈ ਕੇ ਗਿਆ ਤੇ ਉਹ ਅੱਗੇ ਪੁਲਿਸ ਵਾਲਿਆਂ ਨਾਕਾ ਲਾਇਆ, ਉਹ ਅੱਗੇ ਮਸ਼ੀਨ ਲਾ ਕੇ ਚੈੱਕ ਕਰਨ, ਕਹਿੰਦਾ ਮੈਂ ਇਹ ਕੀ ਹੈ, ਕਹਿੰਦਾ ਇਹ ਸਿਗਨਲ ਵੱਜਣ ਲੱਗ ਪੈਣਾ ਜੇ ਅਲਕੋਹਲ ਗਈ ਹੋਈ ਅੰਦਰ ਦੀ। ਮੈਂ ਕਿਹਾ ਕਿਤੇ ਇੱਦਾਂ ਦੀ ਮਸ਼ੀਨ ਸਾਨੂੰ ਮਿਲ ਜਾਏ, ਅਸੀਂ ਸੇਫ ਹੀ ਚੈੱਕ ਕਰ ਲਿਆ ਕਰੀਏ। ਮੈਂ ਉਹਨੂੰ ਮਜ਼ਾਕ ਕੀਤਾ, ਮੈਂ ਕਿਹਾ ਇੱਦਾਂ ਦੀ ਮਸ਼ੀਨ ਕਿਤੇ ਸਾਡੇ ਕੋਲ ਹੋਵੇ, ਅਸੀਂ ਚੈੱਕ ਕਰਕੇ ਵੇਖ ਲਈਏ ਵੀ ਇਹ ਅੰਦਰੋਂ ਵੀ ਸਿੱਖ ਹੈਗਾ ਗੁਰੂ ਗ੍ਰੰਥ ਦਾ। ਤੇ ਯਾਦ ਰੱਖਣਾ ਜੇ ਇੱਦਾਂ ਦੀ ਮਸ਼ੀਨ ਬਣ ਗਈ ਨਾ ਸਾਧ ਸੰਗਤ, ਸਾਰੇ ਫੜੇ ਜਾਂਦੇ ਨੇ, ਕੋਈ ਟਾਵਾਂ ਰਹਿਣਾ। ਕਈ ਬੰਦੇ ਵਿਚਾਰੇ ਹੁੰਦੇ, ਗੁਰਦੁਆਰੇ ਆਉਣਾ, ਮੱਥਾ ਵੀ ਟੇਕਣਾ, ਪ੍ਰਖਰਮਾਂ ਵੀ ਇਹ ਕਰਨੀਆਂ, ਹੱਥ ਜੋੜ ਕੇ ਸੱਚਿਆ ਪਾਤਸ਼ਾਹ ਤੇਰੇ ਤੋਂ ਬਿਨਾਂ ਗੁਜ਼ਾਰਾ ਹੀ ਕੋਈ ਨਹੀਂ। ਬਾਹਰ ਜਾ ਕੇ ਬਾਬੇ ਨੂੰ ਕਹਿਣਾ, ਬਾਬਾ ਜੀ ਕਦੋਂ ਆਵਾਂ ਤੁਹਾਡੇ ਕੋਲ। ਹੁਣ ਸਾਰੇ ਕੰਮ ਪੁੱਠੇ ਕਰੀ ਜਾਣੇ ਨੇ। ਜੇ ਗੁਰੂ ਦੇ ਸਿੱਖ ਬਣ ਜਾਓ ਪਾਗਾਂ ਵਾਲਿਓ, ਆਖਰੀ ਦਿਨ ਮੈਂ ਬੇਨਤੀ ਕਰਨਾ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਰੱਖੋ। ਬਾਣੀ 'ਚ ਕਿੰਨੇ ਸ਼ਬਦ ਮਿਲਦੇ ਨੇ ਸਾਨੂੰ, ਬੰਦਿਆਂ 'ਤੇ ਉਹ ਆਸਰਾ ਨਾ ਰੱਖੋ। ਬਾਣੀ 'ਚ ਲਿਖਿਆ, ਜੋ ਜੋ ਦਿਸੈ ਸੋ ਸੋ ਰੋਗੀ, ਬਾਣੀ 'ਚ ਲਿਖਿਆ ਜੋ ਜੋ ਦਿਸਦਾ ਤੇ ਰੋਗ ਤੋਂ ਰਹਿਤ ਕੌਣ ਹੈ ਭਲਾ। ਰੋਗ ਰਹਿਤ ਮੇਰਾ ਸਤਿਗੁਰੂ ਜੋਗੀ, ਆ ਸੁਣ ਲਓ ਹੁਣ, ਰੋਗ ਤੋਂ ਰਹਿਤ ਇਕੱਲਾ ਸਤਿਗੁਰੂ, ਬਾਕੀ ਸਾਰੇ ਰੋਗ ਗ੍ਰਸਤ ਨੇ, ਤੇ ਆਪਾਂ ਕਿੰਨਾ ਗੁਜ਼ਾਰੇ ਭਲਾ। ਸਾਡੇ ਲੋਕ ਤਾਂ ਇੰਨੇ ਕਈ ਢੀਠ ਹੁੰਦੇ, ਸ਼ੂਗਰ ਦੀ ਬਿਮਾਰੀ ਹੋ ਗਈ ਨਾ, ਉਹ ਵੀ ਜਾਣਗੇ ਬਾਬਾ ਜੀ ਕੋਈ ਰਹਿਣਾ। 99 ਬਾਬਿਆਂ ਨੂੰ ਸ਼ੂਗਰ ਹੈ,
ਡੱਬੇ ਦਵਾਈਆਂ ਦੇ ਸਿਰਾਣੇ ਪਹਿਨਦੇ ਨੇ, ਭਲੇ ਉਹਦੇ ਵਾਸਤੇ ਡਾਕਟਰ ਕੋਲ ਜਾਓ, ਪਰਹੇਜ਼ ਕਰਨਾ ਸ਼ੁਰੂ ਕਰ ਦਿਓ ਥੋੜ੍ਹਾ ਬਹੁਤ, ਇਹਦੇ ਵਾਸਤੇ ਬਾਬੇ ਕੋਲ ਜਾਣ ਦੀ ਲੋੜ ਥੋੜ੍ਹਾ ਹੈਗੀ ਹੈ, ਉਹਦੇ ਵਾਸਤੇ ਬਾਬਿਆਂ ਕੋਲ ਵੱਜੇ ਫਿਰਦੇ ਨੇ। ਜੇ ਇਹ ਇਹ ਬਿਮਾਰੀਆਂ ਜਿਹੜੀਆਂ ਇਹਨਾਂ ਕੋਲ ਸੁਤਰ ਆਉਂਦੀਆਂ, ਫਿਰ ਡਾਕਟਰ ਬਣਨ ਦੀ ਤਾਂ ਲੋੜ ਨਹੀਂ ਸੀ ਸਾਨੂੰ, ਅਤੇ ਆਪਣੇ ਬੱਚਿਆਂ ਨੂੰ ਤੁਸੀਂ ਡਾਕਟਰ ਬਣਾਉਣ ਦੀ ਲੋੜ ਹੈਗੀ ਤੁਹਾਨੂੰ ਭਲਾ? ਫਿਰ ਤਾਂ ਕੰਮ ਹੀ ਬੜਾ ਸੌਖਾ, ਅਸੀਂ ਕਿਹੜੇ ਬੰਨੇ ਤੁਰੇ ਫਿਰਦੇ ਹਾਂ? ਹੁਣ ਸਾਹਿਬ ਨੇ ਬਾਣੀ 'ਚ ਕੀ ਲਿਖਿਆ, ਜਿਸ ਮਨੁੱਖ ਭੈ ਕਰੋ ਬੇਨੰਤੀ, ਆ ਸੁਣਿਓ, ਜਿਸ ਵੀ ਮਨੁੱਖ ਦੇ ਕੋਲ ਦੁੱਖ ਰੋਣ ਜਾਓਗੇ ਨਾ, ਕਈ ਵਾਰੀ ਭੈਣ ਨਾ ਆਪਣੀ ਭੈਣ ਕੋਲ ਜਾਂਦੀ ਹੈ ਆਪਣੇ ਬੱਚਿਆਂ ਦਾ ਦੁੱਖ ਰੋਣ ਵਾਸਤੇ, ਵੀ ਵੱਡੀ ਇੱਦਾਂ ਕਰਦੀ ਹੈ, ਵੱਡੇ ਪੁੱਤ ਨੇ ਇੱਦਾਂ ਕਰਤਾ, ਉਹ ਅੱਗੇ ਜਿਹੜੀ ਦੂਜੀ ਭੈਣ ਹੁੰਦੀ ਨਾ ਉਹ ਵਿੱਚੋਂ ਟੋਕ ਕੇ ਆਉਂਦੀ, ਮੇਰੀ ਵੀ ਸੁਣ ਲਾ, ਵੀ ਤੇਰੇ ਨਾਲ ਦੁਖੀ ਤਾਂ ਵੱਧ ਮੈਂ, ਉਹ ਵਿਚਾਰੀ ਫਿਰ ਅਫਸੋਸ ਕਰਦੀ ਵੀ ਇੰਨੇ ਕਿਲੋਮੀਟਰ ਮੈਂ ਤੇਰ ਫੂਕੇ ਆਈ ਹੈ ਅਤੇ ਮੇਰੇ ਨਾਲ ਵੱਧ ਦੁੱਖਾਂ ਨਾਲ ਭਰੀ ਪਈ ਹੈ। ਅਸੀਂ ਇੱਧਰ ਤੁਰੇ ਫਿਰਦੇ ਹਾਂ ਨਾ, ਇੱਕ ਦਿਨ ਦੁੱਖ ਸਾਂਝਾ ਕਰਦੇ ਫਿਰਦੇ, ਜਿਹਦੇ ਕੋਲ ਦੁੱਖ ਰੋਂਦੇ ਹਾਂ ਸਾਡੇ ਨਾਲ ਵੱਧ ਦੁੱਖਾਂ ਨਾਲ, ਕਿਸੇ ਕੋਲ ਦੁੱਖ ਨਾ ਰੋ, ਆਪਣੇ ਦੁੱਖ ਦੀ ਸਾਂਝ ਕਰੋ, ਦਾਤਾ ਇਹਨਾਂ ਦੁੱਖਾਂ 'ਚ ਤੁਸੀਂ ਬਾਹਰ ਕੱਢ ਸਕਦੇ। ਬੰਦਿਆਂ ਕੋਲ ਦੁੱਖ ਕਿਉਂ ਰੋਂਦੇ ਜਾ ਕੇ? ਬਾਣੀ 'ਚ ਲਿਖਿਆ, ਜਿਸ ਮਨੁੱਖ ਭੈ ਕਰੋ ਬੇਨੰਤੀ, ਜਿਸ 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 ਦਾ ਅਰਥ ਹੈ ਕੋਈ ਵੀ, ਜਿਸ ਮਨੁੱਖ ਭੈ ਕਰੋ ਬੇਨੰਤੀ, ਸੋ ਆਪਣੇ ਹੀ ਦੁੱਖ ਭਰਿਆ, ਉਹ ਤੇ ਆਪਣੇ ਦੁੱਖ ਨਾਲ ਭਰਿਆ ਪਿਆ, ਤੁਹਾਡਾ ਕਿੱਥੋਂ ਸੁਣੋ, ਸੋ ਆਪਣੇ ਹੀ ਦੁੱਖ ਭਰਿਆ। ਫਿਰ ਮਹਾਰਾਜ ਕੀ ਕਰੀਏ? ਕਹਿੰਦੇ ਪਾਰ ਬ੍ਰਹਮ ਜਨੇਰ ਦੇ ਆਰਾਧਿਆ, ਤਿੰਨ ਪੌ ਸਾਗਰ ਤਰਿਆ, ਗੁਰ ਹਰ ਬਿਨ, ਗੁਰੂ ਤੇ ਹਰ ਬਿਨ, ਗੁਰੂ ਰੱਬ ਤੋਂ ਬਿਨਾਂ, ਗੁਰੂ ਪਰਮੇਸ਼ਰ ਤੋਂ ਬਿਨਾਂ, ਗੁਰ ਹਰ ਬਿਨ ਕੋ ਨਾ ਬ੍ਰਿਥਾ ਦੁੱਖ ਕਾਟੈ, ਕੋਈ ਨਹੀਂ ਹੈਗਾ ਜਿਹੜਾ ਸਾਡੇ ਅੰਦਰ ਦੀ ਇਸ ਪੀੜਾ ਦਾ ਦੁੱਖ ਕੱਟ ਸਕੇ, ਕੋਈ ਨਹੀਂ ਹੈਗਾ। ਮਹਾਰਾਜ ਕਹਿੰਦੇ ਨੇ ਗੁਰ ਹਰ ਬਿਨ ਕੋ ਨਾ ਬ੍ਰਿਥਾ ਦੁੱਖ ਕਾਟੈ। ਪ੍ਰਭ ਤਜ, ਜਿਹੜੇ ਰੱਬ ਨੂੰ ਛੱਡ ਕੇ ਪਾਸੇ ਜਾਂਦੇ ਸੁਣਿਓ, ਜਿਹੜੇ ਗੁਰੂ ਨੂੰ ਛੱਡ ਕੇ ਰੱਬ ਨੂੰ ਛੱਡ ਕੇ ਹੋਰ ਕਹਿੰਦੇ ਆ ਕੇ ਮੱਥੇ ਟੇਕਦੇ ਆ, ਸੁਣਿਓ ਮਹਾਰਾਜ ਉਹਨਾਂ ਬਾਰੇ ਕੀ ਕਹਿੰਦੇ। ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਜਿਹੜੇ ਦੂਜਿਆਂ ਦੇ ਸੇਵਕ ਬਣਦੇ, ਤਿਤ ਮਾਣ ਉਹਦਾ ਕੀ ਕਰਦਾ, ਇੱਜ਼ਤ ਕਰਦੀ ਉਹਦੀ, ਮਹੱਤ ਜਸ ਕਾਟੈ। ਸਤਿ ਸੰਗਤ ਜੀ, ਸਿਆਣੇ ਮਾਂ ਬਾਪ ਆਪਣੇ ਬੱਚਿਆਂ ਨੂੰ ਸਿੱਖਿਆ ਪਤਾ ਕਿੱਦਾਂ ਦਿੰਦੇ, ਵੀ ਪੁੱਤਰ ਘਰ ਕੋਈ ਮਹਿਮਾਨ ਆਵੇ ਨਾ, ਉਹਦੇ ਕੋਲੋਂ ਪੈਸੇ ਨਹੀਂ ਮੰਗਣੇ, ਭੂਆ ਆਵੇ, ਫੁੱਫੜ ਆਵੇ, ਮਾਸੀ ਮਾਸ ਦਾ ਨਿਆਣੇ ਨੂੰ ਆਦਤ ਹੁੰਦੀ ਨਾ ਪਿੰਡਾਂ 'ਚ, ਵੀ ਜਦੋਂ ਭੂਆ ਆਈ ਤੇ ਭੂਆ ਦੇ ਲਾਗੇ ਲਾਗੇ ਤੁਰੇ ਫਿਰਨਾ, ਵੀ ਭੂਆ ਬਾਹਰ ਤੋਂ ਵਿਕਣ ਆਇਆ, ਵੀ ਡੈਡੀ ਨੂੰ ਦੇਣਾ, ਤੂੰ ਨਹੀਂ ਦੇ ਦੇ ਕੁਝ ਨਾ ਕੁਝ, ਅਤੇ ਭੂਆ ਵਿਚਾਰੀ ਵੀ ਸੁਣਦੀ ਵੀ ਹੁਣ ਇੰਨੇ ਟੱਬਰ ਸਾਹਮਣੇ ਕੁਝ ਨਾ ਕੁਝ ਮੰਗਿਆ, ਅਤੇ ਉਹ ਵੀ ਚੱਲੇ। ਸਿਆਣੇ ਮਾਂ ਬਾਪ ਆਪਣੇ ਬੱਚਿਆਂ ਨੂੰ ਇੰਝ ਸਿੱਖ, ਪੁੱਤਰ ਘਰ ਮਹਿਮਾਨ ਆਵੇ ਪੈਸਾ ਨਹੀਂ ਮੰਗੀਦਾ। ਸਿਆਣੇ ਪਰਿਵਾਰ ਆਪਣੇ ਬੱਚੇ ਨੂੰ ਕਿਵੇਂ ਸਿੱਖਿਆ ਦਿੰਦੇ ਨੇ, ਜਦੋਂ ਘਰ ਮਹਿਮਾਨ ਆਵੇ ਉਹਦੇ ਅੱਗੇ ਆਪਾਂ ਬਿਸਕੁਟ ਬਰਫੀ ਨਮਕੀਨ ਰੱਖ ਦਿੱਤਾ, ਆਪ ਨਹੀਂ ਚੱਕਣਾ, ਰਿਸ਼ਤੇਦਾਰਾਂ ਕੇ ਬਹਿ ਜੇ, ਉਹ ਆਪ ਖਾ ਲਓ, ਤੂੰ ਨਹੀਂ ਹੱਥ ਲਾਉਣਾ। ਉਹ ਸਿਆਣਾ ਬੱਚਾ ਫਿਰ ਉਸ ਸਿੱਖਿਆ ਨੂੰ ਅੰਦਰੋਂ ਸੌਂਦਾ, ਜਦੋਂ ਘਰ ਮਹਿਮਾਨ ਆਏ ਅੱਗੇ ਸਮਾਨ ਰੱਖਿਆ, ਬੱਚਾ ਬਹਿ ਜਾਂਦਾ ਜਾਣ ਕੇ ਕਿਉਂ, ਸਿਆਣਾ ਬਣ ਕੇ। ਫਿਰ ਰਿਸ਼ਤੇਦਾਰ ਆਉਂਦਾ ਬਿਸਕੁਟ ਫੜ ਕੇ ਨਾ, ਕਹਿੰਦਾ ਲੈ ਬੇਟਾ ਖਾ ਲਾ, ਫਿਰ ਉਹ ਮੰਮੀ ਵੱਲ ਕਹਿੰਦਾ ਵੀ ਮਾਂ ਹੁਣ ਖਾ ਲਾ, ਵੀ ਤੂੰ ਤਾਂ ਆਖਿਆ ਸੀ ਵੀ ਚੁੱਕੀ ਨਾ, ਵੀ ਚੁੱਕਿਆ ਤਾਂ ਨਹੀਂ ਭਾਰੇ, ਤਾਂ ਭੂਆ ਆ ਫੜਾਉਣ ਡਈ ਹੈ, ਫਿਰ ਮਾਂ ਇਸ਼ਾਰਾ ਕਰ ਦਿੰਦੀ ਹੁਣ ਖਾ ਲਾ। ਇਹਨੂੰ ਕਹਿੰਦੇ ਸਭੇ ਜਿਹੜੀ ਸਿੱਖਿਆ ਦਿੱਤੀ ਮਾਂ ਬਾਪ ਨੇ ਬੱਚਿਆਂ ਨੂੰ, ਵੀ ਇੱਦਾਂ ਦਾ ਕਲਚਰ ਸਿੱਖਣਾ ਆਪਾਂ, ਵੀ ਇਹ ਨਾ ਹੋਵੇ ਵੀ ਅਜੇ ਭੂਆ ਫੁੱਫੜ ਤਿਆਰੀ ਕਰਦੇ ਹੋਣ ਅਤੇ ਬਿਸਕੁਟਾਂ ਦੀ ਪਲੇਟ ਖਾਲੀ ਹੋ ਗਈ, ਅਤੇ ਫਿਰ ਆਪਾਂ ਮੁੜ ਕੇ ਫਿਰ ਆਪਾਂ ਉਹਦੇ ਸਾਹਮਣੇ ਨਾ ਨਿਆਣਿਆਂ ਦੇ ਭੂਆ ਜਿਸ ਤਰ੍ਹਾਂ ਐਂ ਘੂਰੀਆਂ ਵਰਤੀਆਂ, ਵੀ ਹੁਣ ਨਾ ਵੱਟੋ ਘੂਰੀਆਂ, ਇੱਦਾਂ ਹੀ ਕਈ ਭੈਣਾਂ ਜਦੋਂ ਬੱਚੇ ਸ਼ੈਤਾਨੀਆਂ ਕਰਦਾ, ਇੱਥੇ ਘੂਰੀਆਂ ਵੱਟਣ ਦਾ ਫਾਇਦਾ ਨਹੀਂ, ਚਾਰ ਪਿਆਰ ਨਾਲ ਸਮਝਾਵੇ।
ਜਦੋਂ ਘਰ ਹੁੰਦੇ ਨਾ ਉਦੋਂ ਪਿਆਰ ਨਾਲ, ਜਦੋਂ ਜਦੋਂ ਆਪਾਂ ਬੈਠੇ ਪੁੱਤਰ ਗੁਰਦੁਆਰੇ ਜਾਣਾ, ਇੱਦਾਂ ਨਮਸਕਾਰ ਕਰਨੀ, ਇੱਦਾਂ ਜਿਵੇਂ ਮੈਂ ਬੈਠੀ ਹਾਂ ਇੱਦਾਂ ਮੇਰੇ ਕੋਲ ਬਹਿਣਾ, ਜਾਂ ਡੈਡੀ ਬੈਠੀ ਉਹਦੇ ਕੋਲ ਬਹਿਣਾ, ਇੱਦਾਂ ਸਿੱਖਿਆ ਦਿਓ। ਸਾਡੇ ਤਾਂ ਆਨੰਦ ਕਰਦਿਆਂ ਵੇਲੇ ਨਾ ਬਾਹਰ ਪਕਾਨੇ ਵਿਕਣ ਵਾਲੇ ਆਏ ਹੁੰਦੇ ਨੇ, ਤਾਂ ਪੈਸੇ ਲਿਆ ਕੇ ਨਾ ਮਾਂ ਕੋਲੋਂ ਪਕਾਨੇ ਲਿਆ ਕੇ ਸਾਡੇ ਭਾਈਆਂ ਦੇ ਲਾਗੇ ਐਂ ਪਾੜਦੇ। ਸਾਨੂੰ ਤਾਂ ਕਥਾ ਭੁੱਲ ਜਾਂਦੀ ਉਸ ਵੇਲੇ, ਫਿਰ ਸਾਨੂੰ ਸਮਝ ਆਉਂਦੀ ਵਿਗੜੇ ਪਰਿਵਾਰਾਂ ਦੇ ਬੱਚੇ ਨੂੰ ਹੱਦ ਹੋ ਗਈ, ਥੋੜ੍ਹਾ ਜਿਹਾ ਤਮੀਜ਼ ਸਿਖਾਓ ਇਹਨਾਂ ਬੱਚਿਆਂ ਨੂੰ ਵੀ ਕਿੱਦਾਂ ਬੱਚਿਆਂ ਨੂੰ ਸਭਿਅਕ ਸਿਖਾਉਣਾ। ਫਿਰ ਲਿਆ ਕੇ ਨਾ ਪਕਾਨੇ ਬਾਹਰੋਂ ਵਿਕਦੇ ਜਿਹੜੇ ਪੈਲਸਾਂ ਦੇ ਬਾਹਰ, ਉਹ ਫਿਰ ਗੁਰਦੁਆਰੇ ਲਿਆ ਕੇ ਭਾਈ ਲਾ ਗਏ ਪਟਾਕਾ ਮਾਰਦੇ। ਸਾਨੂੰ ਤਾਂ ਫਿਰ ਸਾਨੂੰ ਸ਼ਬਦ ਭੁੱਲ ਜਾਂਦਾ ਵੀ ਕਿਹੜੀ ਕਥਾ ਸੀ ਇਹਨਾਂ ਨੂੰ ਸੁਣਾਈ। ਹੱਦ ਹੋ ਗਈ ਵੀ ਥੋੜ੍ਹਾ ਸਭਿਅਕ ਸਭਿਅਕ ਬੋਲੀ ਸਿੱਖੀ ਹੈ, ਸਭਿਅਕ ਤਰੀਕਾ। ਖੈਰ ਮੈਂ ਦੱਸਣਾ ਚਾਹੁੰਦਾ ਗੱਲ ਵੀ ਇਹ ਬੱਚਿਆਂ ਨੂੰ ਘਰ ਸੇਵਨ ਦਿਓ, ਘਰ ਜਦੋਂ ਵਿਹਲੇ ਬੈਠੇ ਹੁੰਦੇ ਨਾ ਉਦੋਂ ਦੱਸੋ ਵੀ ਗੁਰਦੁਆਰੇ ਕਿੱਦਾਂ ਜਾਣਾ, ਆਪਾਂ ਉੱਥੇ ਕੀ ਕਰਨਾ, ਮਕਸਦ ਕੀ ਹੈ ਗੁਰਦੁਆਰੇ ਜਾਣ ਦਾ, ਜਦੋਂ ਭਾਈ ਸਾਹਿਬ ਕੀਰਤਨ ਕਰਨ। ਕਹਿਣਾ ਪ੍ਰਚਾਰਕ ਨੂੰ, ਰਾਗੀ ਨੂੰ ਕਹਿਣਾ ਹੀ ਨਾ ਪਵੇ ਬੱਚੇ ਚੁੱਪ ਕਰਾਓ। ਅੱਜ ਤੱਕ ਕਿਸੇ ਕਲਾਕਾਰ ਨੇ ਗਾਣਾ ਸੁਣਾਉਣ ਲੱਗਿਆ ਬੋਲਿਆ ਸ਼ਾਂਤੀ ਬਖਸ਼ੋ, ਉੱਥੇ ਤਾਂ ਸਹੁੰ ਰੱਬ ਦੀ ਸਾਹ ਨਹੀਂ ਉੱਚੀ ਲੈਂਦੇ ਅਸੀਂ। ਰਾਗੀਆਂ ਪ੍ਰਚਾਰਕਾਂ ਦਾ ਅੱਧਾ ਅੱਧਾ ਘੰਟਾ ਇਹਨਾਂ ਕੰਮਾਂ 'ਤੇ ਲੰਘ ਜਾਂਦਾ। ਕਿਉਂ? ਕਿਉਂਕਿ ਅਸੀਂ ਇਸ ਚੀਜ਼ ਨੂੰ ਵਾਧੂ ਦਾ ਵਿਸ਼ਾ ਸਮਝ ਰਹੇ। ਪੜ੍ਹਾਈਆਂ ਵਿੱਚ ਹੁੰਦਾ ਨਾ, ਗਿਆਨੀ ਕਰੋ, ਕੋਈ ਸਬਜੈਕਟ ਪੜ੍ਹੋ, ਉਹ 'ਚ ਵਾਧੂ ਵਿਸ਼ਾ ਹੁੰਦਾ ਵੀ ਕਰੋ ਤਾਂ ਵੀ ਠੀਕ ਹੈ, ਨਾ ਕਰੋ ਵੀ ਕਰੋਗੇ ਤਾਂ ਐਕਸਟਰਾ ਨੰਬਰ ਲੱਗ ਜਾਣ, ਨਾ ਕਰੋਗੇ ਤਾਂ ਕੋਈ ਨਹੀਂ। ਅਸੀਂ ਗੁਰਮਤ ਨੂੰ ਪਤਾ ਕੀ ਬਣਾ ਲਿਆ ਆਪਣੀ ਜ਼ਿੰਦਗੀ 'ਚ, ਕੀ ਬਣਾਇਆ ਭਲਾ ਬੋਲ ਕੇ ਦੱਸੋ? ਵਾਧੂ ਵਿਸ਼ਾ ਵੀ ਜ਼ਰੂਰੀ ਨਹੀਂ, ਬਾਕੀ ਗਾਣੇ ਸੁਣਨੇ ਇਹ ਜ਼ਰੂਰੀ, ਇਹ ਸਬਜੈਕਟ ਹੈ। ਟੀ ਵੀ ਦੇ ਵਿੱਚ ਸੀਰੀਅਲ ਵੇਖਣੇ ਸਬਜੈਕਟ ਹੈ, ਪੈਲਸਾਂ ਵਿੱਚ ਜਾਣਾ ਸਬਜੈਕਟ ਹੈ, ਘੁੰਮਣ ਫਿਰਨ ਜਾਣਾ ਇਹ ਪੂਰਾ ਸਬ, ਅਤੇ ਆਹ ਜਿਹੜਾ ਗੁਰਮਤ ਗੁਰਦੁਆਰੇ ਇਹ ਤਾਂ ਵਾਧੂ ਵਿਸ਼ਾ ਵੀ ਜੇ ਆ ਕੇ ਤਾਂ ਨੰਬਰ ਲੱਗ ਜਾਣਗੇ, ਨਹੀਂ ਤਾਂ ਨਾ ਅਸੀਂ ਵੇਖ ਠੀਕ ਜੋ ਪਾਸ ਤਾਂ ਆਪਾਂ ਹੋਈ ਜਾਣਾ ਨਾ। ਇਹ ਵਾਧੂ ਵਿਸ਼ਾ ਨਹੀਂ, ਇਹ ਕੀ ਹੈ ਭਲਾ? ਇਹ ਜ਼ਰੂਰੀ ਹੈ, ਇਸ ਤੋਂ ਬਿਨਾਂ ਅਸੀਂ ਪਾਸ ਹੀ ਨਹੀਂ ਹੋ ਸਕਦੇ, ਸਫਲ ਹੀ ਨਹੀਂ ਹੋ ਸਕਦੇ। ਜਿੱਥੇ ਮਰਜ਼ੀ ਭੱਜ ਲਈਏ ਆਪਾਂ, ਜਿੱਥੇ ਮਰਜ਼ੀ ਭੱਜ ਲਈਏ, ਇਹ ਤੋਂ ਬਿਨਾਂ ਅਸੀਂ ਪਾਸ ਨਹੀਂ ਹੋ ਸਕਦੇ। ਗੋਰੇ ਮੋੜਾ ਹੈ, ਬਹੁਤ ਗੋਰੇ ਮੋੜਾ ਹੈ, ਅੰਗਰੇਜ਼ ਬਹੁਤ ਮੋੜਾ ਇਹਨੇ ਵਾਪਸ। ਸਾਡੀ ਕਹਾਣੀ ਪਤਾ ਕੀ ਕਹਿੰਦੇ, ਮੱਛੀ ਪੱਥਰ ਚੱਕ ਕੇ ਵਾਪਸ ਆਉਂਦੀ, ਮੈਂ ਕਿਹਾ ਨਾਸਾਂ ਵੱਜਦੀਆਂ ਪਏ ਆਉਂਦੀ ਹੈ। ਜੇ ਪੱਥਰ ਅੱਗੇ ਨਾ ਹੁੰਦਾ ਹੋ ਸਕਦਾ ਜੇ ਹੋਰ ਜਾਂਦੀ ਨਹੀਂ ਸਮੁੰਦਰ ਅੱਗੇ, ਬਹੁਤੇ ਸਾਡੇ ਅੱਗਿਓਂ ਮੁੜਦੇ ਨੇ ਵਾਪਸ, ਸਰੀਰ ਦਾ ਸਤਿਆਨਾਸ਼ ਕਰਾ ਕੇ ਵਾਪਸ ਮੁੜਦੇ ਨੇ। ਪਹਿਲੇ ਮੁੜਾਈਏ ਅਸੀਂ, ਗੁਰਮਤੀ ਵਿਚਾਰ ਸਿੱਖ ਲਈਏ, ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖ ਲਈਏ। ਖੈਰ ਮੈਂ ਦੱਸਣਾ ਚਾਹੁੰਦਾ ਸੀ, ਬੱਚਾ ਪਿੰਡ ਵਿੱਚੋਂ ਕਿਸੇ ਘਰੋਂ ਕੋਈ ਚੀਜ਼ ਮੰਗ ਲਿਆਵੇ, ਖੇਡਣ ਵਾਲੀ ਚੀਜ਼ ਕੋਈ ਖਿਡਾਉਣਾ, ਧਿਆਨ ਕੇ ਬਾਪ ਨੂੰ ਦਿਖਾਵੇ, ਧਿਆਨ ਨਾ ਸੁਣੀ, ਮਾਂ ਨੂੰ ਦਿਖਾਵੇ, ਮਾਂ ਆਹ ਵੇਖ ਕਿੱਡੀ ਸੋਹਣੀ ਮੈਂ ਖੇਡ ਲੈ ਕੇ ਆਇਆ, ਕਿੱਡਾ ਸੋਹਣਾ ਮੈਂ ਖਿਡਾਉਣਾ ਲੈ ਕੇ ਆਇਆ। ਪਾਪ ਪੁੱਛੇ ਕਿੱਥੋਂ ਲੈ ਕੇ ਆਇਆ? ਕਹਿੰਦੇ ਫਲਾਣੇ ਅੰਕਲ ਕੋਲ ਲਿਆਇਆ, ਮੰਗਿਆ ਸੀ? ਹਾਂ ਮੈਂ, ਉਹਨਾਂ ਨੇ ਆਪਣੇ ਬੱਚੇ ਲਈ ਲਿਆਂਦਾ, ਮੈਂ ਵੀ ਮੰਗ ਲਿਆ, ਉਹਨਾਂ ਮੈਨੂੰ ਵੀ ਲਿਆਤਾ। ਬਾਪ ਨੂੰ ਖੁਸ਼ੀ ਹੋਏਗੀ, ਸੱਚ ਦੱਸਿਓ? ਉਹ ਕਹੇਗਾ ਭੱਲਿਆ, ਮੈਂ ਤੇ ਸਾਹਮਣੇ ਪੜ ਬਣਾਉਣਾ ਵੀ ਮੈਂ ਆਪਣੇ ਬੱਚਿਆਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ, ਤੁਸੀਂ ਮੈਨੂੰ ਮਿੱਟੀ 'ਚ ਮਿਲਾਤਾ। ਉਹ ਕਹੇਗਾ ਆਪਣੇ ਬੱਚਿਆਂ ਦੀ ਇੰਨੀ ਵੀ ਰੀਝ ਨਹੀਂ ਪੂਰੀ ਕਰਦਾ, ਉੱਦਾਂ ਕਹਿੰਦਾ ਮੈਂ ਬੜਾ ਵੱਡਾ ਹਾਂ। ਮਾਂ ਬਾਪ ਬੱਚਿਆਂ 'ਚ ਬੇਟਾ ਇੱਦਾਂ ਚੀਜ਼ਾਂ ਨਹੀਂ ਮੰਗੀਦੀਆਂ। ਦੋ ਮਿੰਟ ਸੋਚੋ, ਸਿਆਣੇ ਆਪਣੇ ਬੱਚੇ ਨੂੰ ਕਿਸੇ ਕੋਲੋਂ ਚੀਜ਼ ਮੰਗਣ ਨਹੀਂ ਦਿੰਦੇ ਵੀ ਇਹਦੇ ਨਾਲ ਸਾਡਾ ਪ੍ਰਭਾਵ ਫਿੱਕਾ ਪੈ ਜਾਏਗਾ। ਜਦੋਂ ਗੁਰੂ ਦੇ ਸਿੱਖਾ ਤੋਂ ਗੁਰੂ ਨੂੰ ਛੱਡ ਕੇ ਮੜੀ ਕੋਲੋਂ ਬਾਬੇ ਕੋਲੋਂ ਹੱਥ ਤੜ ਕੇ ਮੰਗਦਾ, ਗੁਰੂ ਦੇ ਮਨ 'ਤੇ ਕੀ ਬੀਤਦੀ ਹੋਏਗੀ ਭਲਾ? ਉਸ ਕੀ ਬੀਤਦੀ ਹੋਏਗੀ ਜੀ? ਕਿਉਂ ਭੈਣੋ, ਜਦੋਂ ਤੁਸੀਂ ਮੜੀਆਂ ਕੋਲੋਂ, ਮਸਾਣੀਆਂ ਕੋਲੋਂ, ਬਾਬਿਆਂ ਕੋਲੋਂ, ਤਾਂਤਰਿਕ ਕੋਲੋਂ, ਜੋਤਸ਼ੀ ਕੋਲੋਂ ਅਸੀਂ ਮੰਗ, ਉਦੋਂ ਗੁਰੂ ਦੇ ਮਨ 'ਤੇ ਕੀ ਬੀਤਦੀ ਹੋਏਗੀ? ਇੰਨਾ ਬਦਲੇ ਅਜੀਤ ਸਿੰਘ ਦਾ ਸੰਸਕਾਰ ਹੀ ਨਾ ਕੀਤਾ ਮੈਂ, ਇੰਨਾ ਬਦਲੇ। ਮੈਂ ਦੋ ਗਜ ਕੱਪੜਾ ਵੀ ਨਾ ਪਾਇਆ ਇਹਨਾਂ ਦੇ ਬਦਲੇ। ਮੈਨੂੰ ਕਿਹਾ ਕਈਆਂ ਸਿੱਖਾਂ ਨੇ ਦੋ ਗਜ ਕੱਪੜਾ ਪਾ ਜਾ, ਮੈਂ ਕਿਹਾ ਨਾ ਮੇਰਾ ਕੰਮ ਜ਼ਰੂਰੀ ਹੈ ਜੀ। ਇਹਨਾਂ ਭੈਣਾਂ ਨੇ ਅੱਜ ਸਾਨੂੰ ਛੱਡ ਕੇ, ਇਹਨਾਂ ਮਾਵਾਂ ਨੇ, ਇਹਨਾਂ ਬਜ਼ੁਰਗਾਂ ਨੇ ਸਾਨੂੰ ਛੱਡ ਕੇ ਪਖੰਡੀਆਂ ਕਿਸੇ 'ਚ ਪਾਉਣਾ ਸ਼ੁਰੂ ਕਰ ਦਿੱਤਾ? ਦੋ ਮਿੰਟ ਸੋਚੋ, ਜੇ ਤੁਸੀਂ
ਤੁਹਾਡਾ ਬੱਚਾ ਤੁਹਾਨੂੰ ਛੱਡ ਕੇ ਕਿਸੇ ਕੋਲੋਂ ਚੀਜ਼ ਮੰਗੇ ਤੇ ਤੁਹਾਨੂੰ ਚੰਗਾ ਨਹੀਂ ਲੱਗਦਾ, ਤੇ ਗੁਰੂ ਦਾ ਸਿੱਖ ਹੋ ਕੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਕੋਲੋਂ ਮੰਗੇ ਤੇ ਗੁਰੂ ਦੇ ਦਿਲ ਤੇ ਕੀ ਬੀਜੋਗੇ? ਬਸ ਕੁਝ ਨਹੀਂ ਕਹਿਣਾ, ਇਸ ਚੀਜ਼ ਨੂੰ ਥੋੜ੍ਹਾ ਜਿਹਾ ਆਪਣੇ ਜੀਵਨ ਦੇ ਵਿੱਚ ਜੋੜ ਘਟਾਓ ਕਰਕੇ ਵੇਖ ਲਿਓ। ਬਾਬੇ ਕਬੀਰ ਦਾ ਸ਼ਬਦ ਹੈ, ਰੇ ਜੀ ਨਿਰਲਾਜ, ਨਿਰਲਾਜ ਕਹਿੰਦੇ ਬੇਸ਼ਰਮ ਨੂੰ ਜਿਹਨੂੰ ਕੋਈ ਸ਼ਰਮ ਨਾ ਹੋਵੇ। ਰੇ ਜੀ ਨਿਰਲਾਜ, ਲਾਜ ਤੋਏ ਨਾਹੀ, ਤੈਨੂੰ ਕੋਈ ਸ਼ਰਮ ਨਹੀਂ ਆਉਂਦੀ। ਬਾਬਾ ਕਬੀਰ ਜੀ ਕਹਿੰਦੇ ਹਰ ਤਜ, ਹਰੀ ਨੂੰ ਛੱਡ ਕੇ ਤੱਕ ਤਾਹੂੰ ਕੇ ਜਾਹੀ, ਤੂੰ ਕਿੱਥੇ ਕਿੱਥੇ ਤੁਰਿਆ ਫਿਰਦਾ? ਜਾ ਕੋ ਠਾਕੁਰ ਉੱਚਾ ਹੋਈ, ਜਿਹਦਾ ਠਾਕੁਰ ਉੱਚਾ ਹੁੰਦਾ। ਸੋ ਜਾਣਾ ਪਰ ਘਰ ਜਾਤ ਨਾ ਸੋ, ਉਹ ਜਨ ਪਰਾਏ ਕਰ ਜਾਂਦਾ, ਚੰਗਾ ਨਹੀਂ ਲੱਗਦਾ। ਸਿੱਖ ਕਿੰਨੇ ਚੰਗੇ ਸੀ ਸਾਡੇ ਨਾਲੋਂ, ਆਗਰੇ ਦੀ ਧਰਤੀ ਲਾ ਕੇ ਢਾਈ ਸਿੱਖ ਘਾਹ ਵੱਢ ਕੇ ਗੁਜ਼ਾਰਾ ਕਰਨ ਵਾਲਾ, ਉਹਨੂੰ ਕਿਸੇ ਨੇ ਦੱਸਿਆ ਉਹ ਜਿਹੜੇ ਗੁਰੂ ਦੀਆਂ ਗੱਲਾਂ ਸੁਣਦਾ ਉਹ ਗੁਰੂ ਆਪਣੇ ਇਲਾਕੇ 'ਚ ਆਇਆ ਜੀ। ਢਾਈ ਸਿੱਖ ਨੇ ਸੁਣਿਆ ਵੀ ਗੁਰੂ ਕੋਲ ਜਾਈਏ ਕੁਝ ਨਾ ਕੁਝ ਲੈ ਕੇ ਜਾਣਾ ਪੈਂਦਾ। ਵਿਚਾਰੇ ਨੇ ਉਹ ਹੀ ਘਾਹ ਦੀ ਪੜ ਲਈ, ਨਾਲ ਇੱਕ ਤਗਾ ਲਿਆ, ਤੁਰ ਪਿਆ। ਦੋ ਤੰਬੂ ਲੱਗੇ ਹੋਏ, ਇੱਕ ਬੰਨੇ ਜਹਾਂਗੀਰ ਬਾਦਸ਼ਾਹ ਦਾ ਤੇ ਇੱਕ ਬੰਨੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦਾ। ਜਾ ਕੇ ਜਹਾਂਗੀਰ ਦੇ ਤੰਬੂ ਅੱਜ ਸਾਹਮਣੇ ਖਲੋ ਕਹਿੰਦਾ ਸੱਚੇ ਪਾਤਸ਼ਾਹ ਨੂੰ ਮਿਲਣਾ। ਉਹਨਾਂ ਨੇ ਜਹਾਂਗੀਰ ਦੇ ਤੰਬੂ 'ਚ ਵਾੜਤਾ। ਉਹਨਾਂ ਕਿਹਾ ਸੱਚਾ ਪਾਤਸ਼ਾਹ ਤਾਂ ਸਾਡਾ ਜਹਾਂਗੀਰ ਹੀ ਹੈ। ਜਹਾਂਗੀਰ ਦੇ ਤੰਬੂ 'ਚ ਵੜ ਕੇ ਜਹਾਂਗੀਰ ਦੇ ਪੈਰਾਂ 'ਚ, ਮੈਂ ਪੈਰ ਲਾਉਂ ਤਾਂ ਬੋਲ ਰਿਹਾ, ਚਰਨ ਕੇਵਲ ਗੁਰੂ ਦੇ ਨੇ, ਚਾਹੇ ਬਾਦਸ਼ਾਹ ਹੋਵੇ ਚਾਹੇ ਜਨਾਮੀ, ਸਾਡੇ ਪੈਰ ਨੇ। ਜਹਾਂਗੀਰ ਦੇ ਪੈਰਾਂ 'ਚ ਘਾਹ ਦੀ ਪੰਡ ਰੱਖ ਕੇ ਦੋਵੇਂ ਹੱਥ ਜੋੜ ਕੇ ਸੱਚਾ ਪਾਤਸ਼ਾਹ ਮੇਰਾ ਜੰਮਣ ਮਰਨਾ ਕੱਟ ਦਿਓ। ਜਹਾਂਗੀਰ ਤੇ ਹੈਰਾਨ ਹੋ ਗਿਆ ਵੀ ਪਹਿਲੀ ਵਾਰ ਕਿਸੇ ਨੇ ਇਹੋ ਜਿਹੀ ਚੀਜ਼ ਮੇਰੇ ਕੋਲ ਮੰਨ ਕੇ ਮੰਗੀ ਹੈ। ਲੋਕੀ ਤੇ ਆਪਣੇ ਕਲੇਸ਼ ਦੁੱਖ ਤਕਲੀਫਾਂ ਲੈ ਕੇ ਆਉਂਦੇ ਨੇ, ਇਹ ਕਹਿੰਦਾ ਜੰਮਣ ਮਰਨਾ ਕੱਟ ਦਿਓ। ਸਮਝ ਉਹ ਵੀ ਗਿਆ ਵੀ ਹੈਗਾ ਸਿੱਖ ਹੈ ਗੁਰੂ ਦਾ, ਭੁਲੇਖੇ ਨਾਲ ਮੇਰੇ ਤੰਬੂ 'ਚ ਆ ਗਏ। ਹੁਣ ਸੁਣਿਓ ਗੱਲ, ਸਬਦਾ ਆਉਣ ਲੱਗਾ, ਧਿਆਨ ਨਾਲ ਸੁਣਿਓ ਸਾਖੀ ਨੂੰ। ਸੌਦਾ ਆਉਣ ਲੱਗਾ ਸਿੱਖ ਦੇ ਜ਼ਮੀਰ ਦਾ। ਜਹਾਂਗੀਰ ਕਹਿੰਦਾ ਵੀ ਜੇ ਭਲਾ ਮੈਂ ਤੇਰਾ ਸੱਚਾ ਪਾਤਸ਼ਾਹ ਨਾ ਹੋਵਾਂ ਤੇ? ਸਿੱਖ ਨੇ ਸੋਚਿਆ ਥੋੜ੍ਹਾ, ਕਦੇ ਬੋਲਣ ਲੱਗੇ, ਇੱਕ ਮਿੰਟ ਲਾਇਆ। ਜਿਹੜੇ ਸੱਚੇ ਹੁੰਦੇ ਨੇ ਉਹਨੂੰ ਸੋਚਣ ਦੀ ਲੋੜ ਨਹੀਂ, ਕੰਮ ਕਰ ਦਿੰਦੇ ਨੇ ਬਸ। ਅਤੇ ਜਿਹੜੇ ਬੰਦੇ ਸਵਾਰਥੀ ਹੁੰਦੇ ਉਹ ਪਹਿਲਾਂ ਜ਼ੋਰ ਘਟਾਓ ਕਰਦੇ। ਉਹ ਤਾਂ ਸੱਚ ਬੋਲਣ ਲੱਗਿਆ ਵੀ ਤੁਸੀਂ ਵੇਖਿਓ, ਬਹੁਤ ਵਾਰੀ ਸਾਨੂੰ ਪਤਾ ਹੁੰਦਾ ਆਹ ਗੱਲ ਸੱਚੀ ਹੈ, ਪਰ ਜ਼ੋਰ ਘਟਾਓ ਬੰਦਾ ਕਰਦਾ ਵੀ ਜੇ ਸੱਚ ਬੋਲੇ ਇੱਥੇ ਮੇਰਾ ਨੁਕਸਾਨ ਹੈ। ਉਦੋਂ ਬੋਲੂ ਜਦੋਂ ਮੈਂ ਨੁਕਸਾਨ ਤੋਂ ਬਸ, ਉਸ ਸੱਚ ਦਾ ਕੀ ਫਾਇਦਾ ਜੀ? ਜਦੋਂ ਬੰਦਾ ਡੋਬੀ ਜਾਏ ਫਿਰ ਉਹਨੂੰ ਬੇੜੀ ਦੀ ਲੋੜ ਹੈ? ਭਲਾ ਜਿਉਂਦੇ ਨੂੰ ਕਿਸ਼ਤੀ ਦੀ ਲੋੜ ਹੈ ਵੀ ਥੋੜ੍ਹਾ ਬਹੁਤਾ ਹੈ ਬਚ ਜਾਏ, ਬਾਅਦ 'ਚ ਕੀ ਲੋੜ? ਸਿੱਖ ਨੇ ਬੜੀ ਕਮਾਲ ਦੀ ਗੱਲ ਕੀਤੀ, ਉਹਦਾ ਜੇ ਮੈਂ ਤੇਰਾ ਸੱਚਾ ਪਾਤਸ਼ਾਹ ਨਾ ਹੋਵਾਂ ਤੇ? ਸਿੱਖਾਂ ਦਾ ਜੇ ਨਾ ਹੋਵੇ ਤੇ ਘਾਹ ਦੀ ਪੰਡ ਟਕਾ ਚੁੱਕ ਲਵਾਂਗਾ, ਜਿੱਥੇ ਸੱਚਾ ਪਾਤਸ਼ਾਹ ਆਉਂਦਾ ਜਾ ਕੇ ਚਰਨ 'ਚ ਰੱਖ ਦੇਵਾਂਗਾ। ਜਹਾਂਗੀਰ ਅੱਗੇ ਆਉਂਦਾ, ਤੈਨੂੰ ਪਤਾ ਮੈਂ ਕੌਣ? ਜਿਸ ਧਰਤੀ 'ਤੇ ਤੂੰ ਖਲੋਤਾ ਇਸ ਦੇਸ਼ ਦਾ ਮੈਂ ਮਾਲਕ ਹਾਂ, ਪਾਤਸ਼ਾਹ। ਕਹਿੰਦਾ ਜੀ ਫਿਰ? ਕਹਿੰਦਾ ਫਰਕ ਇਹ ਹੈ ਜੀ, ਤੁਸੀਂ ਇਸੇ ਧਰਤੀ ਦੇ ਮਾਲਕ ਹੋ, ਮੇਰਾ ਗੁਰੂ ਉਸੇ ਵੀ ਉਸ ਧਰਤੀ ਦੇ ਮਾਲਕ ਜਿਹੜੀ ਤੂੰ ਵੇਖੀ ਵੀ ਨਹੀਂ ਕਦੇ, ਕਿਉਂਕਿ ਸਾਡੇ ਆਗੂ ਜਵਾਬ ਆਗੂਆਂ ਨੂੰ ਜਵਾਬ ਦੇ ਸਕਦੇ ਆਪਾਂ ਗੱਲਾਂ ਦਾ? ਉਸੇ ਬੰਦਾ ਅੱਖਾਂ ਮੀਟ ਕੇ ਨਾਲ ਤੁਰ ਪੈਂਦਾ। ਪਤਾ ਨਹੀਂ ਹੁੰਦਾ ਵੀ ਇਸੇ ਸਰਪੰਚ ਨੇ ਪਿੰਡ ਦਾ ਬੇੜਾ ਗਰਕ ਕੀਤਾ ਹੁੰਦਾ, ਤੇ ਪਤਾ ਬੋਲਣਗੇ ਆਹ ਨੇਤਾ ਬੜਾ ਕਮਾਲ ਦਾ, ਬੱਲੇ 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 ਬੱਲੇ। ਆਪਣੇ ਕਲਾਕਾਰਾਂ ਨੇ ਕੀ ਕੁਝ ਬੋਲਿਆ ਹੁਣ ਤੁਸੀਂ ਵੇਖਿਆ ਨਾ ਇੰਟਰਨੈਟ ਤੇ, ਕਈ ਤਾਂ ਮੋੜਾ ਇਹਨੇ ਵਾਪਸ ਲਏ। ਮੀਡੀਆ ਬੜਾ ਤਗੜੀ ਚੀਜ਼ ਹੈ ਜੀ, ਮੀਡੀਆ ਕੰਨ ਮਰੋੜਦਾ ਇੱਦਾਂ, ਐਂ ਜਿਵੇਂ ਨਿਆਣੇ ਦਾ ਕੰਨ ਮਰੋੜ ਕੇ ਜੋ ਮਰਜ਼ੀ ਕਰਾ ਲਓ।
ਅੱਜ ਕੱਲ੍ਹ ਮੀਡੀਆ ਨਾ ਕੰਨ ਮਰੋੜ ਦਿੰਦਾ ਨਾਲ ਨਾਲ ਵੀ ਆ, ਉਹਨਾਂ ਨੂੰ ਪਤਾ ਵੀ ਸਾਡੇ ਥੀਏਟਰ ਖਾਲੀ ਹੋ ਗਏ, ਸਾਨੂੰ ਕਿਸੇ ਸੁਣਨਾ ਨਹੀਂ, ਉਹ ਮੁੜ ਕੇ ਅਗਲੇ ਦਿਨ ਹੀ ਮਾਰ ਕੇ ਸੁਣਾ ਦੂਜੇ ਬੰਨੇ ਹੋ ਗਏ। ਨਹੀਂ ਤਾਂ ਸੜਕਾਂ ਪੱਕੀਆਂ ਕਰਾ ਤੀਆਂ ਪੰਜਾਬ ਦੀਆਂ, ਪੰਜਾਬ ਚਾਹ ਹੋ ਗਿਆ ਵਿਚਾਰਾ ਕਿਸਾਨ ਮੰਡੀ 'ਤੇ ਨਾ ਹਰ ਬੰਦਾ ਆਪਣੀ ਚੀਜ਼ ਵੇਚਣ ਜਾਂਦਾ, ਕਿਸਾਨ ਸੁੱਟਣ ਜਾਂਦਾ ਵਿਚਾਰਾ ਮੰਡੀ 'ਚ, ਕਹਿੰਦਾ ਸੁੱਟ ਆਇਆ ਮੈਂ, ਪਤਾ ਨਹੀਂ ਉਹਦੀ ਕੀਮਤ ਕਦੋਂ ਪੈਣੀ ਹੈ, ਪਤਾ ਨਹੀਂ ਉਸ ਕਿਸਾਨ ਵਿੱਚੋਂ ਕਦੀ ਕੋਈ ਰੱਬ ਵੇਖੇਗਾ, ਜਿਹੜਾ ਵਿਚਾਰਾ ਬਜ਼ੁਰਗ ਵੇਖ ਰਿਹਾ ਅੱਖਾਂ ਤਾਂ ਚੁੱਕੇ ਵੀ ਕਦੋਂ ਆਏਗਾ ਏਸੀ ਕਾਰ 'ਚੋਂ ਨਿਕਲ ਕੇ ਬੰਦਾ ਇਸ ਇਹਦੀ ਕੀਮਤ ਲਾਉਣ ਵਾਸਤੇ। ਪੈਦਾ ਮੈਂ ਕੀਤੀ, ਕੀਮਤ ਉਹਨੇ ਲਾਉਣੀ ਹੈ, ਜਿੰਨੀ ਲਾ ਜੇ ਠੀਕ ਹੈ, ਨਾ ਲਾ ਜੇ ਤਾਂ ਵੀ ਠੀਕ ਹੈ, ਕਦੇ ਵੀ ਕਿਸੇ ਨੇ ਕਿਹਾ। ਖੈਰ ਉਸ ਕਿਸਾਨ ਉਸ ਵਾਹਿਗੁਰੂ ਉਸ ਗੁਰੂ ਕੇ ਸਿੱਖ ਨੇ ਗੱਲ ਕਹੀ, ਉਹ ਕਹਿਣ ਲੱਗਾ ਜਿੱਥੇ ਮੇਰਾ ਸੱਚਾ ਪਾਤਸ਼ਾਹ ਮਿਲੇਗਾ ਮੈਂ ਜਾ ਕੇ ਉੱਥੇ ਭੇਟ ਕਰ ਦੇਵਾਂਗਾ। ਉਹਨੇ ਕਿਹਾ ਗੁਰੂ ਕਾ ਸਿੱਖਾ ਆਪਣੇ ਮੂੰਹੋਂ ਬੋਲ, ਇਹ ਜਿਹੜੀ ਘਾਹ ਦੀ ਪਣ ਤੂੰ ਲੈ ਕੇ ਆਇਆ ਆਪਣੇ ਖੇਤਾਂ 'ਚੋਂ ਲਿਆਇਆ? ਕਹਿੰਦਾ ਨਹੀਂ, ਆਪਣੇ ਖੇਤਾਂ 'ਚੋਂ ਨਹੀਂ ਲਿਆਇਆ, ਕਿਸੇ ਦੇ ਖੇਤਾਂ 'ਚੋਂ ਵੱਢ ਕੇ ਲਿਆਇਆ। ਕਹਿੰਦਾ ਜ਼ਮੀਨ ਵੀ ਤੇਰੀ ਆਪਣੀ ਨਹੀਂ, ਆਪਣੇ ਮੂੰਹੋਂ ਬੋਲ, ਜਿੰਨੀ ਜ਼ਮੀਨ ਕਵੇਂ ਉੰਨੀ ਤੇਰੇ ਨਾਲ ਲਵਾ ਦੇਵਾਂਗਾ, ਜਿੰਨੇ ਪਿੰਡਾਂ ਦਾ ਮਾਮਲਾ ਕਹਿ ਤੇਰੇ ਨਾਲ ਲਵਾ ਦੇਵਾਂਗਾ, ਜੋ ਕਵੇਂ ਘੋੜੇ ਹਾਥੀ ਜੋ ਕਵੇਂ, ਪਰ ਆਹ ਘਾਹ ਦੀ ਪਣ ਤੇ ਟਕਾ ਮੇਰੇ ਅੱਗੇ, ਤੈਨੂੰ ਪਤਾ ਕਿਸੇ ਦੀ ਰੱਖੀ ਚੀਜ਼ ਹੁਣ ਤੁਹਾਡੇ ਘਰ ਮਹਿਮਾਨ ਆਵੇ ਸਮਾਨ ਰੱਖੋ ਖਾਣ ਲਈ, ਜਦੋਂ ਖਾਣ ਲੱਗੇ ਚੁੱਕੇ ਲੈ ਜਾਓ, ਵੀ ਤੇਰੇ ਲਈ ਨਹੀਂ ਹੈਗਾ, ਦੁਬਾਰਾ ਆਏਗਾ ਜੀ ਸਾਡੇ ਘਰੋਂ। ਉਹ ਹੱਥ ਪਾਉਣ ਲੱਗੇ, ਕਈ ਵਾਰੀ ਬੰਦਾ ਹੱਥ ਬਣਾਉਣ ਲੱਗਦਾ ਅਤੇ ਆਪਣਾ ਧਿਆਨ ਕਿਸੇ ਹੋਰ ਬੰਨ ਲੈਂਦਾ, ਬੰਦਾ ਆਪਣੀ ਬੇਇੱਜ਼ਤੀ 'ਚ ਮਹਿਸੂਸ ਕਰਦਾ। ਅੰਦਾਜ਼ਾ ਲਾ ਬਾਦਸ਼ਾਹ ਦੇ ਅੱਗੇ ਰੱਖੀ ਚੀਜ਼ ਚੁੱਕਣੀ ਕਿੱਡੀ ਵੱਡੀ ਧੁਮੀਨ ਹੈ, ਪਰ ਸਿੱਖ ਨੇ ਪਰਵਾਹ ਥੋੜ੍ਹਾ ਕੀਤੀ। ਕਹਿੰਦਾ ਨਹੀਂ ਜੀ, ਕਹਿੰਦਾ ਬਾਦਸ਼ਾਹ ਜੋ ਮਰਜ਼ੀ ਦੇ ਲੈ, ਇਹ ਘਾਹ ਦੀ ਪਣ ਮੇਰੇ ਮਾਲਕ ਦੇ ਘੋੜੇ ਵਾਸਤੇ ਹੈ ਅਤੇ ਇਹ ਟਕਾ ਉਹਨਾਂ ਦੇ ਪ੍ਰਚਾਰ ਪੰਡ ਵਾਸਤੇ। ਬੜਾ ਜ਼ੋਰ ਲਾਇਆ, ਨਹੀਂ ਮਨੀ ਗੱਲ, ਸਿੱਖ ਨੇ ਝਪਟ ਮਾਰ ਕੇ ਘਾਹ ਦੀ ਪਣ ਸਿਰ 'ਤੇ ਰੱਖੀ, ਟਕਾ ਚੁੱਕ ਕੇ ਤੁਰ ਪਿਆ। ਜਦੋਂ ਤੰਬੂ ਤੋਂ ਬਾਹਰ ਨਿਕਲਣ ਲੱਗਾ ਨਾ, ਤੰਬੂ ਦੇ ਦਰਵਾਜ਼ੇ ਦੇ ਕੇ ਖਲੋਤਾ ਸੀ ਨਾ, ਪਤਾ ਕੀ ਆਉਂਦਾ ਸਿੱਖ ਨੂੰ? ਕਹਿੰਦਾ ਤੂੰ ਬੜਾ ਚੱਲਦਾ ਹੈ ਵੀ, ਮੈਨੂੰ ਕਿਹਾ ਉਹਨਾਂ ਨੇ ਬਾਦਸ਼ਾਹ ਨੇ ਕਿ ਮੈਂ ਸੈਕਿੰਡ ਨਹੀਂ ਸੀ ਲਾਉਣਾ, ਇੱਕ ਮਿੰਟ ਵਿੱਚ ਕਹਿੰਦਾ ਮੈਂ ਘਾਹ ਦੀ ਪਣ 'ਤੇ ਟਕਾ ਰੱਖ ਕੇ ਸਭ ਕੁਝ। ਆਉਂਦਾ ਤੂੰ ਤਾਂ ਭਾਵੇਂ ਸਾਰੀ ਦੁਨੀਆਂ ਦਾ ਘਾਹ ਵੱਢ ਕੇ ਲੈ, ਤੈਨੂੰ ਤਾਂ ਵੀ ਨਹੀਂ ਕਹਿਣਾ ਉਹਨੇ, ਤੂੰ ਕੀ ਸੋਚ ਰਿਹਾ ਸੀ ਜਾਂਗੀਰ ਘਾਹ ਖਰੀਦ ਰਿਹਾ? ਭਲਿਆ ਜਿਹੜਾ ਦੇਸ਼ ਦਾ ਮਾਲਕ ਉਹਨੂੰ ਘਾਹ ਦੀ ਕੀ ਲੋੜ ਹੈ? ਕਹਿੰਦਾ ਫਿਰ ਕੀ ਖਰੀਦ ਰਿਹਾ ਸੀ? ਕਹਿੰਦਾ ਉਹ ਹਿਰਦਾ ਖਰੀਦ ਰਿਹਾ ਸੀ ਜਿੱਥੇ ਮੇਰਾ ਗੁਰੂ ਬੈਠਾ ਹੈ। ਜਿਸ ਹਿਰਦੇ ਵਿੱਚ ਗੁਰੂ ਬੈਠਾ ਉਸ ਹਿਰਦੇ ਦੀ ਕੀਮਤ ਲਾ ਰਿਹਾ ਸੀ। ਤੁਸੀਂ ਕੋਈ ਚੀਜ਼ ਖਰੀਦਣ ਜਾਓ ਜੀ, ਤੁਸੀਂ ਕੋਈ ਪਲਾਟ, ਕੋਈ ਜ਼ਮੀਨ, ਕੋਈ ਘਰ ਖਰੀਦਣ ਜਾਓ, ਗੱਡੀ ਖਰੀਦਣ ਜਾਓ, ਤੁਸੀਂ ਆਪਣੇ ਵੱਲੋਂ ਫੁੱਲ ਕੀਮਤ ਲਾ ਦਿਓ ਤੇ ਉਹ ਕਵੇ ਅਜੇ ਵੀ ਨਹੀਂ ਵੇਚਣੀ, ਇਹਦਾ ਅਰਥ ਤੁਸੀਂ ਖਰੀਦਣ 'ਚ ਫੇਲ ਹੋ ਗਏ। ਅੰਦਾਜ਼ਾ ਲਓ, ਦੇਸ਼ ਦਾ ਬਾਦਸ਼ਾਹ ਇੱਕ ਸਿੱਖ ਦਾ ਹਿਰਦਾ ਖਰੀਦ ਰਿਹਾ, ਸਾਰੀ ਬਾਦਸ਼ਾਹ ਦੇ ਕੇ ਸਿੱਖ ਦਾ ਹਿਰਦਾ ਨਹੀਂ ਖਰੀਦ ਸਕਿਆ। ਅੱਜ ਫਾਰਸੀ ਗੱਡੀਆਂ 'ਤੇ ਲਿਖਿਆ ਹੁੰਦਾ ਨਾ, ਤੁਰੇ ਜਾਓ, ਜਿਹੜੀ ਗੱਡੀ ਦੇ ਵਿੱਚ ਤੁਸੀਂ ਬੈਠੇ ਹੋ ਟੱਬਰ ਨਾਲ ਸਾਰੇ ਨਾਲ, ਉਹਨੂੰ ਕੋਈ ਪੁੱਛਣਾ ਹੋਊਗਾ ਜੀ ਕਿੰਨੇ ਦੀ ਹੈ? ਪੁੱਛ ਕੇ ਮਰਨਾ ਉਹਨੇ ਵੀ, ਭਲਿਆ ਟੱਬਰ ਮੇਰਾ ਵਿੱਚ ਬੈਠਾ, ਤੂੰ ਕਹਿੰਦਾ ਕਿੰਨੇ ਦੀ ਹੈ? ਮੈਂ ਵੇਚਣੀ ਥੋੜ੍ਹਾ, ਜਿਹੜੀਆਂ ਗੱਡੀਆਂ 'ਤੇ ਨਾਲ ਲਿਖ ਕੇ ਲਾਇਆ ਹੁੰਦਾ ਪਹਿਲਾਂ ਹੀ, ਉਹ ਵਿੱਚ ਪੁੱਛਣ ਜਾਂਦੇ ਹਾਂ ਆਪਾਂ। ਅੱਜ ਕੱਲ੍ਹ ਤਾਂ ਸੁੱਕਣਾ ਫੱਟੇ ਪਾ ਕੇ ਤੁਰਿਆ ਫਿਰਦਾ, ਮੈਨੂੰ ਖਰੀਦੋ। ਖਰੀਦੇ ਕਿਉਂ ਨਹੀਂ ਤੁਸੀਂ ਮੈਨੂੰ ਭਾਈ? ਫਰਕ ਵੇਖੋ ਸਾਧ ਸੰਗਤ, ਆਪ ਲਿਖ ਕੇ ਤੁਰੇ ਫਿਰਦੇ, ਮੈਨੂੰ ਖਰੀਦ ਲਓ ਭਾਈ, ਮੈਂ ਤਾਂ ਵਿੱਚ ਮੈਂ ਤਾਂ ਮਿਲਣ ਨੂੰ ਤਿਆਰ ਹਾਂ। ਢਾਈ ਨੂੰ ਦੇਸ਼ ਦਾ ਬਾਦਸ਼ਾਹ ਨਾ ਖਰੀਦ ਸਕਿਆ, ਢਾਈ ਨੂੰ ਢਾਈ ਤੁਰ ਪਿਆ ਅਤੇ ਢਾਈ ਨੂੰ ਪੁੱਛਿਆ, ਉਸਨੇ ਕਹਿਣ ਲੱਗਾ ਤੁਹਾਡੇ ਗੁਰੂ ਕੋਲ ਐਸਾ ਹੈ ਕਿ ਜਿਹੜਾ ਤੁਸੀਂ ਨਮਸਕਾਰ ਗੁਰੂ ਨੂੰ ਹੀ ਕਰਦੇ ਹੋ? ਭਾਈ ਗੁਰਦਾਸ ਦੀ ਪਹਿਲੀ ਪੌੜੀ, ਭਾਈ ਗੁਰਦਾਸ ਦੀ ਪਹਿਲੀ ਪੌੜੀ 'ਤੇ ਪਹਿਲੀ ਵਾਰ ਦੀ ਪਹਿਲੀ ਪੌੜੀ ਪੜ੍ਹ ਕੇ ਵੇਖੋ ਭਾਈ ਗੁਰਦਾਸ ਜੀ ਕੀ ਲਿਖਿਆ, ਨਮਸਕਾਰ ਗੁਰਦੇਵ ਕੋ। ਅਸੀਂ ਕਿਉਂ ਕਰਦੇ ਹਾਂ ਨਮਸਕਾਰ ਆਪਣੇ ਗੁਰੂ ਨੂੰ ਜੀ?
ਸਤਨਾਮ ਜਿਸ ਮੰਤਰ ਸੁਣਾਇਆ, ਜਿਹਨੇ ਸਾਨੂੰ ਸੱਤ ਦੀ ਵਿਚਾਰ ਸੁਣਾਈ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ, ਜੰਮਣ ਮਰਨ ਵਿੱਚ ਸੰਸਾਰ ਹੈ, ਇਹ ਸੰਸਾਰ ਜੰਮਣ ਮਰਨ ਵਿੱਚ ਹੈ, ਮੇਰਾ ਗੁਰੂ ਇਹਨਾਂ ਤੋਂ ਬਾਹਰ ਕੱਢ ਦੇ। ਸਿੱਖ ਜਾ ਕੇ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਤੇ ਕਾਹ ਦੀ ਪੰਨ ਤੇ ਟਕਾ ਰਿਹਾ, ਕਹਿੰਦਾ ਦਾਤਾ ਜਾਣ ਕੇ ਨਹੀਂ ਗਿਆ, ਗਲਤੀ ਨਾਲ ਤੁਹਾਡੇ ਭੁਲੇਖੇ ਜਹਾਂਗੀਰ ਦੇ ਤੰਬੂ ਜਾ ਵੜਿਆ। ਗੁਰੂ ਨੇ ਸਿੱਖ ਨੂੰ ਆਪਣੇ ਹਿਰਦੇ ਨਾਲ ਲਾਇਆ, ਉਹ ਗਲਤੀ ਨਾਲ ਗਿਆ, ਗਲਤੀ ਸਵੀਕਾਰ ਕਰ ਲਈ, ਅਸੀਂ ਜਾਣ ਵੱਧ ਕੇ ਜਾ ਰਹੇ ਹਾਂ, ਸਾਡੇ ਤੇ ਜਾਣ ਵੱਧ ਕੇ ਜਾ ਰਿਹਾ ਨਾ, ਪਤਾ ਵੀ ਹੁੰਦਾ ਵੀ ਗੁਰੂ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ। ਹੁਣ ਉਹ ਹਿਰਦਾ ਨਾ ਖਰੀਦ ਸਕਿਆ ਕਾਈ, ਕਾਈ ਦਾ ਉਹ ਜ਼ਮੀਰ ਨਾ ਖਰੀਦ ਸਕਿਆ ਦੇਸ਼ ਦਾ ਬਾਦਸ਼ਾਹ, ਜਿਸ ਹਿਰਦੇ ਵਿੱਚ ਗੁਰੂ ਦੀ ਵਿਚਾਰ ਹੋਵੇਗੀ। ਤਾਂ ਪਾਸ਼ ਨਾ ਕਿਹਾ ਕਿਤੇ ਲੱਗ ਲੱਗ ਜਾ, ਇੱਕ ਤੋਂ ਬਿਨਾਂ ਦੂਜੇ ਬੰਨੇ ਨਾ ਜਾ। ਮੇਰੇ ਮਨ ਏਕ ਸਿਉ ਚਿਤ ਲਾਏ, ਏਕ ਬਿਨ ਸਭ ਤੰਗ, ਇੱਕ ਤੋਂ ਬਿਨਾਂ ਸਭ ਧੰਦਾ ਹੋ ਰਿਹਾ, ਸਭ ਮਿਥਿਆ ਮੋਹ ਮਾਏ। ਸ਼ਬਦ ਦਾ ਪਹਿਲਾ ਬੰਦ, ਸਭੇ ਥੋਕ ਪ੍ਰਾਪਤ, ਥੋਕ ਸ਼ਬਦ। ਆਪਾਂ ਕੋਈ ਆਈਟਮ ਲੈਣ ਜਾਣੀ ਹੋਵੇ, ਕੋਈ ਵਸਤੂ 50 ਦੀ ਮਿਲਦੀ ਹੋਵੇ, 100 ਦੀ, ਆਪਾਂ ਥੋਕ 'ਤੇ ਲੈਣ ਜਾਣੀ ਹੋਵੇ ਨਾ, ਤਾਂ ਕਈ ਵਾਰੀ ਉਹ ਹਾਫ ਰੇਟ ਕਰਦਾ ਹੈ, ਵਿੱਚੋਂ ਕੁਝ ਪਰਸੈਂਟ ਲੈਸ ਕਰਦਾ ਵੀ ਆ ਤੂੰ ਥੋਕ 'ਚ ਲੈਣ ਆਇਆ ਮੇਰੇ ਕੋਲੋਂ। ਕਹਿੰਦਾ ਇੱਕ ਪਰਮੇਸ਼ਰ ਦਾ ਸਾਂਝ ਪਾਲਾ, ਦੁਨੀਆਂ ਦੇ ਪਦਾਰਥ ਥੋਕ ਵਿੱਚ ਹੀ ਮਿਲ ਜਾਣੇ ਤੈਨੂੰ, ਲਾਣਾ ਸੁੱਟਣ ਦੀ ਲੋੜ ਨਹੀਂ ਪਈ। ਫਰਕ ਵੇਖੋ, ਸਿੱਖ ਸੱਚ ਨਾਲ ਜੁੜਿਆ ਤਾਂ ਨਵਾਬੀ ਆਪ ਚੱਲ ਕੇ ਆਉਂਦੀ ਹੈ, ਸੱਚ ਨੂੰ ਪਿੱਠ ਦੇ ਬੈਠਿਆ ਤਾਂ ਨਵਾਬੀਆਂ ਬਦਲੇ ਲਾਲਾ ਸੁੱਟ ਦਿੱਤਾ ਹੈ। ਹਰ ਪ੍ਰਕਾਰ ਦਾ ਸਮਝੌਤਾ, ਸਭੇ ਥੋਕ ਪ੍ਰਾਪਤ, ਜੇ ਆਵੇ ਇੱਕ ਹੱਥ, ਜੇ ਇੱਕ ਹੱਥ ਵਿੱਚ ਆ ਜਾਏ ਸਭ ਕੁਝ ਮਿਲ ਗਿਆ। ਜਨਮ ਪਦਾਰਥ ਸਫਲ ਹੈ, ਇਹ ਜਨਮ ਦਾ ਪਦਾਰਥ, ਜ਼ਿੰਦਗੀ ਦਾ ਪਦਾਰਥ ਸਫਲ ਹੋ ਗਿਆ। ਕਦੋਂ? ਜੇ ਸੱਚਾ ਸ਼ਬਦ ਕਥ, ਜੇ ਸੱਚੇ ਸ਼ਬਦ ਨੂੰ ਕਥੀਏ, ਸੱਚ ਨਾਲ ਜੁੜੀਏ। ਗੁਰ ਤੇ ਮਹਿਲ ਪ੍ਰਾਪਤ, ਗੁਰੂ ਦੇ ਦੁਰਾਹੀ ਰੱਬ ਦੇ ਮਹਿਲ ਦੀ, ਸੱਚ ਦੇ ਮਹਿਲ ਦੀ ਪ੍ਰਾਪਤੀ ਹੁੰਦੀ ਹੈ। ਜਿਸ ਲਿਖਿਆ ਹੋਵੇ ਮਤ, ਮਤ ਦੇ ਉੱਤੇ ਲਿਖਣ ਦਾ ਅਰਥ ਕੀ ਹੈ? ਚੰਗੇ ਕਰਮ। ਹੁਣ ਜਦੋਂ ਬੱਚਾ ਜਨਮ ਲੈਂਦਾ, ਦਸਵੀਂ ਕਲਾਸ ਤੱਕ ਜਾਂਦਾ, ਅਸੀਂ ਬੱਚੇ ਨੂੰ ਪੁੱਛਦੇ ਹਾਂ, ਬੇਟਾ ਤੂੰ ਕਿਹੜਾ ਸਬਜੈਕਟ ਚੁਣਨਾ ਚਾਹੁੰਦਾ, ਤੂੰ ਕੀ ਬਣਨਾ ਚਾਹੁੰਦਾ? ਜਿੱਦਣ ਬੱਚਾ ਸਬਜੈਕਟ ਚੁਣ ਲੈਂਦਾ ਹੈ ਨਾ, ਉੱਧਰ ਫਿਰ ਉਸ ਵਿਸ਼ੇ ਦੀ ਪੜ੍ਹਾਈ ਕਰਦਾ, ਉਹਨੇ ਐਡਵੋਕੇਟ ਬਣਨਾ ਅਤੇ ਉਸ ਵਿਸ਼ੇ ਦੀ ਪੜ੍ਹਾਈ ਕਰੇਗਾ, ਡਾਕਟਰ ਬਣਨਾ ਉਸ ਵਿਸ਼ੇ, ਉਹ ਸਟੱਡੀ ਕਰੀ ਗਿਆ। ਜਿੱਦਣ ਡਾਕਟਰ ਬਣ ਗਿਆ, ਜਿੱਦਣ ਐਡਵੋਕੇਟ ਬਣ ਗਿਆ, ਜਿੱਦਣ ਜੱਜ ਬਣ ਗਿਆ, ਉਹਦੇ ਮਾਂ ਬਾਪ ਨੂੰ ਲੋਕ ਮਿਲਦੇ, ਕਹਿੰਦੇ ਤੁਹਾਡੀ ਕਿਸਮਤ ਬੜੀ ਤੇਜ਼, ਤੁਸੀਂ ਭਾਗਾਂ ਵਾਲੇ, ਤੁਹਾਡੇ ਭਾਗ ਜਾਗ ਗਏ। ਦੱਸੋ ਭਲਾ ਉਸ ਬੱਚੇ ਨੇ ਡਾਕਟਰ ਬਣਨ ਵਾਲੇ ਭਾਗ ਕਦੋਂ ਲਿਖੇ ਸੀ? ਜਦੋਂ ਅੱਧੀ ਅੱਧੀ ਰਾਤ ਉੱਠ ਕੇ ਪੜ੍ਹਦਾ ਸੀ। ਉਹ ਐਡਵੋਕੇਟ ਬਣਨ ਵਾਸਤੇ ਪੜ੍ਹਾਈ ਕਦੋਂ ਕੀਤੀ ਸੀ ਉਹਨੇ ਭਲਾ? ਪਿਛਲੇ ਦਿਨ ਬੋਲੋ ਜੀ। ਪੁਜਾਰੀ ਨੇ ਦੋਵਾਂ ਤਰੀਕਿਆਂ ਨਾਲ ਸਮਾਜ ਨੂੰ ਲੁੱਟਿਆ। ਜਿਹੜੇ ਲੋਕਾਂ ਦੇ ਘਰ ਅਮੀਰੀ ਸੀ ਉਹਨਾਂ ਨੂੰ ਕਿਹਾ, ਪਤਾ ਤੁਸੀਂ ਪਿੱਛੇ ਬੜੇ ਚੰਗੇ ਕਰਮ ਕਰਕੇ ਆਏ, ਦਾਨ ਪੁੰਨ ਬੜਾ ਕੀਤਾ ਤਾਂ ਤੁਹਾਨੂੰ ਅਮੀਰ ਪਰਿਵਾਰ ਮਿਲਿਆ, ਹੋਰ ਕਰ ਲਓ ਤਾਂ ਕਿ ਅੱਗਾ ਸਵਾਰ ਲਓ। ਉਹ ਵੀ ਪੁਜਾਰੀ ਦੀ ਸੇਵਾ ਕਰਦੇ। ਜਿਹਨਾਂ ਘਰ ਗਰੀਬੀ ਹੁੰਦੀ, ਪਤਾ ਪੁਜਾਰੀ ਉਹਨਾਂ ਨੂੰ ਕੀ ਕਹਿੰਦਾ? ਤੁਸੀਂ ਪਿੱਛੇ ਮਾੜੇ ਕਰਮ ਕੀਤੇ ਨੇ, ਬੜੇ ਮਾੜੇ ਕਰਮ ਕਰ ਰਹੇ, ਤੁਸੀਂ ਤੁਹਾਡੇ ਪਿੱਛੇ ਕਰਮ ਬੜੇ ਮਾੜੇ ਨੇ, ਇਸ ਕਰਕੇ ਤੁਹਾਨੂੰ ਸਜ਼ਾ ਮਿਲੀ ਹੈ, ਹੁਣ ਪੁੰਨ ਕਰ ਲਓ। ਉਹ ਫਿਰ ਵਿਚਾਰੇ ਪਤਾ ਕਰਦੇ, ਜਿਹੜੀ ਇੱਕ ਅੱਧੀ ਮੱਝ ਦਾ ਦੁੱਧ ਹੁੰਦਾ ਉਹ ਵੀ ਡੇਰੇ ਚੜ੍ਹਾਉਂਦੇ ਨੇ, ਇੱਥੇ ਖੁਸ਼ਕੀ ਫੇਰ ਉਦਾਂ ਰਹਿੰਦੀ। ਜੇ ਇਹੋ ਹੀ ਸਜ਼ਾ ਤਾਂ ਗੁਰੂ ਗੋਬਿੰਦ ਸਿੰਘ ਨੇ ਚਾਰੇ ਸਾਹਿਬਜ਼ਾਦ ਤੇ ਵਾਰ ਦਿੱਤੇ, ਪਿਛਲੇ ਕਰਮਾਂ ਦੀ ਸਜ਼ਾ ਮਿਲੀ ਸੀ। ਬੰਦਾ ਸਿੰਘ ਬਹਾਦਰ ਨੇ ਆਪਣੇ ਬੱਚੇ ਦਾ ਦਿਲ ਕਢਵਾ ਕੇ ਮੂੰਹ ਚ ਪਵਾ ਲਿਆ, ਪਿਛਲੇ ਕਰਮਾਂ ਦੀ ਸਜ਼ਾ ਸੀ? ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬੈਠ ਕੇ ਪਿਛਲੇ
ਭਾਗਾਂ ਵਾਲਿਆਂ ਦੇ ਸ਼ਰਾਰਤੀ ਕਿਸਮ ਦੇ ਲੋਕਾਂ ਨੇ ਸਾਡੇ ਵਿੱਚ ਗੁੰਮਰਾਹ ਕੋਨ ਪ੍ਰਚਾਰ ਕਰਿਆ। ਡਾਕਟਰ ਬਣ ਲਈ ਇਹ ਜਨਮ 'ਚ ਪੜ੍ਹਾਈ, ਟੀਚਰ ਬਣ ਲਈ ਇਹ ਜਨਮ 'ਚ ਪੜ੍ਹਾਈ, ਡਰਾ ਦਿੱਤਾ ਸਾਨੂੰ, ਡਰ ਗਏ ਅਸੀਂ। ਜੋ ਦੁਨੀਆਂ ਦਾ ਹਰ ਕੰਮ ਕਰ ਲਈ ਇਸੇ ਪੜ੍ਹਾਈ, ਤੁਸੀਂ ਇਹਨਾਂ ਬਾਹਰਲੀਆਂ ਕੰਟਰੀਆਂ 'ਚ ਬੈਠੇ ਹੋ, ਪਾਸਪੋਰਟ ਇੱਥੇ ਬਣਿਆ, ਪੜ੍ਹਾਈ ਇੱਥੇ ਕੀਤੀ, ਲੈਂਗੁਏਜ ਭਾਸ਼ਾ ਇੱਥੇ ਸਿੱਖੀ, ਪਿਛਲੇ ਜਨਮ 'ਚ ਨਹੀਂ ਸਿੱਖਿਆ ਆਪਾਂ, ਸਭ ਕੁਝ ਇੱਥੇ ਸਿੱਖਿਆ। ਪਰ ਸਾਡੇ ਨਾਲ ਜੋੜ ਦਿੱਤੀਆਂ ਐਸੀਆਂ ਕਹਾਣੀਆਂ, ਇੱਥੇ ਪਾਤਸ਼ਾਹ ਨੇ ਕੀ ਆਖਿਆ, ਜਦੋਂ ਬੰਦਾ ਉਸ ਵਿਸ਼ੇ ਦੀ ਪੜ੍ਹਾਈ ਕਰਦੇ ਨੂੰ ਬਣ ਲਿਆ, ਅੱਖਰ ਲਿਖੇ ਸਹੀ ਗਾਵਾਂ, ਅੱਖਰ ਲਿਖੇ ਸਹੀ ਗਾਵਾਂ, ਅਵਰ ਨਾ ਜਾਣਾ ਬਾਣੀ। ਜਦੋਂ ਬੰਦਾ ਉਸ ਵਿਸ਼ੇ ਦੀ ਸਟੱਡੀ ਕਰਦਾ ਹੈ, ਉਹ ਅੱਖਰ ਲਿਖਦਾ ਹੈ ਆਪਣੇ ਅੰਦਰ। ਹੁਣ ਮਕੈਨਿਕ ਜਿਹੜਾ ਗੱਡੀਆਂ ਦੀ ਰਿਪੇਅਰ ਕਰਦਾ, ਉਹ ਵੀ ਸਾਡੇ ਵਰਗਾ ਹੁੰਦਾ ਨਾ, ਪਰ ਸਾਨੂੰ ਗੱਡੀ ਬਾਰੇ ਉਹਨੀ ਨੌਲੇਜ ਜਿੰਨੀ ਉਹਨੂੰ ਨੌਲੇਜ, ਉਹ ਤਾਂ ਗੱਡੀ ਦੇ ਸਿਰਫ ਵਜਨ 'ਤੇ ਦੱਸਦਾ ਇਹ 'ਚ ਨੁਕਸਾਨ, ਸਾਨੂੰ ਨਹੀਂ ਸਮਝ ਆਈ, ਕਿਉਂਕਿ ਉਹਨੇ ਉਸ ਇੰਜਨ 'ਤੇ ਸਟੱਡੀ ਕੀਤੀ ਹੈ, ਰਿਸਰਚ ਕੀਤੀ ਹੈ, ਉਹਨੂੰ ਪਤਾ ਹੈ, ਉਹਦੇ ਇਕੱਲੇ ਇਕੱਲੇ ਪਾਰਟ ਬਾਰੇ ਨੌਲੇਜ ਹੈ ਉਹਨੂੰ, ਉਹਨੇ ਉਦੋਂ ਸਟੱਡੀ ਕੀਤੀ, ਅੱਖਰ ਲਿਖੇ ਸਹੀ ਗਾਵਾਂ, ਹੱਥ ਲਾਉਂਦਿਆਂ ਸਾਰੀ ਗੱਡੀ ਬਾਰੇ ਦੱਸ ਦਿੰਦਾ, ਸਾਨੂੰ ਨਹੀਂ ਸਮਝ ਲੱਗੀ, ਅੱਖਰ ਲਿਖੇ ਸਹੀ ਗਾਵਾਂ। ਡਾਕਟਰ ਵੀ ਸਾਡੇ ਵਰਗਾ ਹੀ ਹੁੰਦਾ, ਸਾਨੂੰ ਨਹੀਂ ਪਤਾ ਲੱਗਦਾ ਸਾਡੇ ਪੇਟ 'ਚ ਦਰਦ ਕਿਉਂ ਹੈ, ਪਰ ਡਾਕਟਰ ਵੇਖ ਕੇ ਦੱਸਦਾ ਤੈਨੂੰ ਆਹ ਪ੍ਰੋਬਲਮ ਹੈ, ਕਿਉਂ? ਕਿਉਂਕਿ ਉਹਨੇ ਅੱਖਰ ਲਿਖੇ ਨੇ, ਉਸ ਵਕਤ ਤੋਂ ਪੜ੍ਹਾਈ ਕੀਤੀ ਹੈ, ਅੱਜ ਗਾ ਰਿਹਾ, ਅੱਜ ਉਹਦੇ ਇੱਕ ਸਿਗਨੇਚਰ 'ਤੇ ਵੀ ਅਸੀਂ ਪੈਸੇ ਦੇ ਕੇ ਆਉਂਦੇ ਹਾਂ, ਵੀ ਦਵਾਈ ਦੇ ਦੋ ਮੈਡੀਸਨ ਦੇ ਨਾਂ ਲਿਖ ਕੇ ਦਿੱਤੇ ਨੇ ਸਾਨੂੰ, ਕਿਉਂ? ਇੱਕ ਬੰਦਾ ਫਿਜ਼ੀਕਲ ਸਰੀਰ ਤੌਰ 'ਤੇ 8 ਘੰਟੇ ਮਿਹਨਤ ਕਰਦਾ, ਉਹ ਵੀ ਨਹੀਂ ਉਨੀ ਕਮਾਈ ਕਰ ਸਕਦਾ, ਉਹ 10 ਮਿੰਟਾਂ 'ਚ ਉਨੀ ਕਮਾਈ ਕਰਦਾ, ਕਿਉਂ? ਕਿਉਂਕਿ ਉਹਨੇ ਮਿਹਨਤ ਕੀਤੀ, ਅੱਧੀ ਅੱਧੀ ਰਾਤ ਜਾ ਕੇ ਉਹਨੇ ਮਿਹਨਤ ਕੀਤੀ ਹੈ, ਸਟੱਡੀ ਕੀਤੀ ਹੈ, ਚਾਹੇ ਉਹ ਹੁਣ ਐਡਵੋਕੇਟ ਵੀ ਸਾਡੇ ਵਰਗੇ ਹੁੰਦਾ, ਉਹਦੇ ਕੋਲ ਆਪਾਂ ਸਲਾਹ ਲੈਣ ਜਾਂਦੇ ਹਾਂ, ਕਿਉਂਕਿ ਉਹਨੇ ਲਾਅ ਪੜ੍ਹਿਆ, ਕਾਨੂੰਨ ਪੜ੍ਹਿਆ, ਉਹਨੂੰ ਪਤਾ। ਜਦੋਂ ਅਸੀਂ ਬਾਣੀ ਇਹਨਾਂ ਸ਼ਬਦਾਂ ਨਾਲ ਸਮਝਾਂਗੇ ਨਾ, ਦੁਨੀਆਂ ਦੇ ਅੱਖਰ ਲਿਖੇ ਸਹੀ ਗਾਵਾਂ, ਅਵਰ ਨਾ ਜਾਣਾ, ਪਰ ਸਾਡੇ ਧਿਆਨ ਪੜ੍ਹ ਲਾਣੀ ਨੇ ਪਤਾ ਕੀ ਅਰਥ ਕੀਤੇ, ਵੀ ਅੱਖਰ ਲਿਖੇ ਸਹੀ ਗਾਵਾਂ, ਜਿੱਦਾਂ ਬਾਣੀ ਲਿਖੀ ਇੱਦਾਂ ਗਾਉਣੀ ਹੈ, ਜਿੱਦਾਂ ਲਿਖੀ ਇੱਦਾਂ ਹੀ ਗਾਉਣੀ ਹੈ, ਤੇ ਫਿਰ ਆਪਾਂ ਨੂੰ ਆਪਣੇ ਕੋਲੋਂ ਲਾਉਣ ਦੀ ਲੋੜ ਹੀ ਕੋਈ ਨਹੀਂ। ਸੋਚਿਆ ਸੋਚ, ਉੱਥੇ ਨੰਨਾ ਅੱਖਰ ਹੈ, ਨੰਨੇ ਨੂੰ ਕੋਈ ਮਾਤਰਾ ਲੱਗੀ ਸੀ, ਉੱਦਾਂ ਪੜ੍ਹੀਏ, ਸੋਚਿਆ ਸੋਚ ਨੰਨਾ ਨਾ ਹੋਵੇ, ਉੱਥੇ ਨੰਨ ਨੂੰ ਕੋਈ ਮਾਤਰਾ ਨਹੀਂ ਲੱਗੀ, ਪਰ ਆਪਾਂ ਨਾ ਪੜ੍ਹਦੇ ਹਾਂ। ਇੱਥੇ ਅੱਖਰ ਲਿਖੇ ਸਹੀ ਗਾਵਾਂ ਦਾ ਅਰਥ ਹੈ, ਉਹੋ ਹੀ ਬੰਦਾ ਕੰਮ ਕਰਦਾ ਜੋ ਉਹਦੀ ਸੁਰਤ ਵਿੱਚ ਵਿਚਾਰ ਬੈਠੇ ਹੁੰਦੇ ਨੇ, ਬੰਦਾ ਉੱਦਾਂ ਹੀ ਤੁਰਦਾ ਹੈ ਜਿੱਦਾਂ ਉਹਦੇ ਅੰਦਰ ਵਿਚਾਰ ਹੁੰਦੇ ਨੇ। ਇਸ ਕਰਕੇ ਗੁਰੂ ਕੋਲ ਆਣ ਕੇ ਵਿਚਾਰ ਚੰਗੇ ਬਣਾਉਣੇ ਨੇ, ਤਾਂ ਕਿ ਜੀਵਨ ਸਫਲ ਹੋ ਸਕੇ। ਸ਼ਬਦ ਦਾ ਦੂਸਰਾ ਬੰਦ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਹੁਣ ਇਹ ਸ਼ਬਦ ਨੂੰ ਜੋ ਰਹਾਉ ਦਾ ਬੰਦ 27 ਬਣਾ ਕੇ ਪੜ੍ਹਿਆ ਜਾਂਦਾ ਨਾ, ਜਿਹਦੇ ਘਰ ਪੋਤਰਾ ਹੁੰਦਾ ਨਾ, ਉਹਦਾ ਹੱਥ ਜਾਂਦਾ ਇੱਦਾਂ ਜੇਬ 'ਚ, ਉਹ ਕਹਿੰਦਾ ਲਓ ਵੀ ਲੱਖਾਂ ਖੁਸ਼ੀਆਂ ਆਪਾਂ ਨੂੰ ਤਾਂ ਮਿਲ ਗਈਆਂ, ਉਹ ਕਹਿੰਦਾ ਲੈ ਵੀ ਲੱਖਾਂ ਖੁਸ਼ੀਆਂ, ਇਹਦੇ ਅਰਥ ਇਹ ਨੇ ਪਤਾ, ਆ ਸੁਣਿਓ ਹੁਣ ਕੀ ਅਰਥ ਨੇ ਇਹਦੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ, ਹੇ ਗੁਰੂ ਤੇਰੀ ਨਜ਼ਰ ਦਾ ਜੇ ਮੈਂ ਪਾਤਰ ਬਣ ਜਾਵਾਂ, ਇਹੋ ਹੀ ਮੇਰੇ ਵਾਸਤੇ ਲੱਖਾਂ ਖੁਸ਼ੀਆਂ ਤੇ ਪਾਤਸ਼ਾਹੀਆਂ ਨੇ। ਸਮਝ ਆ ਗਈ, ਦੁਬਾਰਾ ਬੋਲੋ, ਹੇ ਗੁਰੂ ਤੇਰੀ ਨਜ਼ਰ ਦਾ ਮੈਂ ਪਾਤਰ। ਹੁਣ ਇੱਕ ਬੱਚਾ ਬਾਪ ਨੂੰ ਕਵੇ, ਬਾਪ ਕਵੇ ਮੈਂ ਤੈਨੂੰ ਆਹ ਵੀ ਦੇਣਾ, ਮੈਂ ਤੈਨੂੰ ਆਹ ਵੀ ਦੇਣਾ, ਤੇ ਬੱਚਾ ਕਵੇ ਬਾਪੂ ਮੈਨੂੰ ਕੁਝ ਨਹੀਂ ਚਾਹੀਦਾ, ਮੈਂ ਤੇਰੀਆਂ ਨਜ਼ਰਾਂ 'ਚ ਸਫਲ ਹੋਣਾ ਚਾਹੁੰਦਾ, ਤੇਰੀਆਂ ਨਜ਼ਰਾਂ 'ਚ ਬਾਪੂ ਮੈਂ ਪ੍ਰਵਾਨ ਹੋ ਜਾਣਾ, ਮੇਰੇ ਵਾਸਤੇ ਇਹੋ ਹੀ ਸਭ ਕੁਝ ਹੈ। ਰਾਜ ਲੀਲਾ ਤੇਰੇ ਨਾਮ ਬਣਾਈ, ਜਿਹੜੇ ਲੋਕ ਰਾਜ ਪਾਲ ਵਿੱਚੋਂ ਖੁਸ਼ੀ ਲੈਣਾ ਚਾਹੁੰਦੇ ਨੇ, ਮੈਨੂੰ ਤਾਂ ਤੇਰੇ ਨਾਮ 'ਚੋਂ ਹੀ ਉਹ ਖੁਸ਼ੀ ਮਿਲਦੀ ਹੈ। ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਜਿਹੜੇ ਲੋਕ ਜਿਵੇਂ ਕੋਈ MLA MP ਜਦੋਂ ਬਣਦਾ ਤਾਂ ਕਿੰਨੀ ਖੁਸ਼ੀ ਹੁੰਦੀ ਉਹਨੂੰ, ਜਿਹੜੇ ਲੋਕ ਉਹ ਖੁਸ਼ੀ ਮਾਣਦੇ ਨੇ, ਦਾਤਾ ਤੇਰੇ ਗੁਣ ਗਾ ਕੇ ਤੇ ਉਹਦੇ ਨਾਲੋਂ ਵੱਧ ਖੁਸ਼ੀ, ਤੇ ਮੈਨੂੰ ਮੈਂ ਖੁਸ਼ੀ 'ਚ ਉੱਦਾਂ ਹੀ ਰਹਿਣਾ। ਰਾਜ ਲੀਲਾ ਜਿਵੇਂ ਕੋਈ ਰਾਜਾ ਬਣ ਕੇ ਕੋਈ ਗੱਦੀ ਪ੍ਰਾਪਤ ਕਰਕੇ ਖੁਸ਼ ਹੁੰਦਾ ਨਾ,
ਉਹਦੇ ਨਾਲ ਵੱਧ ਖੁਸ਼ੀ ਤੇ ਮੈਨੂੰ ਉਦਾਂ ਹੀ ਰਹਿੰਦੀ ਹੈ। ਰਾਜ ਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ। ਜਿਹੜੇ ਲੋਕ ਜੋਗੀ ਜੋਗ ਜਿਹੜੇ ਜੋਗ ਸਾਧਨਾ ਕਰਕੇ ਖੁਸ਼ੀ ਲੈਣਾ ਚਾਹੁੰਦੇ ਸੀ, ਤੇਰੀ ਮੈਂ ਕੀਰਤੀ ਕਰਾਂ ਉਹਦੇ ਨਾਲ ਆਨੰਦ ਤੇ ਮੈਨੂੰ ਉਦਾਂ ਹੀ ਆਈ ਜਾਂਦਾ, ਮੈਨੂੰ ਕੁਝ ਕਰਨ ਦੀ ਲੋੜ ਹੀ ਨਹੀਂ। ਇੱਥੇ ਲਿਖਿਆ ਲੱਖ ਖੁਸ਼ੀਆਂ ਪਾਤਸ਼ਾਹੀ ਜੇ ਸਤ ਗੁਰ ਨਦਰ ਕਰੇ। ਅੱਛਾ, ਗੁਰੂ ਦੀ ਨਦਰ ਦਾ ਪਾਤਰ ਬਣਨ ਵਾਸਤੇ ਕੀ ਕਰਨਾ ਉਹਨੂੰ ਪਤਾ? ਬੋਲੋ ਜੀ, ਪਤਾ ਹੀ ਹੈ, ਸਿੱਧਾ ਕੰਮ ਹੈ ਜੀ। ਗੁਰੂ ਦੀ ਗੱਲ ਮੰਨਣੀ ਪਊ। ਪਰ ਬੰਦਾ ਬੜਾ ਚਲਾਕ, ਬਾਪੂ ਘਰ ਬੈਠਾ, ਬਾਪੂ ਨੂੰ ਜੋੜਾ ਵੀ ਵਧੀਆ ਲਿਆ ਦਿੰਦਾ, ਸੂਟ ਵੀ ਵਧੀਆ ਲਿਆ ਦਿੰਦਾ, ਖਾਣਾ ਵੀ ਵਧੀਆ ਦਿੰਦਾ। ਇੱਕ ਦਿਨ ਬਾਪੂ ਨੇ ਪੁੱਤ ਨੂੰ ਆਵਾਜ਼ ਮਾਰੀ, ਕਹਿੰਦਾ ਇੱਧਰ ਆ, ਤੂੰ ਮੈਨੂੰ ਮੇਰੀ ਵਰਦੀ ਵੀ ਪੂਰੀ ਵਧੀਆ ਲਿਆ ਦਿੰਦਾ, ਜੁੱਤੀ ਜੋੜਾ ਵਧੀਆ ਲਿਆ ਦਿੰਦਾ, ਪਰ ਮੇਰੀ ਇੱਕ ਗੱਲ ਮੰਨ, ਆ ਜਿਹਨਾਂ ਨਾਲ ਤੂੰ ਤੁਰਿਆ ਫਿਰਦਾ ਨਾ, ਇਹ ਬੰਦੇ ਚੰਗੇ ਨਹੀਂ ਪੁੱਤ। ਮੈਂ ਇਹਨਾਂ ਦੇ ਖਾਨਦਾਨ ਨੂੰ ਜਾਣਦਾ, ਪੁਰਾਣਿਆਂ ਤਾਂ ਪਤਾ, ਇਹ ਤਾਂ ਰੁੱਖ ਥੱਲੇ ਤੋਂ ਲੰਘ ਜਾਣ ਨਾ, ਮੁੜ ਕੇ ਰੁੱਖ ਨੂੰ ਫਲ ਵੀ ਨਹੀਂ ਲੱਗਦਾ, ਰੁੱਖ ਸੁੱਕ ਜਾਂਦਾ ਇਹਨਾਂ ਦਾ। ਇਹਨਾਂ ਦਾ ਬਜ਼ੁਰਗਾਂ ਨੂੰ ਪਤਾ ਹੁੰਦਾ ਨਾ ਵੀ ਕਿਹੜੇ ਬੰਦੇ ਕਿਸ ਕਿੱਦਾਂ ਦੇ ਵਿਹਾਰਦੇ ਨੇ, ਤਾਂ ਤੂੰ ਇਹਨਾਂ ਨਾਲ ਬਿਜ਼ਨਸ ਸਾਂਝਾ ਕਰਕੇ ਬੈਠਾ, ਤੂੰ ਇਹਨਾਂ ਨਾਲ ਸ਼ਰਾਬਾਂ ਪੀਣਾ। ਹੁਣ ਅੱਗੇ ਬੱਚਾ ਕੀ ਬੋਲਦਾ, ਕਹਿੰਦਾ ਬਾਪੂ ਜੀ ਕੱਪੜਾ ਮਿਲੇਗਾ ਇੱਕ ਨੰਬਰ ਦਾ ਤੁਹਾਨੂੰ ਪਾਉਣ ਲਈ, ਖਾਣਾ ਮਿਲੇਗਾ ਵਧੀਆ, ਜੁੱਤੀ ਜੋੜਾ ਮਿਲੇਗਾ ਵਧੀਆ, ਸਭ ਕੁਝ ਮਿਲੂ, ਪਰ ਤੁਹਾਨੂੰ ਕੋਈ ਹੱਕ ਨਹੀਂ ਕਿ ਮੇਰੀ ਨਿੱਜੀ ਜ਼ਿੰਦਗੀ ਵਿੱਚ ਤੁਸੀਂ ਦਖਲ ਦਿਓ। ਮੈਂ ਕਿੱਥੇ ਜਾਵਾਂ, ਕਿੱਥੇ ਨਾ ਜਾਵਾਂ, ਕਿਹਨੂੰ ਮਿਲਾਂ, ਕਿਹਨੂੰ ਨਾ ਮਿਲਾਂ, ਕੀ ਪੀਵਾਂ, ਕੀ ਨਾ ਪੀਵਾਂ, ਕਿਹਦੇ ਨਾਲ ਬਿਜ਼ਨਸ ਸਾਂਝਾ ਕਰਾਂ, ਕਿਹਦੇ ਨਾਲ ਨਾ ਕਰਾਂ, ਇਹਦੇ ਵਿੱਚ ਤੁਹਾਨੂੰ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ। ਕਿਉਂ ਸਾਧ ਸੰਗਤ, ਐਸਾ ਬੱਚਾ ਬਾਪ ਨੂੰ ਚੰਗਾ ਲੱਗੂ? ਢਿੱਲੇ ਜੇ ਬੋਲੇ ਜੇ, ਮੈਂ ਕਿਹਾ ਹੋ ਸਕਦਾ ਚੰਗਾ ਲੱਗੂ? ਤੇ ਕੀ ਭਲਾ ਸਿੱਖ ਨੀ ਗੁਰੂ ਗ੍ਰੰਥ ਸਾਹਿਬ ਜੋ ਕਿਸੇ ਨੇ ਗੱਲ ਕਹਿ ਰਿਹਾ? ਮਹਾਰਾਜ ਪੁੱਤਰ ਦਾ ਕਰਨਾ ਵਿਆਹ, ਮਹਾਰਾਜ ਕਹਿੰਦੇ ਸ਼ਰਾਬ ਨਾ ਪੀ, ਕਹਿੰਦੇ ਸ਼ਰਾਬ ਤੂੰ ਪਿਓਣੀ, ਤੈਨੂੰ ਰੁਮਾਲਾ ਵਧੀਆ ਮਿਲੂ। ਫਲਾਣਿਆਂ ਘਰ ਤੁਹਾਨੂੰ ਲੈ ਕੇ ਗਏ ਸੀ ਨਾ, ਉਹਨਾਂ 200 ਦਾ ਦਿੱਤਾ ਸੀ, ਮੈਂ 500 ਦਾ ਚਲਾਉਂ। ਫਲਾਣੇ ਚੌਰ ਨੂੰ ਨਹੀਂ ਦਿੱਤਾ, ਮੈਂ ਚੌਰ ਵੀ ਚਲਾਉਂ। ਫਲਾਣੇ ਆਹ ਵੀ ਨਹੀਂ ਦਿੱਤਾ, ਆਹ ਵੀ ਨਾਲ ਲੈ ਕੇ ਦਿਓ, ਤੁਹਾਨੂੰ ਸਭ ਕੁਝ ਵਧੀਆ ਮਿਲੇਗਾ, ਰੁਮਾਲਾ ਤੁਹਾਡੇ ਲਈ ਵਧੀਆ, ਚੌਰ ਤੁਹਾਡੇ ਲਈ ਵਧੀਆ, ਹਰ ਇੱਕ ਚੀਜ਼ ਤੁਹਾਡੇ ਲਈ ਪੂਰੀ ਹੋਏਗੀ, ਪਰ ਮਹਾਰਾਜ ਤੁਹਾਨੂੰ ਕੋਈ ਹੱਕ ਨਹੀਂ ਮੇਰੀ ਨਿੱਜੀ ਜ਼ਿੰਦਗੀ ਵਿੱਚ ਦਖਲ ਦਿਓ। ਮੈਂ ਕਿਹਨੂੰ ਮਿਲਾਂ, ਕਿਹਨੂੰ ਨਾ ਮਿਲਾਂ, ਕੀ ਖਾਵਾਂ, ਕੀ ਨਾ ਖਾਵਾਂ, ਕੀ ਪੀਵਾਂ, ਕੀ ਨਾ ਪੀਵਾਂ, ਤੁਹਾਨੂੰ ਕੋਈ ਹੱਕ ਨਹੀਂ ਮੈਨੂੰ ਕਹਿਣ ਦਾ। ਕਿਉਂ ਜੀ, ਅਜੋਕਾ ਸਿੱਖ ਇਹ ਗੱਲ ਗੁਰੂ ਨੂੰ ਕਹਿ ਰਿਹਾ ਕਿ ਨਹੀਂ ਕਹਿ ਰਿਹਾ ਜੀ? ਸ਼ੁਕਰ ਹੈ ਮੰਨ ਗਏ ਜੀ, ਭੈਣਾਂ ਘੱਟ ਬੋਲੀਆਂ, ਕਹਿ ਦੋ ਮੰਨ ਲਓ ਵੀ ਕਹਿ ਰਹੇ ਅਸੀਂ ਗੱਲ, ਸਿੱਧਾ ਨਹੀਂ ਕਹਿੰਦੇ ਪਰ ਮਤਲਬ ਤਾਂ ਇਹੋ ਹੀ ਹੈ। ਅਸੀਂ ਰੁਮਾਲਾ ਵਧੀਆ ਚੜਾਉਂਦੇ ਹਾਂ, ਹਰ ਇੱਕ ਚੀਜ਼ ਵਧੀਆ ਦਿੰਦੇ ਹਾਂ, ਜਦੋਂ ਗੱਲ ਮੰਨਣ ਦੀ ਗੱਲ ਆਉਂਦੀ ਹੈ ਉਦੋਂ ਬਾਬੇ ਚੱਲ ਜਾਂਦੇ। ਬਾਬਾ ਜੀ ਨੇ ਇੰਜ ਕਿਹਾ, ਕਦੀ ਇਸ ਬਹੁਤੇ ਤੇ ਮਾਫ ਕਰਨਾ, ਗੁੱਸਾ ਨਾ ਮਨਾਇਓ, ਸਾਡੀ ਕੌਮ 'ਚ ਇੱਕ ਨਵੀਂ ਬਿਮਾਰੀ ਚੱਲ ਪਈ, ਬਹੁਤੇ ਰਾਜੀ ਪ੍ਰਚਾਰਕ ਵੀ ਕਥਾ ਕਰਦੇ ਹੋਏ। ਬਾਬਾ ਜੀ ਇੰਜ ਕਿਹਾ ਕਰਦੇ ਸਨ ਵੀ ਬਾਬੇ ਨੇ ਉਹ ਗ੍ਰੰਥ ਲਿਖਿਆ ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਲਿਖ ਕੇ ਦਿੱਤਾ, ਇਹਦੀ ਵੀ ਗੱਲ ਕਰ ਲਓ। ਬਾਬਾ ਜੀ ਇੰਜ ਫਰਮਾਉਂਦੇ ਹੁੰਦੇ ਸੀ, ਪਤਾ ਨਹੀਂ ਰੱਬ ਜਾਣੇ ਉਹ ਕਿਹੜੇ ਗ੍ਰੰਥ ਫਰਮਾਉਂਦੇ ਰਹੇ, ਫਰਮ ਗਏ ਅਜੇ ਤੱਕ ਫਰਮੀ ਜਾਂਦੇ ਨੇ ਵੀ ਏਡਾ ਵੱਡਾ ਸਾਡੇ ਕੋਲ ਮਹਾਰਾਜ ਦੀ ਬਾਣੀ ਪੀ, ਇਹਦਾ ਵੀ ਨਾਂ ਲੈ ਲਓ। ਪਰ ਸਾਡੇ ਲੋਕ ਬੈਠੇ ਸੁਣੀ ਜਾਂਦੇ ਨੇ, ਨਾ ਤੁਸੀਂ ਪੁੱਛਣ ਜਾਣਾ ਬਾਬਾ ਜੀ ਕੀ ਫਰਮਾਉਂਦੇ ਸਨ, ਪੁੱਛੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੋ। ਮਾਫ ਕਰਨਾ, ਸਿਆਣੇ ਬਣ ਜਾਓ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨ ਵਾਲੇ ਇੰਨੇ ਸਿਆਣੇ ਬਣ ਜਾਓ, ਕੋਈ ਰਾਗੀ ਪ੍ਰਚਾਰਕ ਬੋਲੇ ਉਹਨੂੰ ਪੁੱਛਣ ਦੀ ਤਾਕਤ ਰੱਖੋ। ਭਾਈ ਆ ਗੱਲ ਕਿੱਥੋਂ ਸੁਣਾਈ ਤੂੰ, ਬਾਣੀ 'ਚ ਲਿਖੀ ਹੈ ਕਿ ਨਹੀਂ ਲਿਖੀ? ਹੁਣ ਪਾਤਸ਼ਾਹ ਕੀ ਕਹਿੰਦੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ। ਹੇ ਗੁਰੂ, ਮੈਂ ਤੇਰੀ ਨਦਰ ਦਾ ਪਾਤਰ ਬਣ ਜਾਵਾਂ, ਮੇਰੇ ਵਾਸਤੇ ਇਹੋ ਲੱਖਾਂ ਖੁਸ਼ੀਆਂ ਦੇ ਪਾਤਸ਼ਾਹੀਆਂ ਨੇ।
ਨਿਮਖ ਏਕ ਹਰ ਨਾਮ ਦੇ, ਨਿਮਖ ਮਾਤਰ ਵੀ ਮੈਨੂੰ ਤੁਹਾਡੀ ਵਿਚਾਰ ਮਿਲ ਗਿਆ, ਮੇਰਾ ਮਨ ਤਨ ਸੀਤਲ ਹੋਏ, ਮੇਰਾ ਮਨ ਵੀ ਠੰਡਾ ਤੇ ਮੇਰਾ ਤਨ ਵੀ ਠੰਡਾ। ਜਿਸ ਕੋ ਪੂਰਬ ਲਿਖਿਆ, ਪੂਰਬ ਪੂਰਬਲਾ ਕਰਮ, 5 ਸੈਕਿੰਡ ਪਹਿਲਾਂ ਕੀਤਾ ਹੋਇਆ ਕਰਮ ਤੁਹਾਡੇ ਲਈ ਪੂਰਬਲਾ ਕਰਮ ਹੈ। 5 ਸੈਕਿੰਡ ਪਹਿਲਾਂ ਕੀਤਾ ਹੋਇਆ ਤੁਹਾਡੇ ਲਈ ਕਰਮ ਪੂਰਬਲਾ ਕਰਮ। ਸਿੱਧੀਆਂ ਗੱਲਾਂ ਨੇ, ਗੁਰਮਤ ਕੋ ਵਾਲ ਫਰੇਬ ਥੋੜਾ। ਜਿਵੇਂ ਡਾਕਟਰ ਬਣਨ ਲਈ ਮਿਹਨਤ ਕੀਤੀ, ਐਡਵੋਕੇਟ ਬਣਨ ਲਈ, ਸਕੂਲ ਟੀਚਰ ਬਣਨ ਲਈ ਮਿਹਨਤ ਕੀਤੀ, ਤੇ ਉਹਦੇ ਬੱਚਿਆਂ ਨੇ ਵੇਖ ਕੇ ਲੋਕ ਕਹਿੰਦੇ ਤੁਹਾਡੇ ਪੂਰਬਲੇ ਕਰਮ ਜਾਗੇ, ਜਦੋਂ ਪੜ੍ਹਾਈ ਕਰ ਰਿਹਾ ਸੀ ਉਹ ਕਰਮ ਅੱਜ ਪੂਰਬਲਾ ਬਣ ਗਿਆ। ਮੱਝ ਨੂੰ ਪੱਠੇ ਪਾਏ, ਦੁੱਧ ਵੱਧ ਦਿੱਤਾ, ਦੁੱਧ ਵੱਧ ਵੇਚਿਆ, 4 ਪੈਸੇ ਘਰ ਆਏ, ਕਹਿੰਦੇ ਪੂਰਬਲੇ ਕਰਮ ਜਾਗੇ ਤੁਹਾਡੇ, ਕਿਉਂਕਿ ਮੱਝ ਨੂੰ ਪੱਠੇ ਕੱਲ੍ਹ ਪਾਏ ਚੰਗੇ, ਅੱਜ ਦੁੱਧ ਦਿੱਤਾ। ਸਿੱਧੀ ਗੱਲ ਹੈ, ਬਾਣੀ ਕੋ ਜੋ ਸਾਡੇ ਬਣਾ ਤਾ, ਹੋਰ ਹੀ ਕਹਾਣੀਆਂ। ਜਿਸ ਕੋ ਪੂਰਬ ਲਿਖਿਆ, ਜਿਹਨਾਂ ਬੱਚਿਆਂ ਨੇ ਮਾਂ ਕੋਲੋਂ ਸਿੱਖਿਆ ਲੈ ਲਈ, ਜਿਹਨਾਂ ਮਾਵਾਂ ਨੇ ਬੱਚਿਆਂ ਨੂੰ ਸਿੱਖਿਆ ਦਿੱਤੀ, 3 ਸਤਿਗੁਰ ਚਰਨ ਗਏ, ਉਹਨਾਂ ਨੇ ਗੁਰੂ ਦੇ ਚਰਨ ਪੜ੍ਹ ਲਏ, ਗੁਰੂ ਨਾਲ ਸਾਂਝ ਪਾ ਲਈ। ਜਿਸ ਕੋ ਪੂਰਬ ਲਿਖਿਆ, 3 ਸਤਿਗੁਰ ਚਰਨ ਗਏ, ਉਹਨਾਂ ਨੇ ਗੁਰੂ ਦੇ ਚਰਨ ਫੜ ਲਏ। ਸਫਲ ਮਹੂਰਤ, ਮਹੂਰਤ ਇਹ ਸ਼ਬਦ ਜਦੋਂ ਤੱਤੇ ਨੂੰ ਸਿਹਾਰੀ ਆਵੇ ਉਦੋਂ ਬਣ ਜਾਂਦਾ ਹੈ ਸ਼ਕਲ ਵਾਸਤੇ, ਅਕਾਲ ਮੂਰਤ। ਜਦੋਂ ਤੱਤੇ ਨੂੰ ਔਂਕੜ ਆਵੇ ਉਦੋਂ ਇਹਦਾ ਅਰਥ ਬਣ ਜਾਂਦਾ ਹੈ ਮੂਰਤ, ਸਮਾਂ। ਜਿਵੇਂ ਆਪਾਂ ਕਹਿੰਦੇ ਮੂਰਤ ਕਢਾ ਲਓ, ਆਹ ਸ਼ਬਦ ਪੜ੍ਹ ਲਓ, ਮੂਰਤ ਕਢਾਉਣ ਦੀ ਲੋੜ ਨਹੀਂ ਜੋਤਸ਼ੀਆਂ ਕੋਲੋਂ, ਪਰ ਸਾਡੇ ਲੋਕ ਜਾਂਦੇ ਮੂਰਤ ਕਢਾਉਣ ਵਾਸਤੇ। ਕਿੰਨੀਆਂ ਗਿਆ ਮੈਂ, ਕਿੰਨੀਆਂ ਗੱਡੀ ਲੈਣ ਚਲੇ ਜਾ ਟੱਬਰ ਇੱਕ ਨਵੀਂ, ਸ਼ਨੀਵਾਰ ਘਰ ਵਾਲਾ ਕਹਿੰਦਾ ਅੱਜ ਨਹੀਂ ਜਾਣਾ, ਸ਼ਨੀਵਾਰ ਲੋਹਾ ਨਹੀਂ ਲਿਆਈਦਾ। ਬੁੱਧਵਾਰ ਲਿਆਇਆ, ਪਹਿਲੀ ਵਾਰ ਗੱਡੀ ਲਈ, ਨੱਪਣੀ ਬ੍ਰੇਕ ਸੀ, ਨੱਬ ਟੈਕਸੀਲੇਟਰ ਕੰਧ 'ਚ ਮਾਰ ਕੇ ਆਉਂਦਿਆਂ ਭੰਗ ਲਈ। ਘਰ ਵਾਲੀ ਕਹਿੰਦੀ ਤੂੰ ਤੇ ਬੁੱਧਵਾਰ ਲੈਣ ਗਿਆ ਸੀ ਤਾਂ ਵੀ ਭੱਜ ਗਈ। ਗੱਡੀ ਨੂੰ ਥੋੜਾ ਪਤਾ ਬੁੱਧਵਾਰ ਦਾ, ਉਦੋਂ ਸਿੱਖਾਂ ਨੂੰ ਪਤਾ ਲੱਗ ਗਿਆ ਬੁੱਧ ਤੇ ਕੰਮ ਸ਼ੁੱਧ। ਗੱਡੀ ਨੂੰ ਥੋੜਾ ਪਤਾ ਐਕਸੀਡੈਂਟ ਨੱਪਿਆ ਉਹ ਤੇ ਭਾਵੇਂ ਬੁੱਧਵਾਰ ਹੋਵੇ, ਉਹਦੇ ਵੱਧ ਜਾਣੀ ਭਾਈ। ਤੁਸੀਂ ਕਦੇ ਨਾ ਇੰਡੀਆ ਫੋਨ ਕਰਕੇ ਪੁੱਛਿਓ, ਸ਼ਨੀਵਾਰ ਨਾ ਏਜੰਸੀਆਂ 'ਤੇ ਬਹੁਤ ਲੋਕ ਵਿਹਲੇ ਬੈਠੇ ਹੁੰਦੇ ਨੇ, ਸ਼ਨੀਵਾਰ ਵਿਚਾਰੇ ਡੀਕਦੇ ਰਹਿੰਦੇ ਨੇ, ਆਉਂਦਾ ਬਹੁਤ ਲੋਕ ਘੱਟ ਆਉਂਦੇ। ਉਹਦੇ ਨਾਲ ਸਕੀਮ ਵੀ ਦੇਦੇ ਨਾ ਵੀ ਅੱਜ 1,00,000 ਰੁਪਈਆ ਨਾਲ ਅਸੀਂ ਆਪਣੇ ਵੱਲੋਂ ਦੇਣਾ। ਨਹੀਂ ਲੈਣਾ ਜੀ, ਬਾਬਾ ਜੀ ਨੇ ਕਿਹਾ ਸ਼ਨੀਵਾਰ ਨਹੀਂ ਗੱਡੀ ਖਰੀਦਣੀ। ਬੁੱਧਵਾਰ ਭਾਵੇਂ 1,00,000 ਰੁਪਈਆ ਮਹਿੰਗੀ ਹੋਵੇ, ਬੁੱਧ ਤੇ ਕੰਮ ਸ਼ਬਦ, ਦਿਨ ਵੀ ਅਸੀਂ ਬਣਾ ਲਿਆ ਆਪਣੇ ਆਪਣੇ। ਬਾਣੀ ਕਿਹਾ ਜੀ, ਸੁਣਿਓ ਗੱਲ, ਸਫਲ ਮਹੂਰਤ ਸਫਲਾ ਖੜੀ। ਵੈਸੇ ਆ ਬਾਹਰਲੇ ਸਿੱਖ ਅੱਜ ਕੱਲ੍ਹ ਤੋਂ ਵਜੇ ਜੀ, ਅਜੇ ਤੱਕ ਪਤਾ ਕਿਹੜੀ ਗੱਲ, ਉਦੋਂ ਟਰੱਕਾਂ ਮਗਰ ਨਾ ਮੈਂ ਕਨੇਡਾ ਵੇਖਿਆ ਨਾ ਮੈਂ ਅਮੈਰੀਕਾ ਵੇਖਿਆ, ਇੱਥੇ ਆਹ ਚੀਜ਼ ਤੇ ਨਹੀਂ ਤੁਸੀਂ ਇਹਦੇ ਲਿਖੀ, ਤੇ ਲਿਖਿਓ ਵੀ ਨਾ ਬੱਚੇ ਦੇ ਉੱਪਰ, ਕਿਹੜੀ ਬੁਰੀ ਨਜ਼ਰ ਵਾਲੇ ਤੇਰਾ। ਉੱਥੇ ਜੇ ਨਾ ਬਾਡੀ ਬਾਂਡੀ ਹੁੰਦੀ ਉੱਥੇ ਲਿਖਾ ਆਉਂਦੇ ਨੇ, ਇਹਨੂੰ ਚੱਲ ਤੇ ਲੈ ਲੈਣ ਦੋ ਪਹਿਲਾਂ, ਇੱਥੇ ਖਲੋਤੀ ਨੂੰ ਕੌਣ ਨਜ਼ਰ ਲਾ ਚੱਲਿਆ। ਸਾਡੀ ਆਦਤ ਵੇਖੋ, ਅਸੀਂ ਗੱਡੀਆਂ ਵਿੱਚ ਅਸੀਂ ਇੱਕ ਚੀਜ਼ 'ਤੇ ਥੋੜ੍ਹਾ ਖਲੋਨੇ ਹਾਂ, ਪਹਿਲਾਂ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਫਿਰ ਵੀ ਗੱਲ ਨਹੀਂ ਬਣੀ, ਫਿਰ ਜੁੱਤੀ ਲੱਭਦੇ ਆ ਦਾਦੇ ਦੀ ਟੁੱਟੀ, ਉਹ 'ਚ ਮੋਰੀ ਕਰਕੇ ਥੱਲੇ ਗੱਡੀ 'ਤੇ ਟੰਗਦੇ ਆ, ਐਂ ਹਿਲਦੀ ਜਾਂਦੀ, ਫਿਰ ਇਹ ਯਕੀਨ ਨਹੀਂ, ਫਿਰ ਨਿੰਬੂ 'ਚ ਮਿਰਚਾਂ ਪਰਾਉਂਦੇ ਆ, ਫਿਰ ਅੰਦਰ ਟੰਗਦੇ, ਅੰਦਰ ਬੂਟਾ ਹੀ ਲਾ ਲਓ ਨਿੰਬੂ ਦਾ, ਕੰਮ ਹੀ ਨਿਬੇੜੋ, ਗਮਲਾ ਰੱਖ ਲਓ ਅੰਦਰ, ਇੱਕ ਬੰਨੇ ਮਿਰਚਾਂ ਨਾ ਰੱਖ ਲਓ। ਅਜੇ ਤੱਕ ਇਹ ਸੁਣਿਆ ਵੀ ਮਿਰਚਾਂ ਖਾਓ ਕੁਝ ਵਿਟਾਮਿਨ ਮਿਲਦੇ ਹੋਣਗੇ, ਤੁਸੀਂ ਨਿੰਬੂ ਪੀਓ ਕੁਝ ਤੁਹਾਨੂੰ ਚੋਂ ਵਿਟਾਮਿਨ ਕੁਝ ਮਿਲੇਗਾ, ਇਹ ਵੀ ਗੱਲ ਮੰਨਣਗੇ, ਪਰ ਟੰਗੀਆਂ ਪਤਾ ਨਹੀਂ ਰੱਬ ਜਾਣੇ ਕੀ ਮਿਲਦਾ। ਸਾਡੇ ਕਾਲਜ ਨਾ ਉੱਥੇ ਇੱਕ ਗਰੀਬ ਪਰਿਵਾਰ ਦਾ ਬੱਚਾ ਸੀ, ਲਾਗੇ ਰਹਿੰਦਾ ਤੇ ਪਤੰਗ ਉਡਾਉਂਦਾ ਡਿੱਗ ਪਿਆ, ਉਹਦੇ ਇੱਥੇ ਮੱਥੇ 'ਤੇ ਚੋਟ ਵੱਜ ਗਈ, ਬਈਆਂ ਦਾ ਬੇਟਾ ਸੀ, ਕੰਮ ਕਰਦੇ ਸੀ ਕਿਸੇ ਦੇ ਘਰ, ਅਸੀਂ ਕਾਲਜ ਦੇ ਬਾਹਰ ਵਾਲੇ ਫਿਰ ਦਮ ਦਾ ਉਸਨੇ ਗੱਡੀ 'ਚ ਪਾ ਕੇ ਬੱਚੇ ਨੂੰ ਹੋਸਪਿਟਲ ਲੈ ਗਏ ਲੁਧਿਆਣੇ। ਉੱਥੇ ਇੱਕ
ਲੁਧਿਆਣੇ ਇੱਕ ਨਿਕਾ ਜਿਹਾ ਕਲੀਨਿਕ ਹੈ, ਬੱਚੇ ਦੇ ਇੱਥੇ ਭਰਵੱਟੇ ਦੇ ਉੱਪਰ ਥੋੜ੍ਹੀ ਸੱਟ ਲਾ ਗਈ ਅਤੇ ਉਹ ਬੱਚੇ ਦਾ ਦੋ ਤਿੰਨ ਟੰਕੇ ਲੱਗੇ ਉਹ ਲਾ ਰਿਹਾ ਸੀ ਅਤੇ ਮੈਂ ਡਾਕਟਰ ਦੇ ਰੂਮ ਚਲਾ ਗਿਆ। ਕਮਾਲ ਦੀ ਗੱਲ, ਡਾਕਟਰ ਦੇ ਨਾ ਜਿਹੜਾ ਉਹਦਾ ਮੇਨ ਹੈਗਾ ਸੀ ਆਫਿਸ ਜਿੱਥੇ ਡਾਕਟਰ ਬੈਠਾ ਸੀ ਉੱਥੇ ਨਿੰਬੂ ਅਤੇ ਮਿਰਚਾਂ ਟੰਗੀਆਂ। ਹੁਣ ਮੇਰੇ ਕੋਲ ਰਿਹਾ ਨਾ ਗਿਆ, ਮੈਂ ਪੁੱਛੀ ਜਾਂਦਾ ਕਿ ਡਾਕਟਰ ਸਾਹਿਬ ਵੀ ਇਹ ਨਿੰਬੂ ਅਤੇ ਮਿਰਚਾਂ ਮੁੜ ਕਰਿਆਨੇ ਵਾਲਾ ਟੰਗੇ ਅਤੇ ਗੱਲ ਫੱਬਦੀ ਹੈ ਵੀ ਉਹਦੀ ਖੰਡ ਘੱਟ ਲਿਖੇ ਮੇਰੀ ਵੱਧ ਲਿਖੇ, ਕੱਪੜੇ ਵਾਲਾ ਟੰਗੇ ਵੀ ਉਹਦਾ ਕੱਪੜਾ ਘੱਟ ਲਿਖੇ ਮੇਰਾ ਵੱਧ ਲਿਖੇ, ਲੋਹੇ ਵਾਲਾ ਟੰਗੇ ਵੀ ਉਹਦਾ ਲੋਹਾ ਘੱਟ ਲਿਖੇ ਗਾਡਰ ਸਰੀਆ ਸੀਮੈਂਟ ਘੱਟ ਲਿਖੇ ਮੇਰਾ ਵੱਧ। ਤੁਹਾਡੀ ਸਮਝ ਨਹੀਂ ਆਈ ਮੈਨੂੰ ਵੀ ਇਹ ਕੀ ਮਤਲਬ, ਤਾਂ ਟੰਗਿਆ ਵੀ ਐਕਸੀਡੈਂਟ ਵੱਧ ਹੋਣ, ਪਿਓ ਪੌਦਾ ਸਿਰ ਪਾੜੇ, ਗੱਡੀਆਂ 'ਚ ਗੱਡੀਆਂ ਵਜਣ, ਲੋਕ ਲਮਕੇ ਆਉਣ, ਕਿਉਂ ਟੰਗਿਆ? ਅੱਗੇ ਪਤਾ ਮੈਨੂੰ ਕੀ ਕਹਿੰਦਾ, ਕਹਿੰਦਾ ਮੇਰਾ ਤਾਂ ਕਦੇ ਧਿਆਨ ਨਹੀਂ ਪਿਆ, ਆਪੇ ਟੰਗ ਜਾਂਦੇ ਨੇ। ਹੁਣ ਮੈਂ ਬੜਾ ਢੀਠ ਬੰਦਾ, ਮੈਂ ਉਹਨੂੰ ਅੰਦਰ ਚਲਾ ਗਿਆ, ਮੈਂ ਜਾ ਕੇ ਪੁੱਛੀ ਗਿਆ ਜਿਹੜਾ ਉਹਦੇ ਕੰਪਿਊਟਰ ਸੀ, ਮੈਂ ਕਿਹਾ ਜੀ ਆਹ ਕਿਹਨੂੰ ਟੰਗਿਆ? ਕਹਿੰਦੇ ਅਸੀਂ ਚੰਗਿਆ, 5 ਰੁਪਏ ਰੋਜ਼ ਦਿੰਦੇ। ਮੈਂ ਕਿਹਾ ਕਿਹਦੇ ਕੋਲ ਲੈ ਕੇ ਦਿੰਦੇ? ਕਹਿੰਦੇ ਡਾਕਟਰ ਸਾਹਿਬ ਕੋਲ। ਮੈਂ ਉਹਨੂੰ ਡਾਕਟਰ ਸਾਹਿਬ ਕੋਲ ਲੈ, ਮੈਂ ਕਿਹਾ ਡਾਕਟਰ ਸਾਹਿਬ 5 ਰੁਪਏ ਤੁਸੀਂ ਦਿੰਦੇ ਜੀ ਰੋਜ਼ ਦੇ? ਅੱਛਾ, ਉਹ ਦਿੰਦੇ ਹੋਣੇ ਫਿਰ ਘਰ ਵਾਲੀ ਦੇ ਦਿੰਦੇ ਨਹੀਂ, ਕੱਚਾ ਜਿਹਾ ਅੱਗ ਵਿਚਲ ਗਿਆ। ਮੈਂ ਕਿਹਾ ਸਿਆਣੇ ਬਣ ਜਾਓ, ਸਿਆਣੇ ਬਣ ਜਾਓ, ਥੋੜ੍ਹੀ ਜਿਹੀ ਇਹ ਲਾਓ ਇਹਨੂੰ। ਤੁਸੀਂ ਕਹਿੰਦੇ ਹੋ ਆਪੇ ਟੰਗ ਹੈ, ਮੈਂ ਕਿਹਾ ਤੁਹਾਡੀ ਮਰਜ਼ੀ ਤੋਂ ਬਿਨਾਂ ਤਾਂ ਕੋਈ ਬੰਦੇ ਦੀ ਖੋਪੜੀ ਲਾ ਕੇ ਕੋਈ ਜਾਨਵਰ ਦੀ ਟੰਗ ਨੂੰ ਟਗਾ ਲਓਗੇ? ਅਸੀਂ ਇਹਨੇ ਮੈਂ ਕਹਿੰਦਾ ਬਾਹਰਲੇ ਸਿੱਖ ਜੀ ਇਹਨਾਂ ਗੱਲਾਂ ਤੋਂ ਬਚੇ ਆ, ਬਚੇ ਰਹੋ। ਉੱਥੇ ਕੋਠੀ ਪਾ ਕੇ ਨਾ 50 ਲੱਖ ਦੀ, ਅੱਗੇ ਪਤਾ ਕਰਨਗੇ ਫੋਟੋ ਟੰਗ ਲੈਣਗੇ ਦਊ, ਇਹ ਜਬਾਨ ਬਾਹਰ ਕੱਢੀ ਹੁੰਦੀ। ਮੈਨੂੰ ਲੁਧਿਆਣੇ ਕਥਾ ਕਰਨ ਲਈ ਘਰ ਲੈ ਗਿਆ ਅਤੇ ਮੈਂ ਸੁਝਾਅ ਕਹਿਤਾ, ਮੈਂ ਕਿਹਾ ਸਾਡੀ ਬਾਹਰ ਫੋਟੋ ਟੰਗੀ ਹੈ ਨਾ, ਪਤਾ ਇਹਦੇ ਅਰਥ ਕੀ ਨੇ? ਵੀ ਮੈਂ ਪੈਸੇ ਜ਼ਿਆਦਾ ਲਾ ਲਏ, ਜੇ ਜਬਾਨ ਮੇਰੀ ਬਾਹਰ ਨਿਕਲ ਗਈ ਸਰੀਏ ਵਾਲੇ 2 ਸਾਲ ਰੁਕ ਜਾਓ ਪੈਸੇ ਲੈਣ ਆਏ। ਮੇਰੀ ਕਥਾ ਤੋਂ ਪਹਿਲਾਂ ਮੁੜ ਕੇ ਸੈਣੀ ਲੈ ਕੇ ਥੋੜ ਕੱਢ ਦਿੱਤਾ ਵਿੱਚ ਉਹਨਾਂ ਨੇ, ਪੱਕੇ ਟੰਗ ਲੈਂਦੇ ਨੇ ਪੱਕਾ ਹੀ। ਮੈਂ ਕਿਹਾ ਲੋਕ ਚੰਗੀਆਂ ਸੀਨਰੀਆਂ ਲਾਉਂਦੇ ਆਪਣੇ ਘਰਾਂ ਦੇ ਬਾਹਰ, ਵੀ ਚੰਗੇ ਪਰਿਵਾਰ ਰਹਿੰਦੇ ਇਸ ਘਰ ਦੇ ਵਿੱਚ, ਅਤੇ ਮੈਂ ਕਿਹਾ ਤੁਸੀਂ ਕਿਹੋ ਜਿਹੀਆਂ ਫੋਟੋਆਂ ਲਾ ਰਹੇ ਵੀ ਇਹੋ ਜਿਹਾ ਟੱਬਰ ਰਹਿੰਦਾ ਅੰਦਰ? ਮੈਂ ਕਿਹਾ ਇਹੋ ਜਿਹਾ ਟੱਬਰ ਰਹਿੰਦਾ ਵੀ ਜਵਾਨ ਸਾਡੀ ਬਾਹਰ ਨਿਕਲੀ ਅੱਖਾਂ ਭੈੜੀਆਂ ਜਿਹੀਆਂ। ਉਹਨਾਂ ਨੇ ਸੀਮੈਂਟ ਦੀਆਂ ਅੱਜ ਕੱਲ੍ਹ ਨਵੀਆਂ ਬਣਾ ਲਈਆਂ ਵੀ ਜਦੋਂ ਕੋਠੀ ਬਣੀ ਵਿੱਚ ਗੜ ਦਿਓ, ਜੜ ਦਿਓ ਪੱਕੀ ਵੀ ਨਜ਼ਰ ਨਾ ਲਾ ਦੇ ਕੇ, ਉਹ ਭਲਿਓ ਇਹਨਾਂ ਨਜ਼ਰਾਂ ਨੂੰ ਛੱਡੋ। ਜੋਤਸ਼ੀ ਪਾਉਂਦਿਆਂ ਦੀਆਂ ਦੁਕਾਨਾਂ ਚਲੀ ਜਾਂਦੀਆਂ, ਲੋਕ ਚਲਾਈ ਜਾਂਦੇ ਨੇ, ਕਿਹੜੇ ਬੰਨੇ ਸੁਸਰੇ ਕਰਦੇ ਨੇ ਸਾਡਾ ਸਮਾਜ ਦੇਖੋ। ਅਤੇ ਨਾਲੇ ਨਜ਼ਰ ਨਾ ਨਿਆਣੇ ਨੂੰ ਕਹਿੰਦੇ ਲੱਗਦੀ ਹੈ, ਨਿਆਣੇ ਨੂੰ ਨੋਟ ਕਰਿਓ ਤੁਸੀਂ ਗੱਲ, ਨਿਆਣੇ ਨੂੰ ਨਜ਼ਰ ਲੱਗਦੀ ਹੈ ਨਿਆਣੇ ਬਾਰੇ, ਵੀ ਨਿਆਣਾ ਰੋਂਦਾ ਉਹਦੇ ਨਾ, ਨਿਆਣਾ ਦਿਨੇ ਰੋ ਪਏ, ਕਹਿੰਦੇ ਇਹਨੂੰ ਨਜ਼ਰ ਲਾ ਤੀ ਕਿਸੇ ਨੇ, ਫਿਰ ਮਿਰਚਾਂ ਸੁੱਟਣਗੇ ਵਿੱਚ ਉਹਦੇ। ਉਹ ਵੀ ਮੁੰਡਿਆਂ ਨੂੰ ਜਾਂ ਲੱਗਦੀਆਂ, ਕੁੜੀਆਂ ਪਰ ਕਹਿੰਦੇ ਉੱਦਾਂ ਹੀ ਰੋਂਦੀ ਹੁੰਦੀ ਹੈ, ਉਹ ਵੀ ਮੁੰਡਿਆਂ ਨੂੰ ਨਜ਼ਰ ਲੱਗਦੀ ਹੈ, ਕੁੜੀਆਂ ਬਾਰੇ ਕਹਿੰਦੇ ਕੋਈ ਗੱਲ ਨਹੀਂ ਕੁਝ ਨਹੀਂ ਫਰਕ ਪੈਂਦਾ ਇਹਨੂੰ। ਉਹ ਵੀ ਮੁੰਡਿਆਂ ਬਾਰੇ ਕਹਾਣੀਆਂ ਬਣਾਈਆਂ ਸੀ। ਅੱਛਾ, ਬਾਪੂ ਵੀ ਤਾਂ ਕਿਸੇ ਦਾ ਮੁੰਡਾ ਨਾ, ਟਿੱਕਾ ਲਾਉਂਦੇ ਮੱਥੇ 'ਤੇ, ਇੱਦਾਂ ਮੱਥੇ 'ਤੇ ਟਿੱਕਾ ਲਾਉਂਦੇ ਕਾਲਾ, ਵੀ ਇਹਦੇ ਕਾਲਾ ਟਿੱਕਾ ਲਾਉਣਾ ਇਹਦੀ ਨਜ਼ਰ ਨਾ ਲੱਗੇ, ਸਿਰ ਕਾਲਾ ਨਾ, ਇਹਦੇ ਨਾਲ ਤਸੱਲੀ ਨਹੀਂ ਹੋਈ? ਸਿਰ ਵੀ ਸਿਰ ਦੇ ਵਾਲ ਵੀ ਤਾਂ ਕਾਲੇ ਨੇ, ਨਿਆਣੇ ਦੇ ਸਿਰ ਦੇ ਵਾਲ ਵੀ ਤਾਂ ਕਾਲੇ ਨੇ, ਪਰ ਟਿੱਕਾ ਲਾਉਣਾ। ਪੁਰਾਣੀਆਂ ਗੱਡੀਆਂ ਦੇ ਵਿੱਚ ਨਿੰਬੂ ਮਿਰਚਾਂ ਟੰਗੀਆਂ ਹੁੰਦੀਆਂ, ਪੁਰਾਣੀਆਂ ਗੱਡੀਆਂ 'ਚ। ਮੈਂ ਕਹਿ ਦਿੰਦਾ ਹੁੰਦਾ, ਮੈਂ ਕਿਹਾ ਭਲਿਆ ਪੈਸੇ ਜਮ੍ਹਾਂ ਕਰਕੇ ਅਤੇ ਟਾਇਰ ਬਦਲੋ ਗੱਡੀ ਦੇ, ਉਹਦੇ ਵਿੱਚ ਪਚ ਦਿੱਤੇ ਹੋਏ ਨੇ, ਪਚ ਪਚ ਕਰਦੀ ਉੱਥੇ ਜਾ ਕੇ ਪਲਟ ਜਾਣੀ ਹੈ। ਮੈਂ ਕਿਹਾ ਨਿੰਬੂ ਮਿਰਚਾਂ ਨੂੰ ਨਜ਼ਰ ਕਿਹਨੇ ਲਾਉਣੀ ਹੈ? ਬੁੱਢੇ ਨੂੰ ਨਜ਼ਰ ਲਾਉਂਦਾ ਕੋਈ? ਮੈਂ ਕਿਹਾ ਗੱਡੀ ਮੈਂ ਕਿਹਾ ਬੁਰੜੀ ਹੋ ਗਈ ਹੈ, ਇਹ ਹੁਣ ਇਹਨੂੰ ਕਿਹਨੇ ਨਜ਼ਰ ਲਾਉਣੀ ਹੈ? ਜਵਾਨ ਬੱਚੇ ਨੂੰ ਨਜ਼ਰ ਲੱਗਦੀ ਹੈ। ਮੈਂ ਕਿਹਾ ਨਵੀਆਂ ਗੱਡੀਆਂ ਬਾਰੇ ਤਾਂ ਕਹਾਣੀ ਪਾਈ ਜਾ ਸਕਦੀ, ਇਹ ਵਹਿਮ ਪਾਤਾ ਲੋਕ ਜੋਤਸ਼ੀਆਂ ਕੋ, ਪੌਂਦਿਆਂ ਕੋ, ਸਿਆਣਿਆਂ ਕੋ, ਟਰੱਕਾਂ ਦੇ ਮਗਰ ਲਿਖਿਆ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਅਗਲੇ ਟਰੱਕ ਨੇ ਲਿਖਿਆ ਪਿਛਲੇ ਵਾਲਾ ਪੜੀ ਜਾਂਦਾ, ਪਿਛਲੇ ਲਿਖਿਆ ਪਿਛਲਾ, ਵੀ ਨਿਗਾ ਹੀ ਚੈੱਕ ਕਰਾਓ, ਰੰਗ ਜੋ ਖਰਾਬ ਕਰਦੇ ਹੋ ਤੁਸੀਂ, ਇੰਨਾ ਭੱਜੇ ਫਿਰਦੇ ਨੇ ਸਾਡੇ ਲੋਕ, ਅਜੇ ਬਾਹਰ ਨੇ ਜਿੰਨੇ ਵੀ ਟਰਾਂਸਪੋਰਟਰ ਨੇ ਨਾ ਇੱਥੇ ਬਸੇ ਨੇ, ਇਹ ਬਿਮਾਰੀ ਨਾ ਲਾਇਆ, ਨਹੀਂ ਤਾਂ ਗੋਰਿਆਂ ਪੁੱਛ ਲੈਣਾ ਤੁਹਾਨੂੰ ਵੀ ਇਹਦਾ ਕੀ ਮਤਲਬ ਹੈ ਜੀ, ਕੀ ਕਰਨ ਲਿਖਿਆ ਤੁਸੀਂ? ਪਰ ਕਰਦੇ ਹਾਂ ਅਸੀਂ ਉਹੋ ਹੀ ਵਹਿਮ, ਉਹੋ ਹੀ ਭਰਮ, ਉਹੋ ਹੀ ਪਖੰਡ, ਸਾਰੇ ਪਰਿਵਾਰ ਨਹੀਂ ਕਰਦੇ ਪਰ ਬਹੁਤਾਤ ਗਿਣਤੀ ਵਿੱਚ ਵਹਿਮਾਂ 'ਚ ਪਏ ਹਾਂ। ਹੁਣ ਮਹਾਰਾਜ ਕੀ ਕਹਿੰਦੇ ਨੇ, ਸਫਲ ਮਹੂਰਤ, ਸਮਾਂ ਸਫਲ ਹੈ, ਸਫਲਾ ਖੜੀ, ਉਹ ਘੜੀ ਵੀ ਸਫਲ ਹੈ,
ਸਫਲ ਮਹੂਰਤ ਸਮਾਂ ਸਫਲਾ ਖੜੀ ਕਦਮ ਜਿੱਤ ਸੱਚੇ ਨਾਲ ਪਿਆਰ। ਜਿਹੜਾ ਜਦੋਂ ਤੇਰਾ ਸੱਚ ਨਾਲ ਪਿਆਰ ਪੈ ਗਿਆ ਉਹ ਸਮਾਂ ਵੀ ਸਫਲ, ਉਹ ਘੜੀ ਵੀ ਸਫਲ। ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ, ਜਿਹਨੂੰ ਹਰੀ ਦਾ ਨਾਮ ਦਾ ਆਧਾਰ ਹੋ ਗਿਆ ਉਹਨੂੰ ਦੁੱਖ ਸੰਤਾਪ ਨਹੀਂ ਲੱਗਣੇ। ਪਰ ਸਾਡੇ ਸੰਗਰਾਂਦ ਵਾਲੇ ਦਿਨ ਕਰਨਗੇ, ਪੈਸੇ ਨਹੀਂ ਦੇਣੇ ਅੱਜ ਆਪਾਂ ਕਿਸੇ ਦੇ, ਰਾਤ ਨੂੰ ਦੇ ਆਉਣਾ ਵੀ ਜੇ ਸ਼ਨੀ ਸੰਗਰਾਂਦ ਵਾਲੇ ਦਿਨ ਪੈਸੇ ਦੇਣਾ ਮਹੀਨਾ ਹੀ ਦਿੰਦੇ ਰਹਿਣਾ, ਅਤੇ ਜੇ ਸੰਗਰਾਂਦ ਵਾਲੇ ਕੋਲ ਮਰ ਜਾਏ ਤਾਂ ਫਿਰ ਮਹੀਨਾ ਮਰੂ। ਦੋ ਮਿੰਟ ਸੋਚੋ, ਕਈ ਇੱਦਾਂ ਦੇ ਬੰਦੇ ਮੈਂ ਬਸ਼ਰਮ ਵੇਖੇ ਇੰਜੈਕਸ਼ਨ ਲਵਾਉਣ ਹੀ ਜਾਣਗੇ ਡਾਕਟਰ ਕੋਲ, ਕਹਿੰਦੇ ਨਾ ਭਾਈ ਮਹੀਨਾ ਲੱਗੂ। ਅਤੇ ਫਿਰ ਜਿਹਨਾਂ ਲੋਕਾਂ ਲੈਣੇ ਨੇ ਉਹ ਵੀ ਬੜੇ ਤੇਜ਼ ਹੁੰਦੇ, ਜਾਂਦੇ ਸੰਗਰਾਂਦ ਵਾਲੇ ਦਿਨ ਵੀ ਜੇ ਅੱਜ ਆਏ ਤਾਂ ਮਹੀਨੇ ਹੀ ਆਉਣਗੇ, ਐਵੇਂ ਤੁਰੇ ਆਉਣਗੇ ਭਲਾ, ਜੇ ਲੈਣੇ ਆਉਂਦੇ ਦੇਣਗੇ ਤੁਹਾਨੂੰ ਲੋਕ। ਪਰ ਮੈਂ ਪਾਤਾ ਜੀ ਸੰਗਰਾਂਦ ਵਾਲੇ ਦਿਨ ਜੋ ਕੰਮ ਕਰੋ ਮਹੀਨੇ, ਤਾਂ ਹੀ ਉਹ ਲੋਕ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਜ਼ਿਆਦਾ ਆਉਂਦੇ, ਮਾਵਾਂ ਵੀ ਕਰਦੀਆਂ ਜਾ ਪੁੱਤ ਕੱਲ੍ਹ ਆਪਾਂ 5 ਰੁਪਏ 10 ਰੁਪਏ 11 ਦੇ ਕੇ ਗੁਰਦੁਆਰੇ ਦੇਗ ਬਣੀ ਲਾਇਆ। ਅਸਲ ਇਹ ਲਫ਼ਜ਼ ਸਨ ਸੰਕ੍ਰਾਂਤ, ਜਦੋਂ ਸੂਰਜ ਇੱਕ ਰਾਸ਼ੀ ਛੱਡ ਕੇ ਦੂਜੀ ਰਾਸ਼ੀ 'ਚ ਆਉਂਦਾ ਉਸ ਰਾਤ ਨੂੰ ਸੰਕ੍ਰਾਂਤ ਕਹਿੰਦੇ ਸਨ। ਸਾਡੇ ਨਾਲ ਕੋਈ ਸੰਬੰਧ ਨਹੀਂ, ਸੂਰਜ ਨੇ ਰਾਸ਼ੀ ਛੱਡ ਕੇ ਦੂਜੀ ਰਾਸ਼ੀ 'ਚ ਆ ਹੀ ਜਾਣਾ, ਸਾਡਾ ਸੰਬੰਧ ਸ਼ਬਦ ਨਾਲ ਸੀ। ਪਰ ਸਾਡੀਆਂ ਮਾਵਾਂ ਨੂੰ ਹੁੰਦਾ ਜਾਓ ਸਵੇਰੇ ਸੰਗਰਾਂਦ ਮਨਾਓ, ਜੇ ਅਸੀਂ ਗੁਰਦੁਆਰੇ ਨਾਲ ਗਏ ਨਾ ਸੂਰਜ ਨੇ ਤਾਂ ਪਹਿਲੀ ਰਾਸ਼ੀ 'ਚ ਬੈਠੀ ਰਹਿਣਾ, ਉਹ ਦੂਜੀ ਰਾਸ਼ੀ ਜਾਣਾ ਹੀ ਨਹੀਂ ਉਹਨੇ। ਸਾਡਾ ਸੰਬੰਧ ਇਹਨਾਂ ਗੱਲਾਂ ਨੂੰ, ਸਾਡਾ ਸੰਬੰਧ ਸ਼ਬਦ ਵਿਚਾਰ ਨਾਲ ਸੀ। ਪਰ ਪਿੰਡਾਂ 'ਚ ਬੋਲਿਆ ਜਾਂਦਾ ਸਵੇਰੇ ਸੰਗਰਾਂਦ ਦਾ ਪਵਿੱਤਰ ਦਿਹਾੜਾ, ਬੱਚੇ ਵਿਚਾਰੇ ਪੁੱਛਦੇ ਵੀ ਬਾਕੀ ਦਿਨ ਪਵਿੱਤਰ ਨੇ, ਹਰ ਦਿਨ ਸਫਲ ਹੈ ਕਿਹੜਾ, ਜਦੋਂ ਤੇਰਾ ਗੁਰੂ ਨਾਲ ਪਿਆਰ ਬਣਦਾ। ਸਫਲ ਮਹੂਰਤ ਸਫਲਾ ਖੜੀ ਜਿੱਤ ਸੱਚੇ ਨਾਲ ਪਿਆਰ, ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ, ਬਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ। ਹੁਣ ਸਵਾਲ ਪੈਦਾ ਹੋ ਗਿਆ ਵੀ ਬਾਂਹ ਤਾਂ ਫੜੂਗਾ ਸਰੀਰ, ਅਤੇ ਗੁਰੂ ਤਾਂ ਸਾਡਾ ਸ਼ਬਦ ਹੈ, ਇਹ ਸਾਡੀ ਬਾਂਹ ਕਿੱਦਾਂ ਫੜੂਗਾ ਜੀ? ਹੁਣ ਤਾਂ ਲੋਕ ਕਹਿੰਦੇ ਦੇਹਧਾਰੀ ਗੁਰੂ ਕੋਲ ਜਾਣਾ ਪੈਣਾ ਜੀ, ਬਾਂਹ ਤਾਂ ਉਹ ਫੜਦਾ। ਆ ਸੁਣਿਓ ਹੁਣ ਗੱਲ ਕਿਵੇਂ, ਮੰਨ ਲਓ ਤੁਹਾਡਾ ਕੋਈ ਦੋਸਤ ਤੁਹਾਡੇ ਤੋਂ 1000 ਕਿਲੋਮੀਟਰ ਦੂਰ ਬੈਠਾ, ਤੁਹਾਡੇ 'ਤੇ ਕੋਈ ਪੈ ਗਈ ਬਿਪਤਾ, ਤੁਹਾਨੂੰ ਆਰਥਿਕ ਪੱਖੋਂ ਕੋਈ ਸਰੀਰ ਪ੍ਰੋਬਲਮ ਪੈ ਗਈ, ਕੋਈ ਮਰੀਜ਼ ਬਿਮਾਰ ਹੋ ਗਿਆ, ਸਾਨੂੰ ਆਰਥਿਕ ਪੱਖੋਂ ਲੋੜ ਪੈ ਗਈ, 1000 ਕਿਲੋਮੀਟਰ ਬੈਠੇ ਦੋਸਤ ਨੇ ਕਿਹਾ ਆਪਣਾ ਬੈਂਕ ਦਾ ਅਕਾਊਂਟ ਨੰਬਰ ਦੱਸ, ਉਹਨੇ ਸਾਡੀ ਹੈਲਪ ਕੀਤੀ, ਉੱਥੋਂ 1-1.5 ਲੱਖ ਰੁਪਇਆ ਸਾਡੇ ਅਕਾਊਂਟ 'ਚ ਪਾਤਾ, ਸਾਡਾ ਮਰੀਜ਼ ਬਚ ਗਿਆ, ਠੀਕ ਹੋ ਗਿਆ, 3 ਸਾਲਾਂ ਬਾਅਦ ਅਸੀਂ ਪੈਸੇ ਮੋੜ ਦਿੱਤੇ। ਪਤਾ ਉਹ ਬੰਦਾ 4 ਬੰਦਿਆਂ 'ਚ ਬੈਠੇ ਗੱਲ ਕਿਵੇਂ ਕਰਦਾ? ਜੇ ਮੇਰਾ ਉਹ ਦੋਸਤ ਮੇਰੀ ਉਸ ਵਕਤ ਬਾਂਹ ਨਾ ਫੜਦਾ ਤੇ ਅਸੀਂ ਮਰ ਜਾਣਾ ਸੀ। ਅੱਛਾ, ਬਾਂਹ ਉਹਨੇ ਕਿੱਦਾਂ ਫੜੀ? ਉਹ 1000 ਕਿਲੋਮੀਟਰ ਦੂਰ ਬੈਠਾ ਸੀ, ਉਹਨੇ ਸਾਡੀ ਮਦਦ ਕਰ ਦਿੱਤੀ, ਸਮਝ ਲਓ ਬਾਂਹ ਫੜ ਲਈ। ਗੁਰੂ ਇੰਜ ਮਦਦ ਕਰਦਾ, ਗੁਰੂ ਭਾਵੇਂ ਕਿੱਥੇ ਬੈਠਾ, ਦੋਸਤ ਤਾਂ 1000 ਕਿਲੋਮੀਟਰ ਦੂਰ ਬੈਠਾ ਸੀ, ਉਹਨੇ ਲੋੜ ਪੂਰੀ ਕਰ ਦਿੱਤੀ। ਗੁਰੂ ਲੋੜ ਕਿਵੇਂ ਪੂਰੀ ਕਰਦਾ? ਸੁਣਿਓ ਸ਼ਬਦ, ਗੁਰਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ ਜਨਮ ਜਨਮ ਕੀ। ਗੁਰੂ ਏਦਾਂ ਰੱਖਿਆ ਕਰਦਾ, ਗੁਰੂ ਆਪਣੀ ਸਿੱਖਿਆ ਸਿੱਖ ਦੇ ਅੰਦਰ ਵਾੜ ਕੇ ਨਾ ਉਹਨੂੰ ਬੁਰੇ ਕੰਮ ਤੋਂ ਬਚਾ ਦਿੰਦਾ, ਸਮਝ ਲਓ ਗੁਰੂ ਨੇ ਮੇਰੀ ਬਾਂਹ ਫੜ ਲਈ। ਗੁਰਪੂਰੇ ਮੇਰੀ ਰਾਖ ਲਈ, ਹੁਣ ਤੁਸੀਂ ਕਲੀਅਰ ਹੋ ਗਿਆ ਨਾ, ਦੇਹਧਾਰੀ ਕੋਲ ਜਾਣ ਦੀ ਲੋੜ ਕਿੰਨੀ ਹੈਗੀ, ਸਰੀਰ ਦੇ ਕੋਲ ਜਾਣ ਦੀ ਲੋੜ ਨਹੀਂ। ਗੁਰਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਨਿਵਰੈ ਦੂਤ ਦੁਸ਼ਟ ਬੈਰਾਈ। ਗੁਰਪੂਰੇ ਕਾ ਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ।
ਚਰਨ ਕਮਲ ਰਖ ਮਨ ਮਾਹੀ, ਤਾਂ ਕਿ ਸ਼ਰਨ ਪਰਿਓ ਨਾਨਕ ਦਾਸ, ਜਾ ਤੇ ਉਪਰ ਕੋ ਨਾਹੀ। ਉਹਦੀ ਸ਼ਰਨ ਚ ਪਾਓ ਜਿਹਦੇ ਉੱਪਰ ਹੋਰ ਕਿਸੇ ਦਾ ਹੁਕਮ ਚੱਲਦਾ ਹੀ ਨਹੀਂ, ਜਿਹੜਾ ਸਭ ਤੋਂ ਉੱਚਾ ਹੈ। ਉਹ ਕੌਣ ਹੈ? ਗੁਰ ਜੈਸਾ ਨਾਹੀ ਕੋ ਦੇਵ, ਗੁਰੂ ਵਰਗਾ ਕੋ ਹੈ ਹੀ ਨਹੀਂ। ਇਸ ਕਰਕੇ ਬਾਹਾਂ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ। ਜਿਹਨੂੰ ਗੁਰੂ ਨੇ ਆਪਣੀ ਵਿਚਾਰ ਦੇ ਕੇ ਬਾਂਹ ਫੜ ਕੇ ਬਾਹਰ ਕੱਢ ਲਿਆ, ਉਹ ਪਾਰ ਲੰਘ ਗਿਆ। ਅਖੀਰ ਮਹਾਰਾਜ ਨੇ ਥਾਨ ਸੁਹਾਵਾ ਪਵਿੱਤਰ ਹੈ, ਉਹ ਥਾਨ ਸੋਹਣਾ ਤੇ ਪਵਿੱਤਰ ਬਣ ਗਿਆ। ਜਿੱਥੇ ਸੰਤ ਸਭਾ, ਜਿੱਥੇ ਸੰਤ ਗੁਰੂ ਦੀ ਸਭਾ, ਜਿੱਥੇ ਸੰਤ ਗੁਰੂ ਦੀ ਸੰਗਤ ਹੁੰਦੀ ਹੈ, ਜਿੱਥੇ ਗੁਰੂ ਦੀ ਵਿਚਾਰ ਹੁੰਦੀ ਹੈ, ਉਹ ਜਗ੍ਹਾ ਪਵਿੱਤਰ। ਉਹ ਘਰ ਵੀ ਹੋ ਸਕਦੀ ਹੈ, ਉਹ ਆਫਿਸ ਵੀ ਹੋ ਸਕਦਾ ਹੈ, ਗੱਡੀ ਵੀ ਹੋ ਸਕਦੀ ਹੈ, ਤੁਹਾਡੀ ਜ਼ਮੀਨ ਵੀ ਹੋ, ਜਿੱਥੇ ਵੀ ਚੰਗੀਆਂ ਵਿਚਾਰਾਂ ਕਰੋ। ਥਾਨ ਸੁਹਾਵਾ ਪਵਿੱਤਰ ਹੈ, ਜਿੱਥੇ ਸੰਤ ਸਭਾ, ਢੋਈ ਤਿਸ ਹੀ ਨੂੰ ਮਿਲੇ ਜਿਨ ਪੂਰਾ ਗੁਰੂ। ਪੂਰਾ ਗੁਰੂ ਕਿਹਾ? ਪੂਰਾ ਗੁਰੂ, ਗੁਰ ਪੂਰਾ ਜਿਨ ਸਿਮਰਿਆ, ਸੇਈ ਪਏ ਨਿਹਾਲ। ਨਾਨਕ ਨਾਮ ਆਰਾਧਨਾ ਕਾਰਜ ਆਵੇ ਰਾਸ, ਕਾਰਜ ਰਾਸ। ਗੁਰੂ ਪੂਰੇ ਨੂੰ ਸਿਮਰ, ਗੁਰ ਪੂਰਾ ਜਿਨ, ਜਿਨ੍ਹਾਂ ਜਿਨ੍ਹਾਂ ਨੇ ਪੂਰੇ ਗੁਰੂ ਦੀ ਸਿੱਖਿਆ ਤੇ ਅਮਲ ਕੀਤਾ ਹੈ, ਸਹੀ ਪਏ, ਉਹਨਾਂ ਦਾ ਜੀਵਨ ਪ੍ਰਸੰਨ ਹੋ ਗਿਆ। ਨਾਨਕ ਨਾਮ ਆਰਾਧਨਾ ਕਾਰਜ ਆਵੇ, ਉਹਨਾਂ ਦੀ ਜ਼ਿੰਦਗੀ ਦੇ ਕਾਰਜ ਸਫਲ ਹੋ ਗਏ ਜਿਨ੍ਹਾਂ ਨੇ ਪੂਰੇ ਗੁਰੂ ਦੀ ਸਿੱਖਿਆ ਤੇ ਅਮਲ ਕੀਤਾ ਹੈ। ਥਾਨ ਸੁਹਾਵਾ ਪਵਿੱਤਰ ਹੈ, ਜਿੱਥੇ ਸੰਤ ਸਭਾ, ਢੋਈ ਤਿਸ ਹੀ ਨੂੰ ਮਿਲੇ ਜਿਨ ਪੂਰਾ ਗੁਰੂ ਲੱਭਾ। ਨਾਨਕ ਬੱਧਾ, ਹੇ ਨਾਨਕ, ਆਖ ਉਸ ਇਨਸਾਨ ਨੇ ਉਸ ਅਵਸਥਾ 'ਚ ਆਪਣਾ ਘਰ ਬਣਾ ਲਿਆ। ਕਿੱਥੇ? ਨਾਨਕ ਬੱਧਾ ਕਰਤਾ ਹਾਂ, ਜਿੱਥੇ ਮਿਲਤ ਨਾ ਜਨਮ ਜਰਾ। ਆ ਤਿੰਨ ਗੱਲਾਂ ਧਿਆਨ ਨਾਲ ਸੁਣਿਓ। ਉਸ ਅਵਸਥਾ 'ਚ ਉਹਨੇ ਘਰ ਬਣਾ ਲਿਆ ਜਿੱਥੇ ਮ੍ਰਿਤੂ ਨਹੀਂ ਹੈਗੀ, ਆਤਮਕ ਤੌਰ 'ਤੇ ਬੰਦਾ ਮਰਦਾ ਨਹੀਂ। ਕਿਵੇਂ ਮਰਦਾ ਜੀ? ਕਦੀ ਕਿਸੇ ਦਾ ਤਨ ਵੇਖ ਕੇ ਮਰ ਗਿਆ, ਕਦੀ ਕਿਸੇ ਦਾ ਧਨ ਵੇਖ ਕੇ ਮਰ ਗਿਆ, ਕਦੀ ਕਿਸੇ ਦੀ ਜ਼ਮੀਨ ਵੇਖ ਕੇ ਮਰ ਗਿਆ, ਕਦੀ ਕਿਸੇ ਦਾ ਬਿਜ਼ਨਸ ਵੇਖ ਕੇ ਮਰ ਗਿਆ। ਮੌਤ ਹੀ ਹੈ, ਇਹ ਮੌਤ ਹੈ। ਉਹ ਮੌਤ ਨਹੀਂ ਰਹੀ, ਮ੍ਰਿਤੂ ਤੋਂ ਬਚ ਗਿਆ। ਨਾਨਕ ਬੱਧਾ ਕਰ ਕਹਾਂ, ਜਿੱਥੇ ਮ੍ਰਿਤ ਦੂਜਾ ਹੈ ਜਨਮ। ਉੱਥੇ ਜਨਮ ਵੀ ਹੈ ਨਹੀਂ, ਉੱਥੇ ਮ੍ਰਿਤ ਜੰਮਣ ਮਰਨਾ ਹੋ ਗਿਆ, ਇੱਕ ਅਵਸਥਾ 'ਚ ਆ ਗਿਆ। ਤੀਜਾ ਹੈ ਜਰਾ, ਜਰਾ ਕਦੇ ਬੁਢੇਪੇ ਨੂੰ। ਕਿਹੜਾ ਬੁਢੇਪਾ ਨਹੀਂ ਹੈਗਾ ਉੱਥੇ? ਸਰੀਰ, ਫਿਜ਼ੀਕਲ ਸਰੀਰਕ ਬੁਢੇਪਾ 'ਤੇ ਆਉਣਾ ਹੀ ਆਉਣਾ। ਕਿਹੜਾ ਬੁਢੇਪਾ ਹੈ? ਨਹੀਂ, ਵਿਕਾਰਾਂ ਦਾ ਬੁਢੇਪਾ ਹੈ। ਨਹੀਂ, ਵਿਕਾਰ ਬੰਦੇ ਨੂੰ ਬੁੱਢਿਆਂ ਕਰ ਦਿੰਦੇ ਨੇ। ਵੇਖਿਆ ਨੌਜਵਾਨ ਕਿੱਦਾਂ ਕੋਲ ਆਏ ਫਿਰਦੇ ਨੇ ਅੱਜ? ਨੌਜਵਾਨ, ਕਦੇ ਫੋਨ ਕਰਿਆ ਕਰੋ ਪੰਜਾਬ ਰਿਸ਼ਤੇਦਾਰਾਂ ਨੂੰ। 18-17 ਸਾਲ ਦਾ ਨੌਜਵਾਨ ਡਾਕਟਰ ਕੋਲ ਜਾਂਦਾ, ਡਾਕਟਰ ਸਾਹਿਬ ਮੇਰਾ ਬਲੱਡ ਪ੍ਰੈਸ਼ਰ ਡਾਊਨ ਹੋ ਗਿਆ, ਇੰਜੈਕਸ਼ਨ ਲਾਓ, ਦਹੋ ਦਹੋ। ਜਵਾਨੀ ਕਮੜਾ ਗਈ। ਬਾਣੀ 'ਚ ਲਿਖਿਆ ਬੜੇ ਪਿਆਰੇ ਬਚਨ ਕਹਿ ਰਹੇ, ਜੋਬ ਨਾ ਜਾਣਦੇ ਨਾ ਡਰਾਂ। ਜਵਾਨੀ ਜਾਣਦਾ ਡਰ ਥੋੜ੍ਹਾ, ਡਰ ਤੇ ਇਹ ਤੇਰੇ ਨਾਲ ਪਿਆਰ ਮੁੱਕ ਗਿਆ ਤੇ ਮੈਂ ਜਿਉਂਦੇ ਹੀ ਕਮੜਾ ਜਾਣਾ। ਜੋਬ ਨਾ ਜਾਣਦੇ ਨਾ ਡਰਾਂ, ਜੇ ਸ਼ੈ ਪ੍ਰੀਤ ਨਾ ਜਾਏ ਕੀਤੀ ਜੋਬਨ ਪ੍ਰੀਤ ਬਿਨ। ਕਿੰਨੀਆਂ ਜਵਾਨੀਆਂ ਪਿਆਰ ਤੋਂ ਬਿਨਾਂ ਸੁੱਕ ਗਏ ਕੁਮਲਾਏ। ਕਿੰਨੀਆਂ ਜਵਾਨੀਆਂ ਰੱਬ ਦੇ ਪਿਆਰ ਤੋਂ ਬਿਨਾਂ ਜਵਾਨੀ 'ਚ ਹੀ ਕੁਮਲਾ ਗਈਆਂ। ਵੇਖ ਲਓ, ਭੱਜ ਕੇ ਬੱਸ ਨਹੀਂ ਚੜ੍ਹ ਸਕਦਾ ਨਸ਼ਾ ਪੀਣ ਵਾਲਾ,
ਪਰ ਸਾਡੇ ਕਹਿੰਦੇ ਨੇ ਵਿਆਹ ਦੋ ਇਹਨੂੰ, ਸਹੀ ਹੋ ਜੂ, ਇੱਦਾਂ ਕਹਿੰਦੇ ਆ ਨਾ, ਕਹਿੰਦੇ ਵਿਗੜਿਆ ਨੱਥ ਪਾ ਦਿਓ ਇਹਨੇ ਸਹੀ ਹੋ ਜਾਣਾ, ਮੁੜ ਕੇ ਨੱਥ ਵੀ ਨਾਲ ਲੈ ਕੇ ਤੁਰਿਆ ਫਿਰ ਦੋ, ਬਲਦ ਵਿਗੜਿਆ ਹੋਵੇ ਨਾ ਉਹ ਨੱਥ ਵੀ ਨਾਲ ਖੁਰਲੀ ਧੂ ਕੇ ਲੈ ਜਾਂਦਾ ਗੁਆਂਢੀਆਂ ਕਰ ਲਓ, ਸਾਡੇ ਲੋਕ ਇੱਦ ਕਰਦੇ, ਮੈਂ ਸਟੇਜ 'ਤੇ ਬੋਲਦਾ ਜਿਹੜਾ ਵਿਗੜਿਆ ਨਾ ਬੇੜਾ ਗਰ ਕਰੋ ਦੂਜੇ ਟੱਬਰ ਦਾ, ਨਾ ਨਾ ਨਾ, ਤੁਸੀਂ ਤਾਂ ਸੰਤਾਪ ਹੋ ਰਹੇ ਜੇ ਇੱਕ ਫੈਮਿਲੀ ਸ਼ਾਮਿਲ ਨਾ ਕਰੋ। ਮੈਂ ਚਾਰ ਪੰਜ ਕੇਸ ਸਾਡੇ ਨਾਲ ਵਾਪਰੇ ਜਿਹੜੇ ਜਿਹਨਾਂ ਵਿੱਚ ਮੈਂ ਖੁਦ ਸ਼ਾਮਿਲ ਸੀ, ਟੱਬਰਾਂ ਨਾਲ ਮੱਥੇ ਮਾਰੇ ਹੱਥ ਜੋੜੇ ਨਾ ਕਰੋ, ਪਰ ਨਹੀਂ ਪੁੱਤ ਵਿਆਹ ਤਾ, ਪੁੱਤ ਵਿਆਹ ਤਾ, ਘਰਵਾਲੀ ਵਿਚਾਰੀ ਨੂੰ ਪਤਾ ਲੱਗ ਗਿਆ ਸ਼ੇਵੇਂ ਜਵਾਨੀਆਂ ਰੁੜ ਗਈਆਂ, ਬੁਰਾ ਹਾਲ, ਹੁਣ ਨਾ ਉਹ ਸਜਾਵਾਂ ਉਹਨਾਂ ਧੀਆਂ ਨੂੰ ਕਿਉਂ ਦੇ ਰਹੇ ਜੇ, ਗਲਤੀਆਂ ਤੁਹਾਡੇ ਆਪਣੇ ਬੱਚਿਆਂ ਦੀਆਂ। ਪੁੱਤ ਨੂੰ ਇੱਕ ਵਾਰ ਦਿਹਾੜੀ 'ਚ ਮਰ ਜਾਣਾ ਕਿਤੇ ਮੂੰਹ 'ਚੋਂ ਨਿਕਲ ਜਾਏ ਨਾ, ਮਾਂ ਜਬਾਨ ਨੂੰ ਉਲਾਮਾ ਦਿੰਦੀ ਮੇਰੇ ਮੂੰਹ 'ਚੋਂ ਮਰ ਜਾਣਾ ਕੋਈ ਨਿਕਲਿਆ, ਧੀ ਨੂੰ ਦਿਹਾੜੀ 'ਚ 50 ਵਾਰ ਕਿਹਾ ਜਾਵੇ ਕਦੀ ਜਬਾਨ ਨੂੰ ਕੋਸਿਆ ਨਹੀਂ ਜਾਂਦਾ ਵੀ ਮਰ ਜਾਣੀ ਕਿਉਂ ਕਿਹਾ। ਪਰ ਸਾਡੇ ਹਾਲਾਤ ਵੇਖ ਲਓ, ਧੀਆਂ ਨੂੰ ਅਸੀਂ ਆਮ ਮਾਰ ਰਹੇ ਹਾਂ, ਪੁੱਤ ਆਪੇ ਮਰਦੇ ਜਾ ਰਹੇ ਨੇ। ਚਲੋ ਬਾਹਰਲੇ ਗੁਰੂ ਕੇ ਸਿੱਖੋ, ਤੁਸੀਂ ਬਚ ਜਾਓ ਜਿੱਥੇ ਇੰਨੇ ਸਰੀਰਕ ਤੌਰ 'ਤੇ ਮਿਹਨਤ ਕਰਦੇ ਹੋ, ਹੋਰ ਥੋੜ੍ਹੀ ਜਿਹੀ ਮਿਹਨਤ ਕਰੋ, ਘਰ ਆ ਜਾਓ ਆਪਣੇ। ਇਸ਼ਾਰਾ ਸਮਝਦੇ ਹੋ ਘਰ ਦਾ ਮਤਲਬ ਕੀ ਸਮਝਦੇ ਹੋ? ਵਾਪਸ ਬਾਕੀ ਸਾਰਾ ਕੁਝ ਤੁਸੀਂ ਠੀਕ ਕਰਦੇ ਹੋ। ਕਈ ਨੌਜਵਾਨ ਕਹਿਣਗੇ ਉੱਦਾਂ ਅਸੀਂ ਠੀਕ ਹਾਂ ਜੀ, ਕੇਸ ਹੀ ਨਹੀਂ ਹੈਗੇ ਬਾਕੀ ਦੇ, ਉਹ ਅੰਕਲ ਤੇ ਆਹ ਠੱਗੀ ਮਾਰਦਾ, ਉਹ ਅੰਕਲ ਉਹ ਮਾਰਦਾ, ਉਹ ਅੰਕਲ ਇੱਦਾਂ ਕਰਦਾ, ਉਹਨਾਂ ਨਾਲ ਤਾਂ ਠੀਕ ਆ ਨਾ। ਉਹ ਫਿਰ ਉਹਨਾਂ ਨੂੰ ਇੰਝ ਕਹੀਦਾ ਤੁਸੀਂ ਸਾਰੇ ਠੀਕ ਹੋ ਜੇ, ਥੋੜ੍ਹੇ ਜਿਹੇ ਹੋਰ ਠੀਕ ਹੋ ਜਾਓ, ਅਸੀਂ ਤਾਂ ਤੁਹਾਨੂੰ ਕਦੋਂ ਵੀ ਤੁਸੀਂ ਗੱਲ ਰੱਖੀ ਥੋੜ੍ਹੇ ਜੇ, ਹੋਰ ਠੀਕ ਹੋ ਜਾਓ, ਬਸ ਇਹ ਤਰਲਾ ਹੈ ਤੁਹਾਡੇ ਚਰਨਾਂ 'ਤੇ, ਵਾਪਸ ਪਰਤ ਕੇ ਆ ਜਾਓ ਤਾਂ ਕਿ ਅਸੀਂ ਸੋਹਣੇ ਬਣ ਸਕੀਏ, ਗੁਰੂ ਦੀ ਵਿਚਾਰ ਵਾਲੇ ਬਣ ਸਕੀਏ, ਸਾਡੇ ਵਾਲੇ ਵੇਖ ਕੇ ਸਾਡੇ ਬੱਚੇ ਵੀ ਇਸ ਸਿੱਖੀ ਦੀ ਵਿਚਾਰ ਨਾਲ ਜੁੜ ਸਕਣ। ਤਹਿ ਦਿਲੋਂ ਧੰਨਵਾਦ। 12 ਤਰੀਕ ਤੋਂ ਲੈ ਕੇ ਅੱਜ ਤੱਕ ਤੁਸੀਂ ਸਵੇਰੇ ਸ਼ਾਮ, ਸ਼ਾਮ ਦੇ ਦੀਵਾਨਾਂ ਵਿੱਚ, ਦਿਨ ਦੇ ਦੀਵਾਨਾਂ ਵਿੱਚ ਹਾਜ਼ਰੀ ਭਰੀ ਹੈ। ਬੜਾ ਆਨੰਦ ਆਇਆ ਜੀ ਤੁਹਾਡੇ ਟਿਕਾਅ ਨੂੰ ਵੇਖ ਕੇ, ਪਿਆਰ ਨੂੰ ਵੇਖ ਕੇ, ਭਾਵੇਂ ਪਹਿਲੀ ਵਾਰ ਤੁਹਾਡੇ ਇਲਾਕੇ ਵਿੱਚ ਆਏ ਹਾਂ, ਪਰ ਤੁਸੀਂ ਬੜਾ ਪਿਆਰ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਹੈ ਕਿ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਤੁਸੀਂ ਆਪਣੇ ਕਾਰੋਬਾਰ ਇਮਾਨਦਾਰੀ ਦੇ ਨਾਲ ਕਰੋ। ਪੈਸੇ ਤੁਸੀਂ ਆਪਣੇ ਬੱਚਿਆਂ ਲਈ ਕਮਾਉਣੇ ਨੇ, ਪਰ ਇਮਾਨਦਾਰੀ ਦੇ ਨਾਲ ਤੁਹਾਡੇ ਗੁਰੂ ਦਾ ਨਾਮ ਉੱਚਾ ਹੋਣਾ ਹੈ। ਪੈਸੇ ਤਾਂ ਸਾਡੇ ਘਰ ਆਉਂਦੇ ਨੇ, ਪਰ ਇਮਾਨਦਾਰੀ ਨਾਲ ਲੋਕ ਪੁੱਛਦੇ ਨੇ ਕਿਸ ਸਕੂਲ 'ਚੋਂ ਪੜ੍ਹਿਆ, ਇਹਦਾ ਟੀਚਰ ਕੌਣ ਹੈ? ਜਦੋਂ ਬੱਚਾ ਚੰਗੇ ਕੰਮ ਕਰਦਾ ਤਾਂ ਮਾਂ ਬਾਪ ਦਾ ਨਾਂ ਤਾਂ ਆਪਣੇ ਆਪ ਹੀ ਆਉਂਦਾ, ਸਾਡੀ ਕੌਮ ਦਾ ਨਾਂ ਆਪਣੇ ਆਪ ਨਾਲ ਜੁੜ ਜਾਂਦੇ। ਗੁਰੂ ਅਰਦਾਸ ਕਰਦਾ ਮਾਲਕ ਦੇ ਚਰਨਾਂ 'ਚ ਸਾਡੇ ਬੱਚੇ ਗੁਰਮਤ ਨਾਲ ਜੁੜ ਸਕਣ। ਦੂਜੀ ਬੇਨਤੀ ਖਿੱਚ ਕਰਾਂਗਾ ਭੈਣੋ, ਆਪਣੇ ਬੱਚਿਆਂ ਨਾਲ ਪੰਜਾਬੀ 'ਚ ਗੱਲ ਕਰੋ, ਸ਼ੁਰੂ ਕਰ ਲਓ। ਨੌਰਵੇਜ਼ਨ ਠੀਕ ਹੈ, ਭਾਸ਼ਾ ਆਉਣੀ ਚਾਹੀਦੀ ਹੈ, ਪਰ ਆਪਣੇ ਬੱਚਿਆਂ ਨਾਲ ਘਰ, ਰੋਟੀ ਤੁਹਾਡਾ ਬੱਚਾ ਪੰਜਾਬੀ 'ਚ ਮੰਗੇ ਉਹਨੂੰ ਪੰਜਾਬੀ 'ਚ ਗੱਲ ਕਰੋ ਉਹਦੇ ਨਾਲ। ਤੁਹਾਨੂੰ ਮੁਸ਼ਕਲ ਲੱਗਣਾ 2-4 ਮਹੀਨਿਆਂ ਬਾਅਦ ਤੁਹਾਡੇ ਬੱਚਿਆਂ ਨੇ, ਕਿਉਂਕਿ ਇੱਕੋ ਹੀ ਸਮਾਂ ਐਸਾ ਉੱਥੇ ਬੱਚਿਆਂ ਨੇ ਬਾਹਰ ਭਾਵੇਂ ਜਿਹੜੀ ਮਰਜ਼ੀ ਜਾ ਕੇ ਭਾਸ਼ਾ ਬੋਲੋ। ਜੇ ਹੁਣ ਵਿਰਸਾ ਸਾਂਭ ਲਓਗੇ ਤਾਂ ਆਉਣ ਵਾਲੇ ਸਮੇਂ ਜਿਹੜੇ ਰਾਗੀ ਪ੍ਰਚਾਰਕ ਆਉਣਗੇ ਬੱਚੇ ਉਹਨਾਂ ਦੇ ਕੋਲ ਬਹਿਣ ਜੋਗੇ ਹੋ ਜਾਣਗੇ, ਜੇ ਨਹੀਂ ਤਾਂ ਫਿਰ ਮੇਰੇ ਖਿਆਲ 'ਚ ਪੌੜੀਆਂ ਨਹੀਂ ਤਾਂ ਚੜ੍ਹਨਾ, ਉੱਥੋਂ ਹੀ ਉਹਨਾਂ ਮੁਰਝਿਆ ਕਰਨਾ। ਫਿਰ ਇਹਨਾਂ ਨੇ ਗੁਰਦੁਆਰੇ ਵਧੀਆ ਬਣਾਉਣ ਦਾ ਮੇਰੇ ਖਿਆਲ 'ਚ ਏਡਾ ਵੱਡਾ ਲਾਭ ਸਾਨੂੰ ਨਹੀਂ ਹੋਣਾ। ਤਰਲਾ ਹੀ ਹੈ ਜੀ ਬੇਨਤੀ ਹੈ ਤੁਹਾਡੇ ਚਰਨਾਂ 'ਚ, ਇਸ ਕਰਕੇ ਥੋੜ੍ਹਾ ਜਿਹਾ ਹਿੰਮਤ ਕਰ ਲਓ, ਅੱਜ ਤੋਂ ਹੀ ਸ਼ੁਰੂ ਕਰ ਦਿਉ। ਇੱਕ ਇੱਕ ਲਫ਼ਜ਼ ਬੱਚੇ ਨਾਲ ਸਾਂਝਾ ਕਰੋ, ਉਹਨੂੰ ਕਹੋ ਬੇਟਾ ਉਹ ਭਾਸ਼ਾ ਬੋਲੇ ਵੀ ਜਵਾਬ ਨਾ ਦਿਓ ਨਾ, ਉਹਨੂੰ ਕਹੋ ਬੇਟਾ ਪੰਜਾਬੀ 'ਚ ਬੋਲ, ਪਹਿਲਾਂ ਸਿਖਾ ਲਓ ਉਹਨੂੰ, ਥੋੜ੍ਹੀ ਜਿਹੀ ਹਿੰਮਤ ਕਰ ਲਓ, ਥੋੜ੍ਹੀ ਜਿਹੀ ਹਿੰਮਤ ਕਰ ਲਓ ਥੋੜ੍ਹੀ, ਤਾਂ ਕਿ ਅਸੀਂ ਇਸ ਬੰਦੇ ਨੂੰ, ਕਿਉਂਕਿ ਮਾਂ ਦੇ ਕੋਲ ਬੜੀ ਵੱਡੀ ਕਲਾ, ਬੜੀ ਵੱਡੀ ਕਲਾ ਹੈ ਮਾਂ ਦੇ ਕੋਲ, ਬਹੁਤ ਵੱਡੀ ਕਲਾ ਹੈ। ਮਾਂ ਸਿਖਾ ਸਕਦੇ, ਥੋੜ੍ਹੇ ਜਿਹੇ ਮੇਰੇ ਵੀਰ ਭਰਾ ਵੀ ਇਹ ਬੰਦੇ ਮਿਹਨਤ ਕਰਨ, ਉਹ ਥੋੜ੍ਹਾ ਜਿਹਾ ਉਹ ਵੀ ਟਾਈਮ ਆਪਣੇ ਬੱਚਿਆਂ ਨੂੰ ਦਿਓ, ਕੁਝ ਆਪਣੇ ਬੱਚਿਆਂ ਨਾਲ ਚੰਗੀਆਂ ਗੱਲਾਂ ਕਰਨ ਦੀ ਆਦਤ ਪਾਓ। ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਲਿਟਰੇਚਰ ਦੀ ਅਸੀਂ ਲਿਸਟ ਬਣਾਈ ਹੈ ਅਤੇ ਉਹ ਅਸੀਂ ਇੱਥੇ ਕੱਢ ਕੇ ਦੇ ਦਈਏ, ਤੁਸੀਂ ਉਹਨਾਂ ਨੂੰ ਮੰਗਾਓ, ਚੰਗੀਆਂ ਪੁਸਤਕਾਂ ਆਪਣੇ ਘਰਾਂ 'ਚ ਰੱਖੋ, ਪੜ੍ਹਨ ਦੀ ਆਦਤ ਪਾਓ।
ਇਕੱਲਾ ਇਹੋ ਨਹੀਂ ਵੀ ਇੱਥੇ ਸੁਣ ਕੇ, ਇਹ ਜਾਗ ਹੀ ਹੈ। ਜਿਵੇਂ 20 ਕਿਲੋ ਦੁੱਧ ਹੋਵੇ ਤੇ ਜਾਗ ਥੋੜਾ 20 ਕਿਲੋ ਲਾਈ ਦੀ, ਜਾਗ ਤਾਂ ਥੋੜੀ ਜਿਹੀ ਲਾਈ ਦੀ ਹੈ। ਦੁੱਧ ਵੀ ਗਵਾਂਢੀਆਂ ਕਰੋ ਮੰਗਿਆ ਜਸ ਲਾ, ਚਾਗ ਮੰਗ ਲਿਆਈ ਦੀ ਹੈ ਗਵਾਂਢੀਆਂ ਕੋਲ। ਜਾਗ ਤੁਹਾਨੂੰ ਕੋਲ ਲਾ ਦੂ, ਦੁੱਧ ਤੇ ਤੁਹਾਡਾ ਆਪਣਾ ਹੀ ਹੈ, ਦੁੱਧ ਵੀ ਨਹੀਂ, ਗੁਰੂ ਦੀ ਵਿਚਾਰ ਤੁਹਾਡੇ ਆਪਣੇ ਕੋਲ ਬਹੁਤ ਹੈ। ਪਹਿਲਾਂ ਤੁਹਾਡੇ ਕੋਲ ਖਿਆਲ ਬਣੇ ਨੇ, ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇਕ ਗੁਰ ਕੀ, ਸਾਡੇ ਆਪਣੇ ਕੋਲ ਸਭ ਕੁਝ ਹੈ, ਗੁਰੂ ਨੇ ਸਿਰਫ ਸਿੱਖਿਆ ਦੇਣੀ ਹੈ, ਸਾਡੇ ਅੰਦਰ ਵਿਚਾਰ ਚੱਲ ਪੈਣੇ ਨੇ। ਪਾਤਸ਼ਾਹ ਕਿਰਪਾ ਕਰਨ, ਤਹਿ ਦਿਲੋਂ ਧੰਨਵਾਦ। ਕਿਤੇ ਪੰਜਾਬ ਆਓ ਤਾਂ ਲੁਧਿਆਣੇ ਗੁਰਮਤਿ ਗਿਆਨ ਮਿਸ਼ਨ ਕਾਲਜ ਪੰਜਾਬੀ ਬਾਬਾ ਜਵੱਦੀ, ਜਿੱਥੇ 150 ਦੇ ਕਰੀਬ ਸਟੂਡੈਂਟ ਗੁਰਮਤਿ ਦੀ ਵਿਦਿਆ ਲੈ ਰਹੇ ਆ, ਉਹ 4 ਬੈਚ ਹੁੰਦੇ ਨੇ, ਉਹਨਾਂ ਵਿੱਚ ਸਿਕਰੀ ਕਰਵਾਉਣ ਜਾ ਰਹੇ ਨੇ, ਇੱਕ ਸਪੈਸ਼ਲ ਬੈਚ ਹੈ। ਜਿਹੜੇ ਬੱਚੇ ਹਿੰਦੀ ਬੋਲਦੇ ਨੇ ਉਹਨਾਂ ਨੂੰ ਫਿਰ ਪਹਿਲਾਂ ਪੰਜਾਬੀ ਸਿਖਾਈ ਜਾਂਦੀ ਹੈ, ਫਿਰ ਉਹ ਆਪਣੇ ਆਪਣੇ ਇਲਾਕਿਆਂ ਵਿੱਚ ਜਾ ਕੇ ਪ੍ਰਚਾਰ ਕਰਦੇ ਨੇ। ਕਦੀ ਤੁਹਾਡਾ ਕੋਈ ਨਾਗਪੁਰ ਰਿਸ਼ਤੇਦਾਰ ਹੋਵੇ ਤਾਂ ਫੋਨ ਕਰਕੇ ਪੁੱਛਿਓ, ਸਾਡੇ ਕੋਲ ਤਾਂ ਪੈਸੇ ਹੁੰਦੇ ਨੇ, ਅਸੀਂ ਆਪਣੇ ਬੱਚਿਆਂ ਦੇ ਕੇਸਾਂ ਵਾਸਤੇ ਕੋਈ ਪਰਾਂਦੀ ਲੈ ਆਉਂਦੇ ਹਾਂ। ਸੇਬੇ ਹੁੰਦੇ ਨੇ ਜਿਹੜੇ ਬੋਰੀ ਸੀ ਦੀਏ, ਕੇਸ ਨਹੀਂ ਕਟਾਉਂਦੇ, ਉਹ ਸੇਬਿਆਂ ਨਾਲ ਜੂੜਾ ਬੰਨ ਲੈਂਦੇ ਨੇ। ਲੈ ਕੇ ਆਇਆ ਮੈਂ ਏਰੀਆ, ਉਹ ਕੇਸ ਨਹੀਂ ਕਟਾਉਂਦੇ, ਪਰ ਸੇਬਾ ਜਿਹਦੇ ਨਾਲ ਬੋਰੀ ਸੀ ਦੀ ਹੈ ਨਾ, ਉਹ ਸੇਬੇ ਦੇ ਨਾਲ ਜੂੜਾ ਕੀਤਾ। ਉੱਥੇ ਰੋਣ ਨਿਕਲ ਜਾਂਦਾ ਦਾਤਾ, ਜਿਹਨਾਂ ਕੋਲ ਏਡੇ ਏਡੇ ਵਧੀਆ ਸ਼ੈਂਪੂ, ਏਡੇ ਏਡੇ ਵਧੀਆ ਸਹੂਲਤਾਂ, ਉਹ ਰੱਖ ਨਾ ਸਕੇ। ਇਹਨਾਂ ਨੂੰ ਸਮਝ ਆ ਗਈ ਵਿਚਾਰੇ ਸੇਬਿਆਂ ਨਾਲ ਹੀ ਆਪਣੇ ਜੂੜੇ ਬੰਨ ਕੇ ਬੈਠੇ ਹੋਏ ਨੇ। ਉਹਨਾਂ ਦੀ ਸਾਰ ਲਈ ਬਾਹਰਲੇ ਸਿੱਖਾਂ ਨੇ, ਉਹਨਾਂ ਵਾਸਤੇ ਇੱਕ ਗੁਰਦੁਆਰਾ ਵੀ ਬਣਿਆ ਹੋਇਆ ਬਕਾਇਦਾ, ਉਹਨਾਂ ਦੇ ਬੱਚੇ ਪੜ੍ਹਾ ਕੇ ਉਹਨਾਂ ਦੇ ਇਲਾਕੇ ਵਿੱਚ ਹੀ ਫਿਰਦੇ ਜਾ ਰਹੇ ਨੇ। ਗੁਰੂ ਕਿਰਪਾ ਕਰੇ, ਪਖੰਡੀਆਂ ਦੇ ਡੇਰਿਆਂ 'ਤੇ ਚੜ੍ਹਾਉਣ ਦੀ ਬਜਾਏ ਇੱਦਾਂ ਦਾ ਉਪਰਾਲਾ ਕਰੋ, ਆਪਣੇ ਕਿਸੇ ਰਿਸ਼ਤੇਦਾਰ ਦੇ ਬੱਚੇ ਦੀ ਪੜ੍ਹਾਈ ਦਾ ਖਰਚਾ ਚੁੱਕ ਲਓ, ਕਿਸੇ ਦੋਸਤ ਦੇ ਬੱਚੇ ਦਾ ਖਰਚਾ ਚੁੱਕ ਲਓ, ਸਕੇ ਭਰਾ ਦੇ ਬੱਚੇ ਦਾ ਖਰਚਾ ਚੁੱਕ ਲਓ, ਭੈਣ ਦੇ ਬੱਚੇ ਦਾ ਖਰਚਾ ਚੁੱਕ ਲਓ, ਵੀ ਲੈ ਇਸ ਬੱਚੇ ਨੂੰ ਮੈਂ ਡਾਕਟਰ ਬਣਾਉਣ ਤੱਕ ਖਰਚਾ ਕਰਨਾ। ਉਹਦੇ ਅੰਦਰ ਇੱਕ ਗੱਲ ਪਾ ਦਿਓ, ਬੇਟਾ ਡਾਕਟਰ ਬਾਅਦ 'ਚ ਬਣੀ, ਪਹਿਲਾਂ ਗੁਰੂ ਦਾ ਸਿੱਖ ਬਣੀ, ਤੂੰ ਐਡਵੋਕੇਟ ਬਾਅਦ 'ਚ ਬਣੀ, ਪਹਿਲਾਂ ਸਿੱਖ ਬਣੀ। ਸੱਚੀ ਗੱਲ ਹੈ, ਬੱਚਾ ਦੇਣਦਾਰ ਰਹੇਗਾ ਸਾਰੀ ਜ਼ਿੰਦਗੀ ਗੁਰੂ ਦਾ। ਇਹ ਸਿੱਖਿਆ ਲੈ ਲਓ ਗੁਰੂ ਦੇ ਕੋਲੋਂ, ਉਪਦੇਸ਼ ਗ੍ਰਹਿਣ ਕਰ ਲਈਏ, ਵਿਚਾਰਾਂ ਸਿੱਖ ਲਈਏ, ਪਾਤਸ਼ਾਹ ਸਾਡੀ ਜ਼ਿੰਦਗੀ ਵਿੱਚ ਗੁਰੂ ਦੀ ਵਿਚਾਰ ਸਾਏ। ਆਪਨੇ ਲੰਬਾ ਸਮਾਂ ਇੰਨੇ ਦਿਨਾਂ ਤੋਂ ਵਿਚਾਰਾਂ ਜਿਹੜੀਆਂ ਸਰਵਣ ਕੀਤੀਆਂ ਨੇ, ਇਹ ਵਿਚਾਰਾਂ ਮੇਰੀਆਂ ਨਹੀਂ, ਗੁਰੂ ਦੀਆਂ ਨੇ। ਅਸੀਂ ਤਾਂ ਸੁਣਾਉਣ ਵਾਲੇ ਹਾਂ, ਗੁਰੂ ਦੀਆਂ ਵਿਚਾਰਾਂ ਨਾਲ ਜੁੜਨਾ ਹੈ, ਬੰਦਿਆਂ ਨਾਲ ਨਹੀਂ ਜੁੜਨਾ। ਕੋਈ ਵੀ ਪ੍ਰਚਾਰਕ ਕਮੇਟੀ ਲੈ ਕੇ ਆਵੇ, ਤੁਸੀਂ ਆਣ ਕੇ ਧਿਆਨ ਨਾਲ ਸੁਣੋ, ਰਾਗੀ ਸਾਹਿਬਾਨ ਕੀਰਤਨ ਕਰਦੇ ਨੇ, ਧਿਆਨ ਨਾਲ ਆਣ ਕੇ ਸੁਣੋ। ਰਿਸ਼ਵਤ ਜਿਹੜੀ ਆਪਣੀ ਹੁੰਦੀ ਆ, ਆਪਣੀ ਈਰਖਾ ਜੈਲਸੀ, ਉਹਨਾਂ ਨੂੰ ਆਪਣੇ ਜੀਵਨ 'ਚੋਂ ਬਾਹਰ ਕੱਢੋ, ਪਿਆਰ ਦੇ ਨਾਲ ਆਣ ਕੇ, ਕਿਉਂਕਿ ਸਾਡੇ ਬੱਚਿਆਂ ਨੇ ਉਹ ਨਹੀਂ ਕਰਨਾ ਜੋ ਅਸੀਂ ਕਹਿੰਦੇ ਹਾਂ, ਜੋ ਅਸੀਂ ਕਰਦੇ ਹਾਂ ਉਹਨਾਂ ਉਹ ਕਰਨਾ, ਉਹ ਤੁਸੀਂ ਦੇਖ ਲਓਗੇ, ਜੋ ਤੁਸੀਂ ਬੋਲਦੇ ਹੋ, ਜੋ ਤੁਸੀਂ ਵਿਹਾਰ ਕਰਦੇ ਹੋ, ਤੁਹਾਡੇ ਬੱਚੇ ਆਪਣੇ ਆਪ ਸਿੱਖ ਲੈਣਾ। ਕਦੇ ਵੀ ਗੁਰਦੁਆਰਿਆਂ ਦੀਆਂ ਪੋਲਿਟਿਕਸ ਦੀਆਂ ਗੱਲਾਂ ਆਪਣੇ ਪਰਿਵਾਰਾਂ ਜਾ ਕੇ ਬੱਚਿਆਂ ਨਾਲ ਨਾ ਕਰਿਆ ਕਰੋ, ਵਾਇਰਸ ਜਾ ਰਿਹਾ ਉਹਨਾਂ ਦੇ ਅੰਦਰ, ਤੁਸੀਂ ਮਰ ਜਾਣਾ, ਉਹਨਾਂ ਕਦੀ ਗੁਰਦੁਆਰੇ ਦੀਆਂ ਪੌੜੀਆਂ ਨਹੀਂ ਚੜ੍ਹਨਾ। ਇਹ ਮੈਂ ਨੁਕਸਾਨ ਵੇਖੇ ਤਾਂ ਦੱਸ ਰਿਹਾ, ਕਈਆਂ ਨੂੰ ਆਹ ਤੁੰਦੀ ਹੈ, ਘਰ ਜਾ ਕੇ ਬੱਚਿਆਂ ਨਾਲ ਇੱਦਾਂ ਗੱਲ ਕਰਦੀ, ਉੱਥੇ ਗਿਆ ਉੱਦਾਂ ਕਰਦਾ ਸੀ, ਫਲਾਣੀ ਬੀਬੀ ਇੱਦਾਂ ਕਰਦੀ ਸੀ, ਉਹਨੇ ਮੈਨੂੰ ਆਹ ਕਰਤਾ। ਇਹ ਮੈਂ ਤੁਹਾਡੇ ਨਹੀਂ ਦੱਸ ਰਿਹਾ, ਹਰ ਕੰਟਰੀ 'ਚ ਮੈਨੂੰ ਵੇਖਣ ਨੂੰ ਮਿਲਿਆ, ਅਤੇ ਮੈਂ ਤਾਂ ਤਰਲੇ ਲੈਂਦਾ ਹੁੰਦਾ, ਇਹ ਛੱਡ ਦਿਓ, ਕੀ ਲੈਣਾ ਇਹ 'ਚੋਂ। ਅੱਖਾਂ ਮੀਟ ਕੇ ਆਓ, ਗੁਰਦੁਆਰੇ ਗੁਰੂ ਦੀ ਵਿਚਾਰ ਸੁਣੋ, ਉਪਦੇਸ਼ ਨੂੰ ਗ੍ਰਹਿਣ ਕਰੋ, ਬੱਚਿਆਂ ਨਾਲ ਘਰ ਜਾ ਕੇ ਸਮਾਂ ਕੱਢੋ, ਤਾਂ ਕਿ ਅਸੀਂ ਗੁਰੂ ਦੀਆਂ ਵਿਚਾਰਾਂ ਇਹਨਾਂ ਦੀਵਾਨਾਂ ਵਿੱਚ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਲੰਗਰਾਂ ਦੀਆਂ ਸੇਵਾਵਾਂ ਲਈਆਂ, ਤਾਂ ਅਸੀਂ ਆਪਣੇ ਵੱਲੋਂ ਅਰਦਾਸ ਕਰਦੇ ਮਹਾਰਾਜ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਜਿਨ੍ਹਾਂ ਨੇ ਨਹੀਂ ਲਈਆਂ ਉਹਨਾਂ ਵਾਸਤੇ ਵੀ ਅਰਦਾਸ ਕਰਦਾ ਵੀ ਆਉਣ ਵਾਲੇ ਸਮਾਗਮਾਂ 'ਚ ਇਹ ਸੇਵਾਵਾਂ ਵਿੱਚ ਹੱਥ ਵਟਾਓ, ਤਾਂ ਕਿ ਅਸੀਂ ਰਲ ਮਿਲ ਕੇ ਗੁਰੂ ਦੀਆਂ ਵਿਚਾਰਾਂ ਦੇ ਜਿਹੜੇ ਹਿੱਸਾ ਹਿੱਸੇਦਾਰ ਬਣ ਕੇ ਗੁਰੂ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਸਕੀਏ। ਸਾਰਿਆਂ ਦਾ ਧੰਨਵਾਦ, ਸ਼ੁਕਰਾਨਾ ਪਾਤਸ਼ਾਹ ਦਾ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਬਰ ਬਖਸ਼ਿਸ਼ ਕੀਤਾ। ਫੁੱਲਾਂ ਮੇਰੀਆਂ, ਬਚਨ ਗੁਰੂ ਦੇ ਜਾਣ ਕੇ ਹਿਰਦੇ 'ਚ ਸਾਇਓ, ਅਦਬ ਸਤਿਕਾਰ ਨਾਲ ਗੱਜ ਕੇ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।